ਭੈਣੇ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਹੋਰ ਤਕੜੀ ਆ ਭੈਣੇ? ਫੋਨ ਨਾ ਫਾਨ, ਹਾਂ ਮੈਂ ਤਾਂ ਤਕੜੀ ਆ। ਅੱਜ ਕਿਵੇਂ ਬਿਨ ਦੱਸੀ? ਉਹ ਕੋਈ ਗੱਲ ਨਹੀਂ, ਕਈ ਵਾਰੀ ਬਿਨ ਦੱਸੇ ਵੀ ਕੰਮ ਹੋ ਜਾਂਦਾ ਹੈ। ਇੱਕ ਮਿੰਟ ਵੀਰੇ, ਮੈਂ ਮੈਨੇਜਰ ਡਾਉਣੀ ਹੈਗੀ। ਬੈਠ ਵੀਰੇ। ਹੁਣ ਭੈਣੇ ਮੈਂ ਤਾਂ ਤੇਰੇ ਕੋਲ ਕੰਮ ਆਇਆ ਗਾ। ਕੀ ਕੰਮ ਆਇਆ ਵੀਰੇ? ਕੰਮ ਤਾਂ ਕੋਈ ਇਹੋ ਜਿਹੀ ਪੈ ਗਿਆ ਭੈਣੇ, ਬਾਕੀ ਮੈਨੂੰ ਵੀ ਪਤਾ ਮੇਰੀ ਭੈਣ ਮੈਨੂੰ ਮੋੜਦੀ ਤਾਂ ਹੈ ਨਹੀਂ ਗੀ। ਖਾਲੀ ਗੱਲ ਆਇਆ ਭੈਣੇ, ਉਹ ਰੀਤ ਨਾ ਆਪਦੀ ਜ਼ਮੀਨ ਮੰਗਦੀ ਹੈ 4 ਕਿੱਲੇ। ਤੂੰ ਪਾਗਲ ਹੋਏ, ਦੋਨੇ ਜ਼ਮੀਨ ਦੇ ਦਈਏ ਆਪਾਂ। ਲੈ ਚ ਪਾਗਲ ਵਾਲੀ ਕਿਹੜੀ ਗੱਲ ਹੈ, ਉਹ ਉਹਨੇ ਸ਼ਰਤ ਰੱਖੀ ਹੈ, ਕਹਿੰਦੀ ਮੈਂ ਤਾਂ ਫਿਰ ਤੇਰੇ ਆ ਜੂਗੀ, ਕਹਿੰਦੀ ਪਹਿਲਾਂ ਉਹ 4 ਕਿੱਲੇ ਮੇਰੇ ਨਾਂ ਕਰਵਾ ਦੇ। ਉਹ ਜਿੰਨੀ ਭੋਲੀ ਹੈ ਨਾ ਉਨੀ ਸਤਾਨ ਹੈ, ਉਹਦੇ ਗੱਲਾਂ ਚ ਨਾ ਆ ਜੀ। ਮੈਂ ਤਾਂ ਉਹਦੇ ਭਾਈ ਨੂੰ ਇੰਨਾ ਸਿਆਣਾ ਸਮਝਦੇ ਸੀ, ਆ ਉਹਦੇ ਮਗਰ ਲਾ ਕੇ ਮਿੰਟ ਦੀ ਉਹ ਹੋ ਗਿਆ, ਬੁੱਝ ਬਣ ਗਿਆ। ਕੋਈ ਬੁੱਝ ਵਾਲੀ ਕਿਹੜੀ ਗੱਲ ਹੈ, ਲੈ ਉਹ ਵੀ ਆਪਣੇ ਕੋਲ ਰਹੂ ਤੇ ਜ਼ਮੀਨ ਵੀ ਆਪਣੇ ਕੋਲ ਰਹੂ, ਇਹ ਚ ਗਲਤ ਕੀ ਹੈ? ਨਹੀਂ ਵੀਰੇ, ਮੈਂ ਜ਼ਮੀਨ ਨਹੀਂ ਉਹਦੇ ਨਾਲ ਕਰਦੀ। ਉਹ ਕਿਉਂ ਭੈਣੇ, ਮੇਰਾ ਮਸਾ ਤਾਂ ਘਰ ਵੱਸਦਾ, ਤੂੰ ਵੀ ਲਾ ਵਸਾ। ਲੈ ਜੇ ਜ਼ਮੀਨ ਉਹਦੇ ਨਾਲ ਹੋ ਜੂ, ਉਹ ਮੇਰੇ ਕੋਲ ਹੀ ਰਹੂਗੀ, ਉਹ ਕਿਹੜਾ ਕਿਤੇ ਲੈ ਕੇ ਵਗ ਜੂਗੀ। ਤੈਨੂੰ ਨਹੀਂ ਉਹਦਾ ਪਤਾ, ਜਿੱਥੋਂ ਤੱਕ ਉਹਨੂੰ ਮੈਂ ਜਾਣਦੀ ਹਾਂ, ਤੂੰ ਉਹਦੀਆਂ ਗੱਲਾਂ ਚ ਆ ਗਿਆ। ਨਾ ਜ਼ਮੀਨ ਉਹਨੇ ਕੀ ਕਰਨੀ ਆਪਦੇ ਨਾਲ ਲਵਾ ਕੇ, ਉਹਨੂੰ ਖਰਚਾ ਪਾਣੀ ਮਿਲ ਜਾਂਦਾ ਨਾ। ਉਹ ਚੱਲ ਤੂੰ ਯਾਰ ਰੌਲਾ ਕਾਹਦਾ ਹੈ, ਪਰ ਤੂੰ ਗੱਲ ਸੁਣ, ਜੇ ਜ਼ਮੀਨ ਉਹਦੇ ਨਾਲ ਹੋ ਜੂ ਫਿਰ ਵੀ ਤਾਂ ਮੇਰੇ ਕੋਲ ਰਹੂਗੀ, ਉਹ ਕਿਹੜਾ ਕਿਤੇ ਲੈ ਗਏ ਵਗ ਜੂ। ਨਾਲੇ ਨਾਲੇ ਮੈਂ ਜਾਣ ਦਿੰਦਾ। ਆਹੋ ਜਾਣ ਦਿੰਦੇ, ਨਾਲੇ ਆਪਦੀ ਜ਼ਮੀਨ ਖੰਜਾਏਗਾ, ਨਾ ਜਿਹੜੇ 4 ਕਿੱਲੇ ਮੇਰੇ ਕੋਲ 1000 ਦੇਗਾ। ਉਹ ਫਿਰ ਹੁਣ ਹੱਲ ਦੱਸ ਕੀ ਹੈ? ਆਪੇ ਆ ਜੂਗੀ। ਆਪੇ ਕਿਵੇਂ ਆਊਗੀ? ਬਥੇਰਾ ਆਊਗੀ, ਜਦੋਂ ਹੋਈ ਨਾ ਗਰੀਬੀ ਵਿੱਚ ਤੰਗ ਪੂਰੀ ਭੁੱਖੀ ਮਰੀ, ਆ 4 ਦਿਨਾਂ ਨੂੰ ਉੱਥੇ ਲਾਇਆ ਈ। ਉਹ ਨਹੀਂ, ਤੇਰੇ ਤਾਂ ਅਕਲ ਤੇ ਪਰਦਾ ਪੈ ਰਿਹਾ, ਪਤਾ ਨਹੀਂ ਕੀ ਹੋ ਰਿਹਾ ਤੇਰੇ ਤਾਂ ਹੁਣ ਦਿਮਾਗ ਨੂੰ। ਉਹ ਲੈ ਹੋਣਾ ਕੀ ਹੈ, ਮੈਨੂੰ ਤਾਂ ਸੌਂਕਾਂ ਦੀ ਆਈ ਸੀ ਮੇਰਾ ਘਰ ਵੱਸਦਾ। ਵੀ ਤੈਨੂੰ ਰਿਸ਼ਤਿਆਂ ਦਾ ਤੋੜਾ ਹੈ? ਉਹ ਤੋੜਾ ਨਹੀਂ ਭੈਣੇ, ਮੈਂ ਤਾਂ ਪਸੰਦ ਉਹਨੂੰ ਹੀ ਕਰਦਾਗਾ। ਵੀ ਇਹੋ ਜਿਹੀ ਪਸੰਦ ਦੇ ਮਾਰ ਗੋਲੀ, ਇੱਦਾਂ ਸੋਹਣੀਆਂ ਟੱਕਰਨਗੀਆਂ ਨਾਲੇ। ਉਹ ਨਹੀਂ ਭੈਣੇ, ਤੂੰ ਵੀ ਨਾ ਆਪਦੀਆਂ ਗੱਲਾਂ ਹੀ ਲੈ ਕੇ ਬਹਿ ਜਾਣੀ ਆ, ਬਸ ਮੈਂ ਤਾਂ ਉਸੇ ਨੂੰ ਪਸੰਦ ਕਰਨਾ ਤੇ ਉਸੇ ਨੂੰ ਘਰੇ ਲੈ ਕੇ ਆਉਣਾ। ਫਿਰ ਜ਼ਮੀਨ ਨਹੀਂ ਮੈਂ ਲਵਾਉਂਦੀ ਨਾ। ਲੈ ਇਹ ਕੋਈ ਗੱਲ ਹੋਈ? ਬਸ ਇਹੀ ਗੱਲ ਹੈ, ਮੈਂ ਤਾਂ ਮਸਾਂ ਆਪਦੀ ਮੁੱਠੀ 'ਚ ਜ਼ਮੀਨ ਕੀਤੀ ਹੈਗੀ, ਹੁਣ ਕਿਵੇਂ ਮੈਂ ਉਹਦੇ ਨਾਲ ਲਵਾ ਦਾਂ। ਹੁਣ ਯਾਰ ਪੰਗਾ ਹੀ ਪਾਤਾ ਭੈਣੇ ਤੂੰ ਤਾਂ, ਫਿਰ ਮੈਂ ਹੁਣ ਦੱਸ ਕੀ ਕਰਾਂ? ਲੈ ਵੀਰਾ, ਤੇਰੇ ਜਿੰਨਾ ਤਾਂ ਸਕੀਮੀ ਬੰਦਾ ਕੋਈ ਹੋਣਾ ਨਹੀਂ, ਕੋਈ ਲਾ ਨਵੀਂ ਸਕੀਮ। ਹੁਣ ਸਕੀਮ ਆ, ਲੈ ਭੈਣੇ ਆ ਵੀ ਆ ਗਈ ਦਿਮਾਗ 'ਚ, ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ, ਕੋਈ ਗੱਲ ਨਹੀਂ, ਤੂੰ ਘਰ ਤੇ ਰਹਿ ਜਾ। ਹੈ ਹਾਂ, ਮੈਂ ਚੱਲਦਾ ਫਿਰ। ਤੇ ਚਾਹ ਬਣਾਉਣੀ ਆ ਮੈਂ? ਨਾ ਨਾ ਬਸ, ਚਾਹ ਤਾਂ ਫੇਰ ਹੀ ਪੀਊਂਗਾ। ਦੋ ਘੁੱਟਾਂ ਦਾ ਪੀਜ਼ਾ ਚਾਹ ਦੀਆਂ, ਬਸ ਬਸ ਮੈਂ ਤਾਂ ਗੱਲਾਂ 'ਚ ਭੁੱਲ ਗਈ। ਉਹ ਕੋਈ ਗੱਲ ਨਹੀਂ, ਚਾਹ ਫੇਰ ਪੀਊਂਗਾ। ਚੰਗਾ ਭੈਣੇ, ਠੀਕ ਹੈ ਲੈ। ਜ਼ਮੀਨ ਤਾਂ ਆਪਣਾ ਦੀ ਮੈਂ ਮਸਾਂ ਮੁੱਠੀ 'ਚ ਕੀਤੀ ਆ, ਜ਼ਮੀਨ ਉਹਦੇ ਨਾਲ ਮੈਂ ਕਿਵੇਂ ਲਵਾ ਦਾਂ। ਆਇਆ ਸੀ ਵੱਡਾ ਮੇਰਾ ਭਾਈ, ਮੇਰੇ ਭਾਈ ਜਦੋਂ ਭੈਣ ਦੀ ਮਿਹਨਤ ਨਹੀਂ ਕਰੂੰਗਾ ਹੋਰ ਕਰਾਊਗਾ ਕੌਣ, ਕਹਿੰਦਾ ਜ਼ਮੀਨ ਹੋਰ ਉਹਦੇ ਨਾਲ ਕਰਦੇ। ਬੀਬੀ ਵੀ ਨਾ ਤਾਂ ਨਾ ਜਿਵੇਂ ਘਰ ਹੀ ਸੁਣਨਾ ਜਾ ਹੋ ਗਿਆ, ਮੈਂ ਕਿਹਾ ਸੀਗਾ ਵੀ ਆਪੇ ਛੱਡ ਆਉਣਗੇ ਇਹ, ਪਰ ਨਾ ਮੈਂ ਤਾਂ ਤੁਰ ਕੇ ਚਲੇ ਜਾਊਂ, ਪੇਕਿਆਂ ਦਾ ਜਾ ਕੇ ਇਹਨੂੰ ਨਹੀਂ ਹੁੰਦਾ। ਜੇ ਮੇਰੀ ਆਪਦੀ ਮਾਂ ਨਹੀਂ ਹੈਗੀ ਫਿਰ ਇਹਦਾ ਮਤਲਬ ਇਹ ਥੋੜ੍ਹਾ ਵੀ ਬੀਬੀ ਨੂੰ ਆਪਦੇ ਪੇਕਿਆਂ ਦਾ ਚਾਅ ਹੀ ਨਹੀਂ। ਭੱਜੀ ਗਈ ਆ, ਉਹ ਆਈ ਨਹੀਂ ਹੈਗੀ ਹਜੇ ਤੱਕ।
ਫਿਰ ਕਹਿ ਦਿੰਦੇ ਆ ਵੀ ਉਹਨਾਂ ਦੇ ਕੰਮਾਂ ਨੂੰ ਹੋ ਗਏ। ਵਾਹਿਗੁਰੂ ਸਤੋ ਨਾਮ ਸ੍ਰੀ ਵਾਹਿਗੁਰੂ। ਤੂੰ ਕੰਮ ਕਰਦੇ ਬੈਠੀ ਬੇਬੇ? ਬੇਬੇ ਤਾਂ ਗਈ ਪਿੰਡ। ਬਾਕੀ ਵੀ ਗਈ? ਹੋਰ ਮੈਂ ਕਿਹਾ ਸੀਗਾ ਵੀ ਛੱਡਿਆ ਨੇ। ਬੇਬੇ ਨੂੰ ਬਾਹਲੀ ਕਾਹਲੀ ਹੋ ਗਈ, ਅੱਗੇ ਜਮਾ ਨੀ ਜਾਂਦੀ ਸੀ ਮੈਨੂੰ ਛੱਡ ਕੇ। ਮੈਂ ਬਥੇਰਾ ਕਹਿ ਦਿੰਦਾ ਸੀਗਾ ਮੈਂ ਬੇਬੇ ਜਾਏ ਨਾ, ਚੱਲ ਫਿਰ ਵੀ ਤੈਨੂੰ ਆਹੋ ਜਿਹਾ ਮੈਂ ਤਾਂ ਆਪੇ ਕਰ ਲੂ ਗੱਲ ਨਾ। ਤਿਆਹ ਦੇਖਦਾ ਸਹੀ ਗੱਲ ਆ ਬਈ, ਜਿਹੜੀ ਬੁਰੀਆਂ ਸੋਚ ਹੁੰਦੀ ਨਾ ਉਹ ਸਹੀ ਪੂਰੀ ਹੋ ਜਾਂਦੀ। ਹੁਣ ਉਹਨੂੰ ਐਂ ਹੋ ਗਿਆ ਵੀ ਮੇਰੀ ਨੂੰਹ ਘਰੇ ਆ ਗਈ ਹਨਾ। ਹਾਂ ਵੀ ਆਪੇ ਰੋਟੀ ਪਾਣੀ ਦਿਆ ਕਰੋ। ਹਾਂ ਭਾਈ ਸਹੀ ਗੱਲ ਹੁੰਦੀ ਹੈ ਭਾਈ, ਚੱਲ ਕੋਈ ਗੱਲ ਨਹੀਂ, ਨਾਲੇ ਉਹ ਮਿਲਿਆ ਉਹ ਨਹੀਂ। ਬਾਕੀ ਫਿਰ ਸੁੱਖ ਵੀ ਦੇਣੀ ਜ਼ਰੂਰੀ ਆ ਨਾ। ਬੇਬੇ ਕਹਿੰਦੀ ਵੀ ਤੇਰੇ ਨਾਨਕੇ ਸੁੱਖ ਦੇ ਕੇ ਆਉਣੀ ਹੈ, ਕੋਈ ਸੁੱਖੀ ਹੋਣੀ ਆ, ਜਾਣਾ ਤਾਂ ਉਹਨਾਂ ਨੇ ਹੈ ਨਹੀਂ ਸੀਗਾ। ਵੱਡੀ ਗੱਲ ਤਾਂ ਇਹ ਆ, ਇੱਥੇ ਮੇਰੇ ਘਰ ਡੋਲੇ ਹੋਣੇ ਸੀਗੇ, ਉਹਦੀਆਂ ਦਵਾਵਾਂ ਨਾਲ ਹੀ ਸਾਰਾ ਕੁਛ ਹੋ ਗਿਆ। ਹਰ ਵਕਤ ਉਹ ਰੋਂਦੀ ਰਹਿੰਦੀ ਸੀ ਕਿ ਮੇਰੇ ਪੁੱਤ ਦਾ ਵਿਆਹ ਹੋ ਜਾਵੇ, ਮੇਰੇ ਪੁੱਤ ਦਾ ਵਿਆਹ ਹੋ ਜਾਵੇ। ਉਹ ਗੱਲ ਹੋ ਗਈ, ਰੱਬ ਨੇ ਨਾ ਉਹਦੀ ਨੇੜੇ ਹੋ ਕੇ ਸੁਣ ਲਈ। ਇਹ ਤਾਂ ਗੱਲ ਮੰਨਣ ਵਾਲੀ ਆ। ਮਤਲਬ ਮੈਂ ਕਹਿੰਦਾ ਸੀਗਾ ਚੱਲ ਕੇ ਕੰਮ ਤੇ, ਪਰ ਮੈਨੂੰ ਐਂ ਜਾ ਕਿ ਚੰਗਾ ਨਹੀਂ ਲੱਗਦਾ ਜਦੋਂ ਤੈਨੂੰ ਕੰਮ ਤੇ ਜਾਂਦਾ। ਮੈਨੂੰ ਐਂ ਨਹੀਂ ਹੁੰਦਾ ਵੀ ਇਹ ਵੀ ਕੰਮ ਕਰਦੀ, ਮੈਂ ਤਾਂ ਚੱਲ ਜਿਹੜੇ ਧੱਕੇ ਖਾਣੇ ਖਾਣੀ ਆ। ਕੋਈ ਗੱਲ ਨਹੀਂ, ਫਿਰ ਕੀ ਹੁੰਦਾ ਏ, ਨਾਲੇ ਘਰ ਤਾਂ ਰਲ ਮਿਲ ਕੇ ਚੱਲਦਾ ਹੁੰਦਾ। ਚੱਲ ਤੈਨੂੰ ਤਾਂ ਨਹੀਂ ਕੋਈ ਇਤਰਾਜ਼ ਆ? ਨਹੀਂ ਨਹੀਂ ਮੈਨੂੰ ਕੀ ਇਤਰਾਜ਼ ਆ, ਘਰੇ ਵੀ ਤਾਂ ਆਪਾਂ ਕੰਮ ਕਰਦੇ ਆ, ਉੱਥੇ ਕਿਹੜਾ ਕੋਈ ਬੋਝ ਵਾਲਾ ਕੰਮ ਆ, ਰੋਟੀ ਬਣਾਉਣੀ ਆ ਜਾਂ ਫਿਰ ਭਾਂਡੇ ਭੁੰਡੇ ਹੋਏ। ਘਰੇ ਕਰਦੇ ਆ ਮੈਂ ਸਮਝ ਕੇ ਕਰਦਾ, ਘਰੇ ਕਰਨ ਤੇ ਉੱਥੇ ਕਰਨ 'ਚ ਬਹੁਤ ਫਰਕ ਆ। ਹੁਣ ਕੰਮ ਤਾਂ ਮੈਂ ਵੀ ਕਰਦਾ ਉੱਥੇ ਜਾ ਕੇ, ਫਰਕ ਬਹੁਤਾ, ਇੱਕ ਮਜਬੂਰੀ ਹੋ ਜਾਂਦੀ ਆ। ਜੱਟ ਦਾ ਪੁੱਤ ਕਿਸੇ ਦੇ ਦਿਹਾੜੀ ਕਰੇ ਚੰਗਾ ਤਾਂ ਨਹੀਂ ਲੱਗਦਾ, ਪਰ ਕਹਿੰਦੇ ਜਦੋਂ ਮਜਬੂਰੀਆਂ ਪੈ ਜਾਣ ਉਦੋਂ ਸਾਰਾ ਕੁਛ ਕਰਨਾ ਪੈਂਦਾ। ਮੇਰੇ 'ਤੇ ਪਰਮਾਤਮਾ ਨੇ ਇਹੋ ਜਿਹਾ ਵਕਤ ਪਾਇਆਗਾ, ਪਤਾ ਨਹੀਂ ਕਦੋਂ ਕੱਢੂਗਾ। ਕੋਈ ਗੱਲ ਨਹੀਂ, ਰੱਬ ਦੇ ਘਰ ਨਾ ਦੇਰ ਆ, ਅੰਧੇਰ ਥੋੜ੍ਹੀ ਆ, ਆਪੇ ਸਾਰਾ ਕੁਛ ਸੈੱਟ ਹੋ ਜਾਣਾ, ਬਸ ਰੱਬ ਤੇ ਯਕੀਨ ਰੱਖਣਾ ਚਾਹੀਦਾ ਬੰਦੇ ਨੂੰ। ਮੈਂ ਤਾਂ ਯਕੀਨ ਨਾਲ ਤੁਰਿਆ ਫਿਰਦਾਗਾ, ਮੇਰੀ ਮਾਂ ਵੀ ਮੈਨੂੰ ਬੇਬੇ ਵੀ ਹਜੇ ਰੋਜ਼ ਕਹਿ ਦਿੰਦੀ ਹੈ ਤੂੰ ਮੇਰਾ ਕਿਹਾ ਮੰਨਿਆ ਨਹੀਂ, ਆਏ ਨਹੀਂ ਕੀਤਾ, ਕੌਣ ਕੀਤਾ, ਤਾਂ ਆਹ ਗੱਲਾਂ ਹੁਣ ਤੂੰ ਕਹਿਣ ਲੱਗ। ਚੱਲ ਕੋਈ ਗੱਲ ਨਹੀਂ, ਛੋਟੀ ਹੁਣ ਪਹਿਲਾਂ ਇਕੱਲੇ ਮੇਰੀ ਬੇਬੇ ਸੀ, ਹੁਣ ਨਾਲ ਤੂੰ ਹੋ ਗਈ, ਕਿਤੇ ਤਾਂ ਪਰਮਾਤਮਾ ਵਾਹਿਗੁਰੂ ਸੁਣੋਗੇ ਨਾ ਆਪਣੀ? ਸੁਣੂਗਾ, ਜ਼ਰੂਰ ਸੁਣੂਗਾ। ਬਸ ਫਿਰ ਜੇ ਪਰਮਾਤਮਾ 'ਤੇ ਭਰੋਸਾ, ਬਸ ਮੇਰੇ ਤਾਂ। ਮੇਰੀ ਨਾ ਬੇਬੇ ਕਹਿੰਦੀ ਹੁੰਦੀ ਸੀ ਵੀ ਠੱਗੀਆਂ ਮਾਰਦੇ ਬੰਦੇ ਨੂੰ ਤਾਂ ਕੋਈ ਨਹੀਂ ਦੇਖਦਾ, ਪਰ ਜਦੋਂ ਬੰਦਾ ਠੱਗੀਆਂ ਦਾ ਹਰਜ਼ਾਨਾ ਭਰਦਾ ਨਾ, ਉਦੋਂ ਉਹਨੂੰ ਹਰ ਕੋਈ ਦੇਖਦਾ। ਇਸ ਕਰਕੇ ਨਾ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਆਪਦੇ ਹੱਕ ਦਾ ਖਾ ਲਓ ਤੇ ਇਮਾਨਦਾਰੀ ਦਾ, ਪਰ ਥੋੜਾ ਖਾ ਲਓ। ਸਹੀ ਗੱਲ ਆ, ਆ ਜਿਹੜੀਆਂ ਗੱਲਾਂ ਤੂੰ ਕਹੀ ਜਾਂਦੀ ਨਾ, ਇਹੀ ਗੱਲਾਂ ਮੇਰੇ ਮਨ 'ਚ ਚੱਲਦੀਆਂ ਹੁੰਦੀਆਂ। ਮੈਨੂੰ ਐਂ ਲੱਗਦਾ ਤੇਰੇ ਵਿਚਾਰ ਵੀ ਉਹੀ ਆ ਤੇ ਮੇਰੇ ਵੀ ਉਹੀ ਆ। ਚੱਲ ਸਹੀ ਗੱਲ ਆ, ਆਪਾਂ ਕਿਹੜਾ ਕਿਸੇ ਨਾਲ ਠੱਗੀ ਕਰਦੇ ਆ, ਆਪਣੀ ਮਿਹਨਤ ਕਰਦੇ ਆ, ਜਿੰਨੀ ਮਰਜ਼ੀ ਮਿਹਨਤ ਕਰੀ ਜਾਈਏ, ਸਭ ਕੁਛ ਆਪਣਾ ਹੀ ਆ। ਚੱਲੇ ਹੁਣ? ਚੱਲ ਚੱਲ ਫਿਰ, ਚੱਲ ਗਏ ਜਾਣੇ ਜਾਣਾ, ਫਿਰ ਤੈਨੂੰ ਪਤਾ ਹੀ ਉਹ ਤਾਂ ਫਿਰ ਉਹ ਖੜਖੜਾਉਣ ਲੱਗ ਜਾਂਦਾ। ਪਹਿਲਾਂ ਮੈਂ ਗੋਹੇ ਦਾ ਤੁਹਾਨੂੰ ਵੇੜ ਕੇ ਤੜਕੇ, ਮੈਂ ਕਿਹਾ ਤੂੰ ਕਿੱਥੇ ਕਰੇਗਾ, ਥੋੜ੍ਹਾ ਜਿਹਾ ਰਹਿੰਦਾ ਮੈਂ ਵੀ ਚੱਕ ਦਿੰਦਾ ਗਾ, ਤੇ ਤੂੰ ਉੱਧਰ ਕਰ ਲੈ ਤੇ ਮੈਂ ਇਹਨਾਂ ਨੂੰ ਮਾੜਾ ਮਾੜਾ ਦਾਣਾ ਜਿਹਾ ਹੋਰ ਲਾ ਦੇ। ਠੀਕ ਹੈ? ਹਾਂ ਤੂੰ ਜਾ ਫਿਰ, ਦਾਣਾ ਜਿਹਾ ਮੈਂ ਮਾੜਾ ਮਾੜਾ ਹੋਰ ਲਾ ਦਾਣਾ, ਇਹਨਾਂ ਡੱਕ ਲੈਣਗੇ। ਹਾਂਜੀ ਯਾਰ, ਬਾਹਲਾ ਹੀ ਟਾਈਮ ਹੋ ਗਿਆ, ਅਜੇ ਤੱਕ ਆਏ ਨੀਗੇ। ਹੈ ਆ ਗਏ? ਹਾਂ ਵੀਰੇ ਆ ਗਈ, ਆ ਲਓ ਚਾਹ ਪੀ ਲਓ। ਕਨਾ ਮੈਨੂੰ ਪੀਰ ਵਾਲੀ ਪੀਰਾਂ ਆ ਗਿਆ ਕਰ ਗੱਲ ਗੱਲ 'ਤੇ, ਹੁਣ ਤੇਰਾ ਮੇਰੇ ਨਾਲ ਵਿਆਹ ਹੋਊਗਾ। ਵਿਆਹ ਜਦੋਂ ਹੋਊਗਾ ਨਾ ਉਦੋਂ ਦੇਖਾਂਗੇ। ਇਹ ਵੀ ਤੇਰਾ ਛੇਤੀ ਵਹਿਮ ਕੱਢ ਦੂੰਗਾ, ਨਾਲੇ ਚਾਹ ਤੂੰ ਵੀ ਪਾ ਲਿਆਉਂਦੀ, ਇਕੱਠੇ ਬੈਠ ਕੇ ਪੀਂਦੇ। ਕੋਈ ਗੱਲ ਨਹੀਂ, ਜਦੋਂ ਵਿਆਹ ਹੋ ਗਿਆ ਫਿਰ ਇਕੱਠੇ ਬਹਿ ਵੀ ਚਾਹ ਪੀਣੀ ਆ, ਪੀ ਲੂੰਗੀ। ਚੱਲ ਕੋਈ ਨਹੀਂ, ਚੜ੍ਹਨਾ ਕਿੱਥੇ ਹੈ? ਉੱਧਰ ਹੀ ਆ ਡੰਗਰਾਂ ਵਾਲੇ 'ਚ।
ਕਰ ਲਾ ਕੰਮ ਤੋਂ, ਤੈਨੂੰ ਛੇਤੀ ਇਸ ਘਰ ਦੀ ਰਾਣੀ ਬਣਾਊਂਗਾ, ਤੂੰ ਵੀ ਯਾਦ ਰੱਖੇਂਗੀ ਮੈਨੂੰ। ਪਹਿਲਾਂ ਤਾਂ ਮੈਂ ਇਹਦੇ ਵਾਲੇ ਡੰਗਰ ਨੂੰ ਮਿਲਾਂ, ਫਰਕਾ ਡੰਗਰ ਰੱਖ ਬਣਦੀ ਨਾ ਗੱਲ। ਉਹ ਕਿਵੇਂ ਬਾਈ? ਠੀਕ ਹੈ ਵਧੀਆ, ਤੂੰ ਦੱਸਾ ਦਾ ਬਾਈ? ਉਹ ਠੀਕ ਹੈ, ਤੂੰ ਕਿੰਨੇ ਵਾਰੀ ਕਿਹਾ ਤੈਨੂੰ ਨਾਲੇ, ਤੂੰ ਪਹਿਲਾਂ ਚਾਹ ਪਾਣੀ ਪੀਆ ਕਰ, ਕੰਮ ਤਾਂ ਹੁੰਦਾ ਹੀ ਰਹੂਗਾ। ਉਹ ਚੱਲ ਕੋਈ ਨਹੀਂ, ਉਹ ਅਸੀਂ ਜਦੋਂ ਰੇਤ ਆਏ ਨਾ, ਮੈਂ ਉਹਨੂੰ ਜਾ ਕੇ ਕਹਿੰਦਾ ਤੂੰ ਚਾਹ ਬਣਾ ਲਾ, ਤੇ ਮੈਂ ਇਹਨੇ ਪਸੂਆਂ ਨੂੰ ਮਿਲੇ ਤੈਨੂੰ, ਆਹ ਕੂਲਰ ਦਾ ਖੜ ਗਿਆ ਸੀਗਾ, ਤਾਰ ਦੀ ਨਿਕਲ ਗਈ ਸੀ, ਮੈਂ ਇਹ ਪਾਉਂਦਾ ਸੀਗਾ। ਮਜ਼ਾ ਰੀਤ ਨੂੰ ਵੀ ਕਿਹਾ, ਪਹਿਲਾਂ ਆਪਦਾ ਭਾਈ ਚਾਹ ਪਾਣੀ ਪੀਓ, ਕੰਮ ਫੇਰ ਕਰਿਓ। ਕੰਮ ਦਾ ਕੀ ਹੈ ਯਾਰ, ਤੁਹਾਡੇ ਹੀ ਕੰਮ ਹੈ, ਘੱਟ ਕਰ ਲਓਗੇ ਵੱਧ ਕਰ ਲਓਗੇ? ਹੈ ਉਹ ਕਰਨਾ ਤਾਂ ਅਸੀਂ ਹੁੰਦਾ, ਮੈਂ ਤੇਰੀ ਗੱਲ ਸਮਝ ਗਿਆ, ਫਿਰ ਵੀ ਅਸੀਂ ਕੰਮ ਆਪਦਾ ਬਣਾ ਕੇ ਕਰਦੇ ਹਾਂ। ਉਹ ਮੈਂ ਵੀ ਤੁਹਾਡਾ ਆਪਦਾ ਹੀ ਹੈ, ਮੈਂ ਕਿਹੜਾ ਬਾਹਰ ਹਾਂ ਸੋਥੋਂ, ਮੈਂ ਤਾਂ ਨਾ ਤੇਰੇ ਕੋਲ ਕੰਮ ਆਇਆ ਸੀ ਕੋਈ। ਹਾਂ ਦੱਸ ਬਾਈ ਕੀ ਕੰਮ ਹੈ? ਕੰਮ ਤਾਂ ਇਹ ਹੈ, ਤੂੰ ਉਹਦੇ ਪੈਸੇ ਜੇ ਮੰਗਦਾ ਸੀਗਾ। ਮੈਂ ਸੋਚਿਆ ਮਹਾ ਚੱਲ ਦੇ ਹੀ ਰਹਿਣਾ, ਹੁਣ ਕਬੀਲਦਾਰੀ ਤੁਹਾਡੀ ਵੱਡੀ ਹੈ। ਕੀ ਦੇਖਦਾ ਲੈਣੇ ਨੀ? ਨਾ ਨਾ, ਉਹ ਤਾਂ ਹੀ ਤਾਂ ਕੰਮ ਕਰਦੇ ਆ, ਤੈਨੂੰ ਪਤਾ ਤਾਂ ਹੈਗਾ, ਇਹਨਾਂ ਆਉਣਾ ਕਿੱਥੋਂ ਸਰਦਾ, ਜੇ ਇਹ ਹੋਣਗੇ ਤਾਂ ਅਸੀਂ ਰੋਟੀ ਪਾਣੀ ਖਾਵਾਂਗੇ। ਹਾਂ ਆਪਾਂ ਕੀ ਕਰਨਾਗਾ, ਜਾ ਕੇ ਕੁਛ ਆਟਾ ਲਿਆਵਾਂਗੇ, ਕੁਛ ਦਾਲ ਲਿਆਵਾਂਗੇ, ਹੋਰ ਆਪਾਂ ਕੀ ਕਰਨਾਗਾ। ਲੈ ਚਾਹੇ ਹੋਰ ਲੋੜ ਹੈ ਹੋਰ ਲੈ ਜੀ। ਨਾ ਨਾ ਕੋਈ ਗੱਲ ਨਹੀਂ, ਠੀਕ ਹੈ, ਮੈਂ ਤਾਂ ਤੇਰਾ ਹੱਕ ਹੋਈ ਨਹੀਂ ਰੱਖਦਾ। ਚੱਲ ਉਹ ਤਾਂ ਹੀ ਫਿਰ ਐਡਾ ਵੱਡਾ ਪਿੰਡ ਵੱਸਦਾ, ਹਾਂ ਤੇਰੇ ਕੋਲ ਮੈਂ ਕਾਹਦੇ ਵਾਸਤੇ ਆਇਆ, ਹੋਰ ਦੱਸ। ਉਹ ਤਾਂ ਠੀਕ ਹੈ, ਪਰ ਚਰਨਿਆ ਇੱਕ ਮੈਂ ਆਪਦਾ ਅਸੂਲ ਵੀ ਰੱਖਿਆ। ਹਾਂ ਦੱਸ ਬਾਈ। ਤੈਨੂੰ ਪਤਾ ਆਪਣਾ ਕੰਮ ਬਹੁਤ ਹੀ ਵੱਡਾ ਹੈ, ਹੈ ਇੰਨੇ ਕਿੱਲੇ ਹੈ, ਮੇਰਾ ਨਾ ਅਸੂਲ ਇਹ ਹੈ, ਜਿਹੜਾ ਮੈਥੋਂ ਪੈਸੇ ਲੈ ਲੈਂਦਾ ਉਹਦੀ ਮੈਂ ਲਿਖਤ ਪੜ੍ਹਤ ਕਰ ਲੈਣਾ। ਇੱਕ ਨਾ ਮੈਂ ਪੈਸੇ ਦੇਣ ਦੇ ਮਾਮਲੇ 'ਚ ਨਾ ਕੁੱਤੇ ਬੰਦਾ ਹੀ ਹਾਂ, ਤੈਨੂੰ ਪਤਾ ਮੈਂ ਕਿਹੜਾ ਕੁੱਤਾ? ਗੁਲੀ ਕੁੱਤਾ। ਕਿਹੜਾ ਕੁੱਤਾ? ਗੁਲੀ ਦੇਖਿਆ ਕਦੇ? ਬਹੁ ਮੈਂ ਤਾਂ ਨਹੀਂ ਦੇਖਿਆ ਕਿਤੇ, ਪਤੰਦਰਾ ਜੇ ਕੁੱਤਾ ਉਹ ਦੇਖੀ ਜਾਓ, ਤੂੰ ਤਾਂ ਮੈਨੂੰ ਪਹਿਲੀ ਵੱਢੀ ਜਾਂਦਾਗਾ। ਉਹ ਨਹੀਂ ਮੈਂ ਸਮਝਾਉਂਦਾ, ਜੇ ਛੇੜੇ ਨਾ ਕਹਿੰਦਾ ਪਾੜ ਦਿੰਦਾ, ਜੇ ਨਾ ਛੇੜੇ ਫਿਰ ਮੇਰੇ ਵਰਗਾ ਸ਼ਰੀਫ ਬੰਦਾ ਕੋਈ ਨਹੀਂ। ਉਹ ਤੇ ਗੱਲ ਤਾਂ ਠੀਕ ਹੈ, ਮੈਂ ਸਮਝ ਗਿਆ, ਆਪਾਂ ਕੀ ਕਰਨਾ ਗਾ, ਤੈਨੂੰ ਪਤਾ ਤਾਂ ਹੈਗਾ ਆਪਾਂ ਕਿਹੜੇ, ਆਪਾਂ ਟਾਈਮ ਪਾਸ ਕਰਨ ਵਾਲਾ ਬੰਦਾ ਗਾ, ਮੈਂ ਉਹਨਾਂ 'ਚ ਕਿੱਥੋਂ ਆਵਾਂ ਛੇੜਨ ਵਾਲੇ 'ਚ। ਬਾਕੀ ਰਹੀ ਗੱਲ ਸੈਨਾ ਦੀ, ਜਿੱਥੇ ਕਹੀਏ ਮੈਂ ਕਰ ਦਿੰਦਾ, ਮੈਂ ਤੇਰੇ ਨਾਲ ਲੜ ਕੇ ਗਿਆ, ਤੂੰ ਕਿੱਥੇ ਮੈਂ ਕਿੱਥੇ, ਇੰਨਾ ਤਾਂ ਭਰੋਸਾ ਤੇਰੇ ਦੀ ਮੈਨੂੰ। ਬਸ ਫਿਰ ਹਾਂ, ਬਸ ਇਹ ਹੈ ਨਾ ਆਹ ਲਿਖਤ ਪੜ੍ਹ ਯਾਦ ਰਹਿ ਜਾਂਦੀ ਹੈ। ਲੈ ਜੇ ਪੜ੍ਹ ਸਕਦਾ ਤਾਂ ਪੜ੍ਹ ਲੈ, ਨਹੀਂ ਸਹਿਣ ਮਾਰੀ ਦੇ। ਸਭ ਤੋਂ ਵੱਡੀ ਗੱਲ ਭਰੋਸੇ ਦੀ ਹੁੰਦੀ ਹੈ, ਜੇ ਮੈਂ ਹੁਣ ਤੇਰੇ ਕੰਮ ਕਰਦਾ ਤੇ ਮੇਰਾ ਵੀ ਹੱਕ ਬਣਦਾ, ਮੈਂ ਤੇਰੇ 'ਤੇ ਭਰੋਸਾ ਰੱਖਾਂ, ਮੇਰੇ ਕੋਲ ਕਿਹੜਾ ਜ਼ਮੀਨ ਆ ਵੀ ਉਹ ਨਾ ਲਵਾ ਲਈਗਾ। ਚੱਲ ਤੇਰੇ ਕੋਲ ਕਿਹੜਾ ਜ਼ਮੀਨ ਆ ਫਿਰ, ਕਰਦੇ ਸਹਿਣ ਸਹਿਣ, ਸਹੀ ਗੱਲ ਆ, ਕੋਈ ਮੁੱਠਾ ਲਾਉਣਾ ਕਿ ਸਹਿਣ ਕਰਦਾ ਨਾ, ਸਹਿਣ ਕਰ ਲੈਂਦਾ ਨਾ ਮੈਂ। ਅੱਛਾ ਮਾੜੇ ਮੋਟੇ ਆਉਂਦੇ ਆ, ਮੈਂ ਤਾਂ ਮਾੜਾ ਮੋਟਾ ਪੜ੍ਹ ਵੀ ਲੈਂਦੇ ਨੇ। ਅੱਛਾ ਸਹਿਣ ਵੀ ਕਰ ਲੈਂਦਾ ਹੈ, ਲੈ ਫਿਰ ਕਰਦੇ ਸਹਿਣ ਆਪਦੀ ਕਿਸਮਤ ਦੇ। ਸਹੀ ਗੱਲ ਆ, ਕਿਸਮਤ ਦੀ ਗੱਲ ਨਹੀਂ ਪੈਂਦੇ, ਮੇਰੀ ਤਾਂ ਕਿਸਮਤ ਆਈ ਮਾੜੀ ਦੇ, ਪਹਿਲਾਂ ਮੇਰੇ ਭਰਾ ਨੇ ਮੇਰੇ ਨਾਲ ਕੀ ਕੀਤਾ ਸੀ, ਤੂੰ ਵੀ ਉਹੀ ਗੱਲ ਮੇਰੇ ਫਿਰ ਯਾਦ ਕਰਾ ਦਿੱਤੀ, ਕੋਈ ਗੱਲ ਨਹੀਂ। ਉਹ ਨਹੀਂ ਜਿਹੜਾ ਭਾਈ ਕਰ ਗਿਆ ਕਰ ਗਿਆ, ਹੈ ਹੁਣ ਤਾਂ ਤੇਰੀ ਕਿਸਮਤ ਚੌਂਕਣ ਵਾਲੀ ਹੈ। ਚੱਲ ਕੋਈ ਨਹੀਂ, ਤੇਰੇ ਬੋਲ ਸੁਲੱਖਣੇ ਹੋਣ, ਠੀਕ ਹੈ ਓਕੇ, ਅਤੇ ਮੇਰੀ ਵੀ ਮਹਾਰਾਜ ਸੁਣ ਲਏ, ਹੁਣ ਤੂੰ ਬੇਫਿਕਰ ਹੋ ਕੇ ਕੰਮ ਕਰ, ਤੇਰੀ ਤਾਂ ਮਹਾਰਾਜ ਨੇ ਬਹੁਤ ਵਧੀਆ ਸੁਣੀ ਹੈ, ਉਹ ਵੀ ਨੇੜੇ ਹੋ ਕੇ। ਆਹ ਤਾਂ ਤੇਰੀ ਸਹੀ ਗੱਲ ਆ ਭਾਈ,
ਸਾਡੇ ਵਰਗੇ ਬੰਦੇ ਦੀ ਤਾਂ ਰੱਬ ਹੀ ਸੁਣਦਾ ਗਾ, ਚਾਹੇ ਤੇਰੇ ਵਰਗੇ ਬੰਦੇ। ਮੇਰੇ ਵਰਗੇ ਬੰਦੇ ਆ, ਚੱਲ ਠੀਕ ਹੈ ਕਰ ਲੈ ਕੰਮ। ਕਹਿੰਦਾ ਤੁਹਾਡੇ ਚ ਰੱਬ ਵੱਸਦਾ। ਸੋਹਣੀਆਂ ਚੀਜ਼ਾਂ ਨੂੰ ਅਕਸਰ ਲੋਕ ਦੇਖਦੇ ਹੁੰਦੇ ਆ। ਮੈਂ ਨਾ ਕੋਈ ਚੀਜ਼ ਨਹੀਂ ਹੈਗੀ, ਜੇ ਤੈਨੂੰ ਐਡਾ ਹੀ ਕੋਈ ਦੁੱਖ ਆ ਨਾ, ਅਸੀਂ ਤੇਰੇ ਕੰਮ ਤੇ ਹੀ ਨਹੀਂ ਆਉਣਾ ਹੈਗਾ। ਰਾਹ ਛੱਡ ਮੇਰਾ। ਐ ਕਿਵੇਂ ਛੱਡਦਾ ਤੇਰਾ ਰਾਹ, ਨਾਲੇ ਕਰਮਾ ਜਿਹੜੇ ਰਾਹ ਚ ਖੜ ਗਿਆ ਨਾ ਤਾਂ ਪੱਥਰ ਬਣ ਕੇ ਖੜ ਜਾਂਦਾ, ਫਿਰ ਜਿਹੜਾ ਮਰਜ਼ੀ ਹੋਇਆ ਰਾਹ ਚ ਫਿਰ ਨਹੀਂ ਕਰਮਾ ਦੇਖਦਾ। ਚੱਲ ਪਿੱਛੋ। ਮੈਨੂੰ ਧੱਕਾ, ਤੂੰ ਜਾਣਦੀ ਨਹੀਂ ਮੈਨੂੰ। ਨਾਲੇ ਇਸ ਤੋਂ ਬਾਅਦ ਨਾ ਸਾਡੇ ਘਰੇ ਆਉਣ ਦੀ ਲੋੜ ਨਹੀਂ ਹੈਗੀ, ਅਸੀਂ ਨਹੀਂ ਕੰਮ ਕੁੰਮ ਕਰਨਾ ਤੇਰੇ। ਕੰਮ ਕੰਮ ਤਾਂ ਹੁਣ ਤੁਹਾਡੀਆਂ ਪੋਸਟਾਂ ਵੀ ਇੱਥੇ ਹੀ ਕਰਨਗੀਆਂ। ਕਿਉਂ, ਅਸੀਂ ਕੋਈ ਤੈਨੂੰ ਵੇਚੇ ਨਹੀਂ ਹੋਏ, ਕੰਮ ਕਰਨਾ ਜਿੱਥੇ ਮਰਜ਼ੀ ਕਰ ਲਈਏ। ਬੋਲਦੀ ਬੜਾ, ਇੰਨੇ ਜੋਗੀ ਲੱਗਦੀ ਤਾਂ ਹੈ ਨਹੀਂ ਹੈ। ਇਹ ਕੀ ਆ ਹੁਣ? ਨਾਲੇ ਕਰਮਾ ਕੱਚੇ ਕੰਮ ਥੋੜੀ ਕਰਦਾ, ਜੇ ਤੈਨੂੰ ਹਾਸਲ ਕਰਨਾ ਸੀ ਨਾ ਮੈਂ ਸਭ ਕੁਛ ਕਰ ਸਕਦਾ। ਸਭ ਕੁਛ ਦਾ ਮਤਲਬ ਸਭ ਕੁਛ ਕੀ ਭੁੰਕੀ ਜਾਨਾ ਹੈ ਕੀ ਇਹ? ਤੂੰ ਕਹਿੰਦੀ ਸੀ ਨਾ ਅਸੀਂ ਤੇਰੇ ਕੋਲ ਵੇਚੇ ਨਹੀਂ ਹੈਗੇ, ਤੇਰੇ ਤਾਂ ਬੋਲ ਪੂਰੇ ਹੋ ਗਏ, ਤੂੰ ਤਾਂ ਮੇਰੇ ਕੋਲ ਵੇਚੀ ਸਮਝ। ਬਕਵਾਸ ਜੀ ਨਾ ਕਰ, ਠੀਕ ਆ? ਬਕਵਾਸ ਮੈਂ ਨਹੀਂ ਕਰਦਾ, ਪੁੱਛ ਲਈ ਆਪਦੇ ਘਰ ਵਾਲੇ ਨੂੰ। ਆ ਦੇਖ ਚਰਨੇ ਦੇ ਸੈਨ ਨੇ, ਉਰੇ ਪੜ ਲੈ। ਰਹਿ ਗਈਆਂ ਨਾ ਅੱਖਾਂ ਦੀਆਂ ਅੱਖਾਂ ਅੱਡੀਆਂ, ਹੁਣ ਬੋਲ ਇਸ ਦੁਨੀਆ ਤੇ ਕੀ ਨਹੀਂ ਵੇਖ ਸਕਦਾ ਤੇ ਕੀ ਨਹੀਂ ਖਰੀਦ ਸਕਦਾ। ਤੂੰ ਜਾਣਦੀ ਨਹੀਂ ਹਜੇ ਮੈਨੂੰ। ਇਹ ਪੈਸੇ ਉਹਨਾਂ ਨੇ ਤੇਰੇ ਤੋਂ ਕਦੋਂ ਲਏ ਨੇ? ਤੂੰ ਉਹਨੂੰ ਆਪੇ ਪੁੱਛਣਾ, ਕਰ ਲਾ ਕੰਮ ਹੁਣ ਜਾਣਾ। ਪਰ ਸੋਚ ਲਈ ਤੇਰੇ ਭੋਲੇ ਪੰਛੀ ਦਾ ਕੀ ਹੋਊਗਾ, ਉਹ ਤਾਂ ਮੇਰੇ ਕੋਲ ਹੀ ਆ ਨਾ। ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਇੰਨੇ ਪੈਸੇ ਕਿਹੜੇ ਵੇਲੇ ਲੈ ਲਏ? ਕੋਈ ਲੋੜ ਤਾਂ ਹੈ ਨਹੀਂ ਸੀ ਇੰਨੇ ਪੈਸਿਆਂ ਦੀ। ਕੋਈ ਨਾ, ਪੁੱਛਦੀ ਇਹਨਾਂ ਨੂੰ ਇੰਨੇ ਪੈਸਿਆਂ ਦਾ ਕੀ ਕੀਤਾ ਹੈ, ਜਿਹੜਾ ਆਪਾਂ ਸਾਰੀ ਉਮਰ ਲਈ ਇਹੋ ਜਿਹੇ ਸੜੇ ਹੋਏ ਬੰਦੇ ਕੋਲੇ ਫਸ ਗਏ। ਸਮਝ ਨਹੀਂ ਆਉਂਦੀ ਵੀ ਇੰਨੇ ਪੈਸੇ ਦਾ ਕੀਤਾ ਕੀ ਆ, ਕੀ ਪਤਾ ਵਿਆਹ ਤੋਂ ਪਹਿਲਾਂ ਕਿਸੇ ਨੂੰ ਦਿੱਤੇ ਹੋਣ। ਜੇ ਬਾਅਦ ਚ ਲਏ ਨੇ ਫਿਰ ਇੰਨੇ ਪੈਸੇ ਗਏ ਕਿੱਥੇ? 10 ਲੱਖ ਕਿਹੜਾ ਥੋੜਾ ਹੁੰਦਾ,
ਜੇ ਹੋਰ ਨਹੀਂ 5-4 ਲੱਖ ਲਾ ਕੇ ਘਰ ਹੀ ਬਣਾ ਲੈਂਦੇ ਮਾੜਾ ਮੋਟਾ, ਪਰ ਨਾ ਐਸ਼ ਪ੍ਰਸਤੀਆਂ ਕੀਤੀਆਂ ਹੋਣੀਆਂ। ਓਹੋ, ਵੀ ਭਾਜੀ ਤੂੰ ਪਹਿਲੇ ਆ ਗਈ। ਹਾਏ ਹਾਏ, ਤਾਂ ਗਰਮੀ ਨੇ ਲੈ ਲਏ, ਗਰਮੀ ਵਾਲੀ ਆ, ਇੱਕ ਆ ਗਰੀਬੀ। ਸਹੀ ਗੱਲ ਆ, ਪੈਸੇ ਬਿਨਾਂ ਕੁਛ ਨਹੀਂ ਬਣਦਾ, ਗਰੀਬ ਦਾ ਗਰੀਬ ਤਾਂ ਹੀ ਮਰ ਜਾਂਦਾ ਕਿ ਨਹੀਂ। ਹਾਂ ਉਹ ਤਾਂ ਹੈਗਾ, ਕੁਛ ਕੁ ਬੰਦੇ ਤਾਂ ਨਾ ਆਪਦੇ ਲੱਛਣਾਂ ਕਰਕੇ ਗਰੀਬ ਹੋ ਜਾਂਦੇ ਆ। ਨਾ ਨਾ, ਉਹ ਜਿਹਦੇ ਗਰੀਬੀ ਹੁੰਦੀ ਹੈ ਨਾ, ਉਹਨੂੰ ਪਤਾ ਹੁੰਦਾ ਕਾਨੂੰ, ਜਦੋਂ ਬੰਦਾ ਗਰੀਬ ਹੋ ਜਾਂਦਾ ਨਾ, ਉਹਦਾ ਵਿੱਚ ਇੰਨੇ ਗਾਣੇ ਲੱਗ ਜਾਂਦੇ ਆ ਜਿਹਦੇ ਲੱਛਣ ਮਾੜੇ ਸੀਗੇ। 100 'ਚ ਇੱਕ ਇਹੋ ਜਿਹਾ ਹੁੰਦਾ ਗਾ ਜਿਹੜਾ ਨਸ਼ਿਆਂ 'ਚ ਆਪਣੀ ਜ਼ਿੰਦਗੀ ਗਾ ਦਿੰਦਾ, ਗਲਤ ਕੰਮਾਂ 'ਚ ਗਾ ਦਿੰਦਾ। ਆਹ ਦੇਖ ਲੈ, ਮੈਂ ਕਾਹਦੇ 'ਚ ਗਾਲੀ, ਆਪਦੇ ਭਰਾ ਵਿੱਚ ਸਾਰੀ। ਮੈਂ ਕੋਈ ਵਹਿਲ ਕਰਦਾ ਸੀ ਜਾਂ ਨਸ਼ਾ ਕਰਦਾ ਸੀ? ਸੋਚੋ ਨਾ, ਇੱਕ ਇਹੋ ਜਿਹਾ ਵੀ ਹੁੰਦਾ ਜਿਹੜਾ ਪੈਸੇ ਆਪ ਖਾ ਜਾਂਦਾ ਤੇ ਬਾਅਦ ਵਿੱਚ ਜ਼ਿੰਦਗੀ ਆਪਦੀ ਘਰ ਵਾਲੀ ਦੀ ਸਾਰੀ ਬਰਬਾਦ ਕਰ ਦਿੰਦਾ। ਮੈਂ ਤਾਂ ਇਹੋ ਬੰਦੇ ਨੂੰ ਬੰਦਾ ਨਹੀਂ ਗਿਣਦਾ ਜਿਹੜਾ ਆਪਦੀ ਘਰ ਵਾਲੀ ਨੂੰ ਕੰਮ 'ਤੇ ਲਾ ਗਿਆ। ਤੂੰ ਮੇਰਾ ਜ਼ਰੂਰ ਜਾਂਦੀ ਆ, ਪਰ ਮੈਨੂੰ ਫਿਰ ਵੀ ਨਹੀਂ ਚੰਗਾ ਲੱਗਦਾ। ਮੈਂ ਤਾਂ ਇਹੋ ਬੰਦੇ ਦੇ ਬਰਖਲਾਫ ਆ। ਅੱਛਾ, ਹਾਂ ਪਰ ਕੁਛ ਕੁ ਤਾਂ ਦੁਨੀਆ ਦੇ ਲੋਕ ਇਹੋ ਜਿਹੇ ਵੀ ਪਏ ਆ ਵੀ ਸਾਰੀ ਉਮਰ ਵਾਸਤੇ ਆਪਦੀ ਘਰ ਵਾਲੀ ਨੂੰ ਉਸੇ ਜਗ੍ਹਾ ਤੇ ਵੇਚ ਵੀ ਦਿੰਦੇ ਨੇ। ਫਿਰ ਉਹ ਬੰਦਾ ਥੋੜ੍ਹੀ ਹੁੰਦਾ, ਇਹ ਬੰਦੇ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਇਹ ਬੰਦਾ ਚਾਹੇ ਤਾਂ ਡੁੱਬ ਕੇ ਮਰ ਜੇ ਚਾਹੇ ਗਲ 'ਚ ਰੱਸਾ ਪਾ ਲੇ। ਅੱਛਾ ਫਿਰ ਦੇਰ ਕਾਹਦੀ ਆ, ਜਾਂ ਫਿਰ ਰੱਸਾ ਪਾ ਲਓ ਜਾ ਕੇ, ਜਾਂ ਫਿਰ ਡੁੱਬ ਕੇ ਹੀ ਮਰ ਜਾਓ। ਲੈ ਆਪਾਂ ਕਿਉਂ ਮਰ ਗਏ, ਆਪਾਂ ਕੀ ਕਿਸੇ ਕੁਛ ਦੇਣਾ ਹੈਗਾ? ਆਪਾਂ ਤਾਂ ਰੁਪਈਆ ਨਹੀਂ ਦੇਣਾ ਕਿਸੇ ਦਾ। ਹਾਂ ਤੁਸੀਂ ਤਾਂ ਕਿਸੇ ਰੁਪਈਆ ਨਹੀਂ ਦੇਣਾ, ਰੁਪਈਏ ਦੇਣੇ ਆ। ਇਹ ਆਪ ਦੇ ਰਹੇ ਨਹੀਂ, ਤੇਰੀ ਸੌ ਮਾਲ ਹੈ, ਜੇ ਕਿਸੇ ਦਾ 1 ਰੁਪਈਆ ਵੀ ਦੇਣਾ ਹੋਵੇ। ਮੈਂ ਤਾਂ ਕਹਿ ਰਹੀ ਹਾਂ, ਮੈਂ ਆਪਾਂ ਕਿਸੇ 1 ਰੁਪਈਆ ਥੋੜਾ ਦੇਣਾ, ਹਾਂ ਫਿਰ ਆਪਾਂ ਉਹੀ ਤਾਂ ਗੱਲ ਆ। ਰੁਪਈਏ ਦੇਣੇ ਆ, ਉਹ ਵੀ ਹਜ਼ਾਰਾਂ 'ਚ ਨਹੀਂ ਲੱਖਾਂ 'ਚ। ਕਿਹਨੇ? ਤੁਸੀਂ ਲੈ ਕਮਾਲ ਵਾਲੀ ਤਾਂ, ਮੈਂ ਤੇਰੇ ਸਿਰ ਤੇ ਹੱਥ ਕੇ ਸੌ ਖਾ ਕੇ ਝੂਠੀ ਖਾ ਗਿਆ ਕੋਈ? ਇੱਕ ਚਲੋ ਗੱਲ ਤੈਨੂੰ ਨਹੀਂ ਯਕੀਨ ਨਾ, ਮੈਂ ਵੈਸੇ ਸੌ ਖਾ ਕੇ ਜਾਣਾ, ਆਪਾਂ ਕਿਸੇ ਰੁਪਈਆ ਨਹੀਂ ਦੇਣਾ। ਜੇ ਚਲੋ ਤੈਨੂੰ ਫਿਰ ਵੀ ਨਹੀਂ ਯਕੀਨ ਨਾ, ਪਰਮਾਤਮਾ ਦਾ ਹੈਗਾ ਹੀ ਆ, ਚੱਲ ਮੇਰੇ ਤਾਂ ਨਹੀਂ। ਜਦੋਂ ਕਿਸੇ ਦਾ ਕਿਤੇ ਫਾਇਦਾ ਹੁੰਦਾ ਹੁੰਦਾ ਨਾ, ਉਹਨੂੰ ਸੌ ਖਾਣੀ ਬਾਹਲੀ ਸੌਖੀ ਹੋ ਜਾਂਦੀ ਆ, ਫਿਰ ਉਹਨੂੰ ਆਪਦੇ ਪਰਿਵਾਰ ਦੀ ਵੀ ਨਹੀਂ ਹੁੰਦੀ, ਜਿਵੇਂ ਤੁਹਾਨੂੰ ਨਹੀਂ ਹੈਗੀ। ਮੈਨੂੰ ਨਹੀਂ, ਮੈਨੂੰ ਕਿਉਂ ਨਹੀਂ? ਲੈ ਕਮਾ, ਜੇ ਮੈਨੂੰ ਨਾ ਆਉਂਦੀ ਨਾ, ਮੈਂ ਆਪਦੇ ਆਹ ਕੰਮ ਨਹੀਂ ਕਰਦਾ। ਜੇ ਮੈਨੂੰ ਪਰਿਵਾਰ ਦੀ ਸੀ, ਫਿਰ ਮੈਂ ਮੇਰਾ ਭਰਾ ਬਾਹਰ ਭੱਜ ਜੂਗਾ, ਸਾਰਾ ਕੁਛ ਉਹਦੇ ਖਾਤਰ ਕੀਤਾ ਸੀ, ਪਰ ਉਹ ਬੰਦਾ ਮੇਰੇ ਨਾਲ ਧੋਖਾ ਕਰ ਗਿਆ। ਅੱਛਾ ਤੇ ਜਿਹੜਾ ਮੇਰੇ ਨਾਲ ਧੋਖਾ ਹੋ ਰਿਹਾ ਉਹਦਾ ਕੀ ਆ? ਲੈ ਇਹਦੀ ਕੀ ਧੋਖਾ, ਚੱਲ ਮੰਨੀ ਗੱਲ, ਤੇਰਾ ਮੇਰੇ ਨਾਲ ਵਿਆਹ ਹੋ ਗਿਆ, ਛੋਟੀ ਤੇ ਵੱਡੀ ਉਮਰ 'ਚ ਕੀ ਫਰਕ ਹੁੰਦਾ ਕੋਈ? ਇਹ ਤਾਂ ਕੋਈ ਧੋਖਾ ਨਹੀਂ। ਇਹ ਤਾਂ ਕੋਈ ਧੋਖਾ ਨਹੀਂ, ਮੈਂ ਤਾਂ ਰੱਬ ਦਾ ਇਹ ਧੋਖਾ ਮਨਜ਼ੂਰ ਕਰ ਵੀ ਲਿਆ ਸੀ, ਪਰ ਜਿਹੜੇ ਹੋਰ ਧੋਖੇ ਤੇ ਧੋਖੇ ਮਿਲੀ ਜਾਂਦੇ ਆ ਉਹਨਾਂ ਦਾ ਮੈਂ ਕੀ ਕਰਾਂ? ਕਰਮਜੀਤ ਤਾਂ 10 ਲੱਖ ਰੁਪਏ ਕਾਹਦੇ ਵਾਸਤੇ ਫੜਿਆ ਸੀ? ਕਿੰਨਾ? 10 ਲੱਖ। ਆਪਾਂ 10 ਲੱਖ ਕਿਉਂ ਫੜਾਂਗੇ? ਕਰਮਜੀਤ ਨੇ ਮੈਂ ਹਿਸਾਬ ਕੀਤਾ ਗਾ, ਹਿਸਾਬ ਕਰਕੇ 5000 ਰੁਪਏ ਆਪਣਾ ਵਾਧਾ ਸੀਗਾ, ਤੇ ਉਹ ਆਪਾਂ ਨੂੰ ਅੱਜ ਉਹਨੇ ਦੇਤਾ। ਆਪਣਾ ਸਿੱਧਾ ਹਿਸਾਬ ਆ, ਕੁਛ ਲੈਣਾ ਨਹੀਂ ਕੁਛ ਦੇਣਾ ਨਹੀਂ। 5000? ਹਾਂ ਸਿਰਫ 5000? 5000 ਰੁਪਇਆ ਆਪਾਂ ਉਹ ਤੋਂ ਲੈਣਾ ਸੀ, ਹਿਸਾਬ ਕਰਤਾ ਸਾਰਾ। 50 ਪਹਿਲਾਂ ਫੜੇ ਸੀ, 5 ਹੁਣ ਦੇਤਾ, 55000 ਰੁਪਇਆ ਬਣਦਾ ਸੀਗਾ। ਆਪਣਾ ਹਿਸਾਬ ਲੱਕੀ ਹੋ ਗਿਆ, ਨਾ ਉਹ ਤੋਂ ਦੇਣਾ ਗਾ ਤੇ ਨਾ ਲੈਣਾ। ਤੁਹਾਨੂੰ ਪਤਾ ਵੀ ਆ ਅਗਲਾ ਨਾ ਕਾਗਜ਼ ਚੱਕੀ ਫਿਰਦਾ ਤੇ ਤੁਹਾਡੇ ਸਾਈਨ ਹੋਏ ਹੋਏ ਨੇ ਵੀ ਤੁਸੀਂ ਉਹਦਾ 10 ਲੱਖ ਰੁਪਏ ਦੇਣਾ। ਸਾਈਨ ਹੋਏ ਵੇ? ਹਾਂ ਸਾਈਨ ਹੋਏ ਹੋਏ ਨੇ, ਮੈਂ ਆਪਦੀ ਅੱਖਾਂ ਨਾਲ ਆਪ ਫਾਰਮ ਦੇਖੇ ਆ ਤੇ ਪੜ੍ਹੇ ਵੀ ਆ। ਸਮਝ ਨਹੀਂ ਗੱਲ ਜਿਹੜੀ ਤੂੰ ਗੱਲ ਕਹੀ ਜਾਨੀ, ਇਹ ਤਾਂ ਕਦੇ ਵੀ ਨਹੀਂ ਹੋ ਸਕਦੀ।
ਮੈਂ ਸਹਿਣ ਕੀਤੇ ਜ਼ਰੂਰ ਆ, ਉਹ 5000 ਤੇ ਸਹਿਣ ਕਰਾਏ ਹੋਣੇ, ਉਦੋਂ ਮੈਂ 5 ਤੋਂ 5000 ਰੁਪਏ ਫੜਿਆ ਹੈਗਾ, ਮੁੜ ਕੇ ਤਾਂ ਕੋਈ ਗੱਲ ਹੀ ਨਹੀਂ ਹੋਈ। ਕੋਈ ਗੱਲ ਨਹੀਂ, 5000 ਦਾ 10 ਲੱਖ ਬਣ ਗਿਆ, ਅਤੇ ਜੇ ਮੋੜੇ ਨਾ ਜਾਏ 10 ਲੱਖ ਫੇਰ, ਜੇ ਉਹ ਵੀ ਨਾ ਮੋੜੇ ਗਏ 10 ਲੱਖ ਫੇਰ, ਬਸ ਬਣੇ ਰਹੋ ਉਹਦੇ ਸੀਰੀ ਅਤੇ ਮੈਂ ਉਹਨਾਂ ਦੇ ਘਰ ਦੀ ਨੌਕਰਾਣੀ। ਸਾਰੀ ਉਮਰ ਨਹੀਂ ਉਹ ਬੰਦੇ ਨੇ ਆਪਣਾ ਖਹਿੜਾ ਛੱਡਣਾ। ਨਹੀਂ, ਇਹ ਤਾਂ ਇਹ ਕੰਮ ਨਹੀਂ ਹੋ ਸਕਦਾ, ਜਿਹੜਾ ਉਹਨੇ ਸੋਚਿਆ ਨਾ ਕਦੇ ਨਹੀਂ ਹੁੰਦਾ। ਕੋਈ ਗੱਲ ਨਹੀਂ, ਜੇ ਆਹ ਗੱਲ ਆ ਗਈ ਨਾ ਮੈਂ ਉਹਦੇ ਨਾਲ ਹੁਣੇ ਗੱਲ ਕਰਕੇ ਆਉਣਾ। ਕਰ ਲਓ ਗੱਲ, ਫਾਇਦਾ ਤਾਂ ਕੋਈ ਨਹੀਂ, ਕਰ ਲਓ ਗੱਲ ਜਾ ਕੇ। ਚਲੋ ਕੰਮ ਤਾਂ ਨਿਬੇੜਦੇ ਇੱਥੋਂ, ਦੇਖੀ ਰੇਜ ਹੀ ਮੰਗਾ ਲਾ ਤਾਂ ਮੁੜ ਕੇ ਜਿੱਥੇ ਜੀ ਕਰਦਾ ਉੱਥੇ ਧਰ ਦਾ ਹੈਗਾ, ਨਾ ਪਾਉਣੀ ਨਾ ਵਾਸਤਾ। ਕੋਈ ਨਾ ਪਾਉਣਾ ਆਇਆ ਨਾ, ਉਹ ਕਿੱਧਰ ਧਰਦੀ ਆ? ਸਾਈਡ ਤੇ ਧਰਦੀ ਸੀ ਚੱਕ ਕੇ। ਸਾਈਡ ਤੇ ਆ ਕਿਹੜਾ, ਤੇਰੇ ਪੈਰਾਂ ਚ ਚੁਭਦੀ ਆ, ਭੈੜੀ ਲੱਗਦੀ ਇੱਥੇ ਪਈ। ਭੈੜੀ ਲਾਇਓ, ਕੋਈ ਨਾ ਅੱਜ ਮੈਂ ਪਾ ਦੂੰ ਸਾਡੇ ਬੂਟਿਆਂ ਚ। ਇੱਕ ਅੱਧਾ ਗਮਲਾ ਜਿਹਾ ਹੋਰ ਰੱਖਦੀ ਸੀ ਇੱਥੇ ਮੈਂ। ਉਹ ਰੱਖ ਦੂੰ ਗੱਲ ਐ ਯਾਰ, ਭੈਣ ਨੂੰ ਵਿਆਹ ਨੂੰ ਬਹੁਤ ਦਿਨ ਹੋ ਗਏ ਤੇ ਆਪਾਂ ਜਾਣਾ ਆ ਜੀ। ਕੀ ਕਿਹਾ ਭੈਣ ਕੋਲੇ, ਤੇਰੀ ਅਕਲ ਤਾਂ ਟਿਕਾਣੇ ਆ, ਫਿਰ ਜਾ ਆਵਾਂਗੇ ਕਿਤੇ, ਵਿਹਲੇ ਨਹੀਂ ਹੈਗੇ ਇੰਨੇ। ਲੈ ਹੁਣ ਵਿਹਲੇ ਆ, ਮਹੀਨੇ ਨੂੰ ਤਾਂ ਆਪਾਂ ਝੋਨੇ ਨੂੰ ਲੱਗ ਜਾਵਾਂਗੇ, ਫਿਰ ਕਿਤੋਂ ਵਿਹਲੇ ਆਵਾਂਗੇ? ਹੈਂ, ਫਿਰ 2-3 ਮਹੀਨੇ ਹੀ ਟੱਪ ਜਾਣਗੇ, ਮੁੜ ਕੇ ਸੀਜ਼ਨ ਦਾ ਟਾਈਮ ਹੋ ਜੂ, ਮੁੜ ਕੇ ਕਣਕ ਬੀਜੀ ਨੇ, ਆਲੂ ਬੀਜੇ ਨੇ, ਹੈਂ, ਤੇ ਹੁਣ ਆਪਾਂ ਕੋਲ ਟਾਈਮ ਆਪਾਂ ਜਾ ਆਉਣੇ। ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਵਿਹਲੀ ਨਹੀਂ ਹੈਗੀ ਜਾਣ ਨੂੰ, ਮੈਂ ਤਾਂ ਮਸਾਂ ਕੋਲੋਂ ਲਾਹੀ ਐ, ਬੜਾ ਇਹ ਜੀ ਆਇਆ। ਕਮਾਲ ਕਰੀ ਜਾਨੀ ਗੱਲ ਐ, ਉਹ ਭੈਣ ਐ ਮੇਰੇ ਚਾਚੇ ਦੀ ਕੁੜੀ ਆ ਯਾਰ, ਉਹ ਅਗਲੇ ਕਹਿਣਗੇ ਮੁੜ ਕੇ ਗਈ ਨੀ ਵਿਆਹ ਕੇ, ਇੱਕ ਤਾਂ ਚੁੰਨੀ ਚੜਾਵਾ ਕਰਤਾ, ਤੇ ਅਗਲਾ ਕਹੂਗਾ ਮੁੜ ਕੇ ਵੀ ਪਤਾ ਸਤਾ ਵੀ ਨੀ ਲੈਂਦੇ ਕੁੜੀ ਦਾ। ਨਾ ਮੈਂ ਮਾੜਾ ਕੰਮ ਕਰਤਾ ਚੁੰਨੀ ਚੜਾਵਾ ਕਰਕੇ, ਤੇਰੇ ਦੋ ਪੈਸੇ ਬਚਾਏ ਨੇ, ਆਪਦੀ ਧੀ ਤਾਂ ਲਾੜੀ ਜਿੰਨੇ ਮਰਜ਼ੀ ਲਾਉਣੇ ਨੇ, ਵਧੀਆ ਗੱਜ ਵੱਜ ਕੇ ਵਿਆਹ ਕਰਦੀ। ਯਾਰ ਉਹ 4 ਕਿੱਲੇ ਸੀ ਵਿਚਾਰੀ ਦੇ ਯਾਰ, ਆਪਾਂ ਉਹਦਾ ਠੇਕਾ ਖਾਨੇ ਆਪਾਂ, ਹੈ ਪਾਪ ਲੱਗੂ ਆਪਾਂ ਨੂੰ। ਬਈ ਜਦੋਂ ਪਾਪ ਲੱਗੂਗਾ ਦੇਖੀ ਜਾਊ, ਤੈਨੂੰ ਨਾ ਕਿਤੇ ਲੱਗ ਜੇ ਪਹਿਲਾਂ ਪਾਪ ਉਹਦਾ। 4 ਕਿੱਲੇ 4 ਕਿੱਲੇ ਜਦੋਂ ਗੱਲ ਕਰੂਗਾ 4 ਕਿੱਲਿਆਂ ਨੂੰ ਮੂਹਰੇ ਚੱਕ ਲਿਆਊਗਾ, ਉਦੋਂ ਇੱਥੋਂ ਤੱਕ ਐਡੀ ਵੱਡੀ ਕਰਤੀ, ਖਰਚਾ ਨਹੀਂ ਆਇਆ। ਉਹ ਖਰਚਾ ਪਤਾ ਹੀ ਆ ਕਿੰਨਾ ਖਰਚਾ ਆਇਆ, ਆਉਂਦਾ ਵੀ 2 ਲੱਖ ਸੀ। 4 ਕਿੱਲਿਆਂ ਦੀ ਕਿੰਨੀ ਕੁ ਫਸਲ ਹੁੰਦੀ ਆ? ਉਹ ਫਸਲ ਦਾ ਠੇਕਾ ਤੇ ਆਉਂਦਾ ਹੀ ਆ। ਲੈ ਫਸਲ ਕਿਉਂ ਨਹੀਂ ਆਉਂਦੀ? ਉਹੀ ਕਹਿ ਦਿੰਦੇ ਬਚਦਾ ਕਿਉਂ ਨਹੀਂ ਬਚਦਾ? ਜੇ ਮੰਨ ਲਓ 1,20,000 ਦੀ ਹੋ ਗਈ ਤੇ 50,000 ਖਰਚਾ ਲਾ, 70,000 ਬਚਦਾ। ਮਰੀ ਖਾਂਦੀ ਨਹੀਂ ਸੀ, 70,000 ਤੇ ਨਹੀਂ ਖਾ ਜਾਂਦੀ, ਵੱਧ ਵੱਧ 500 ਦਾ ਰੋਜ਼ ਲਾ ਲਾ, ਤਾਂ ਵੀ ਤੇਰੇ ਦਾ 12-65,60। ਬਈ ਮੈਨੂੰ ਤਾਂ ਨਾ ਪਕਾਈ ਨਹੀਂ ਹੁੰਦੀ ਤੇਰੇ ਨਾਲ, ਉਹ 4 ਕਿੱਲੇ ਮੂਰੇ ਕਰਕੇ ਬਹਿ ਜਾ। ਅੱਜ ਤਾਂ ਕਹਿਤਾ, ਜੇ ਇਦਾਂ ਮੁੜ ਕੇ ਕਹਤਾ ਵੀ 4 ਕਿੱਲਿਆਂ ਠੇਕਾ ਆਉਂਦਾ ਸੀ ਜਾਂ 4 ਕਿੱਲਿਆਂ ਦੀ ਫਸਲ ਖਾਂਦੇ ਸੀ, ਮੈਥੋਂ ਬੁਰਾ ਕੋਈ ਨਹੀਂ। ਓਏ ਰੱਬ ਨੂੰ ਜਾਣ ਦੇਣੀ ਆ, ਓਏ ਕਿਉਂ ਐ ਕਰਦੇ ਆ ਵਿਚਾਰੀ ਨਾਲ? ਹੈ ਕੀ ਕੀਤਾ? ਵਧੀਆ ਘਰ ਬਾਰ ਪਾਲ ਕੇ ਦੇਤਾ, ਇੰਨਾ ਵਧੀਆ ਪਰਿਵਾਰ ਆ ਉਹਨਾਂ ਦਾ, ਹੋਰ ਦੱਸ ਕੀ ਪਾਲ ਕੇ ਦੇ ਦਗੇ? ਉਹ ਪਰਿਵਾਰ ਬਿੱਠੇ ਵਿਚਾਰਾ ਗਰੀਬ ਤੇ ਹੈਗਾ, ਆਪਾਂ ਐ ਕਰਦੇ ਆ ਉਹਨੂੰ ਕਿੱਲਾ ਵੇਚ ਕੇ ਪੈਸੇ ਦੇਣੇ, ਘਰ ਬਾਰ ਪਾ ਲੈਣਗੇ। ਕੀ ਕਿਹਾ? ਕਿੱਲਾ ਵੇਚ ਕੇ, ਮੈਂ ਕਿਹਾ ਨਾ ਕਿਉਂ ਝਾੜਾ ਨਾ ਲੱਗਦੇ ਨੇ ਪੈਸੇ, ਇਹ ਦੇ ਦੇ ਕਿੱਲਾ ਵੇਚ ਕੇ ਉਹਨੂੰ ਪੈਸੇ, ਘਰ ਪਾ ਲੂ ਆਪਦੇ, ਵੱਢ ਗਏ ਉਹਨਾਂ ਦੇ। ਓਏ ਆਪਾਂ ਦਾਜ ਦੂਜ ਵੀ ਨਹੀਂ ਦਿੱਤਾ, ਕੁਛ ਨਹੀਂ ਦਿੱਤਾ, ਸਮਾਨ ਵਿਚਾਰੀ ਨੂੰ, ਸਮਾਨ ਵੀ ਦੇ ਦਿੰਦੇ ਆ ਕੁਛ। ਉਹਨਾਂ ਦੇ ਅੱਗ ਲੱਗੀ ਹੋਈ ਸੀ ਵੀ ਕੁਛ ਹੈ ਹੀ ਨਹੀਂ ਉਹਨਾਂ ਦੇ। ਉਹ ਹੈ ਨਹੀਂ ਤਾਂ ਹੀ ਤੇ ਕਹੀ ਜਾਂਦਾ ਮੈਂ। ਨਾ ਜਿਹਨੇ ਧੀ ਦਿੱਤੀ ਸਭ ਕੁਛ ਦੇਤਾ, ਉਹੀ ਨਾ ਇੱਥੇ ਮਿੱਠੀਆਂ ਜਿਹੀਆਂ ਮਾਰੀ ਚੱਲ, ਤੈਨੂੰ ਮੈਂ ਦਿਆਉਂਗਾ ਹੁਣ, ਬਹਾਨੇ ਭਾਲਦਾ, ਜਾਣ ਦੇ ਉੱਥੇ, ਮੈਂ ਨਹੀਂ ਜਾਣ ਦਿੰਦੀ। ਯਾਰ ਐ ਨਹੀਂ ਕਰੀਦਾ ਹੁੰਦਾ ਯਾਰ, ਆਪਾਂ ਸਮਾਨ ਤੇ ਦਈਏ ਵਿਚਾਰੀ ਨੂੰ, ਕੁਛ ਤਾਂ ਦਈਏ। ਕੀ ਦੇਣੇ? ਤੁਹਾਡਾ ਸਮਾਂ ਦੇਣੀ ਆ? ਓਏ ਆਪਾਂ ਐ ਕਹਿੰਦੇ ਮੋਟਰਸਾਈਕਲ ਦੇ ਦਿੰਨੇ ਆ, ਚੱਲ ਗੱਡੀ ਨਹੀਂ ਦਿੰਦੇ, ਮੋਟਰਸਾਈਕਲ ਦੇ ਦਿੰਨੇ ਆ। ਕੀ ਆਖੇ? ਮੋਟਰਸਾਈਕਲ ਦੇ ਦਿੰਨੇ ਆ। ਮੋਟਰਸਾਈਕਲ ਉਹਨੂੰ ਦੇ ਕੇ ਇਹ ਪਿੱਛੇ ਆਪਦੀ ਧੀ ਦਾ ਗਲ ਗੁੱਠਾ ਦੇ ਦੀ। ਓਏ ਇਹ ਤੇ ਇਹ ਇਹਦੇ ਕਰਮਾਂ 'ਚ ਉਹ ਲਿਖਿਆ, ਉਹਨੂੰ ਦੇ ਦੇਵਾਂਗੇ, ਆਪਾਂ ਕੋਲ ਹੈਗੀ ਜ਼ਮੀਨ, ਆਪਾਂ ਅਲੱਗ ਕਰ ਦਾਂਗੇ। ਮੈਂ ਨਹੀਂ ਕੁਛ ਵੀ ਦੇਣ ਦਿੰਦੀ, ਜੇ ਦੇਣੇ ਨੇ 2-4 ਬਿਸਤਰੇ ਦੇ ਦੂੰਗੀ, ਮੈਂ ਤਾਂ ਕੁਛ ਨਹੀਂ ਦਿੰਦੀ ਹੋਰ, ਨਾ ਮੇਰੇ ਕੋਲ ਵਾਲਾ ਖਰਚਾ ਹੈਗਾ,
ਤੇ ਨਾ ਮੈਂ ਕਰਾਂ। ਬਿਸਤਰੇ ਦੇ ਦੀ ਭਾਵੇਂ ਏਡਾ ਵੱਡਾ ਕੰਮ ਕਰਕੇ, ਭਾਵੇਂ ਤੈਨੂੰ ਪੁੰਨੀ ਵਾਲਾ ਮਿਲੂਗਾ। ਆ ਸ਼ਰਮ ਨਹੀਂ ਆਉਂਦੀ, ਫਿੱਟੇ ਲਾਂਤ ਤੇਰੇ। ਨਹੀਂ ਮੈਂ ਤਾਂ ਤੂੰ ਨਾ ਸਾਂਪ ਪਵਾ ਲਈ, ਵਗ ਜਾ ਇੱਥੋਂ। ਮੈਨੂੰ ਗੁੱਸਾ ਚੜੇ, ਮੈਂ ਤੇਰੇ ਕੁੱਟਦਾ। ਆ ਯੂਟਿਊਬ ਦੀ ਨਵੀਂ ਪਾਲਿਸੀ ਨਾ ਆਈ ਹੁੰਦੀ ਨਾ, ਤੇਰੇ ਤੋੜੀ ਲਾ ਹੁੰਦਾ ਮੈਂ। ਬੇ ਮੈਨੂੰ ਨਹੀਂ ਪਾਲਿਸੀਆਂ ਪੁਲਿਸੀਆਂ ਦਾ ਪਤਾ, ਤੇ ਯੂਟਿਊਬ ਦੇ ਦੇ। ਤੂੰ ਮੇਰੇ ਉਂਗਲੇ ਲਾ ਕੇ ਦਿਖਾ ਰਿਹਾ ਜੇ ਨਾ ਵੱਢ ਕੇ ਰੱਖਦਾ। ਪਤਾ ਹੈ ਤੈਨੂੰ ਮੇਰਾ ਭਾਈ ਬੈਲੀ ਹੈ, ਵੱਢ ਕੇ ਨਾ ਡੱਕਰੇ ਡੱਕਰੇ ਕਰ ਦੂ ਤੇਰੇ, ਤੇ ਕੁੱਤਿਆਂ ਨੂੰ ਪਾਇਆ ਆਊਗਾ। ਉਹ ਤਾਂ ਹੀ ਤੇ ਕਹਿੰਦੇ ਹੁੰਦੇ ਆ ਹੈਂ, ਜਿਹਦੇ ਘਰ ਜਨਾਨੀ ਦੀ ਚੱਲਦੀ ਹੋਵੇ ਨਾ, ਉਹ ਜ਼ਿਆਦਾ ਟਾਈਮ ਘਰ ਵਾਸਤੇ ਨਹੀਂ ਹੁੰਦੇ। ਤੇ ਸਿਆਣਿਆਂ ਨੇ ਤੇ ਇੱਕ ਗੱਲ ਹੋਰ ਵੀ ਆਖੀ ਹੈ ਵੀ ਜਦੋਂ ਘਰ ਬਾਹਰ ਬੋਲਣ ਲੱਗੇ ਨਾ, ਗੋਡਿਆਂ ਥੱਲੇ ਦੇ ਲੈ। ਇਹ ਕਿਹੜਾ ਸਿਆਣਾ ਆ ਗਿਆ? ਆ ਜਿਹੜੇ ਸਿਆਣੇ ਦੀ ਤੂੰ ਗੱਲ ਕਰਦਾ ਉਹਨਾਂ ਚੋਂ ਮੈਂ ਕਰਦੀ ਆ। ਉਹ ਚੱਲ ਯਾਰ, ਜਾਣਾ ਹੋਵੇ ਬਾਗ ਚ ਚੱਲ, ਮੈਂ ਤਾਂ ਹੁਣ ਕੀ ਕਹਿ ਸਕਦਾ ਤੈਨੂੰ। ਹੁਣ ਜਾਣਾ ਕਹਿਣੂ ਆ, ਖੜ ਜਾ, ਤੋਰਾ ਬੋਈਆ ਲੈ ਕੇ ਤੈਨੂੰ ਆਇਆ। ਲੈ ਮੋਟਰਸਾਈਕਲ ਦੇ ਦਈਏ। ਮੈਂ ਤਾਂ ਮਸਾਂ ਕੋਲੋਂ ਲਾਹੀ ਆ, ਉਹ ਦੇ ਦੇ ਮੋਟਰਸਾਈਕਲ ਉਹਨੂੰ। ਬਾਈ ਆ ਜਾ ਬਾਈ, ਚਾ ਚੱਲਨੇ ਕੀ ਹਾਲ ਆ? ਠੀਕ ਆ, ਵਧੀਆ ਬਹਿਜਾ। ਬਸ ਕਾਹਨੂੰ ਬੈਠਾ ਤੇਰੇ ਬਰੋਬਰ, ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀ ਇੱਕ। ਓ ਬਹਿਜਾ, ਕੋਈ ਗੱਲ ਨਹੀਂ, ਬਰੋਬਰ ਭਰਾ ਆਈ ਆ ਤੇਰਾ। ਤੂੰ ਮੈਂ ਤਾਂ ਕਹਿੰਦਾ ਸੀ ਆਪਦਾ ਘਰ ਹੀ ਸਮਝ ਲਿਆ ਕਰ। ਮੈਂ ਤਾਂ ਆਪਦੇ ਸਮਝ ਹੈਗਾ, ਪਰ ਤੂੰ ਨਹੀਂ ਆਪਦਾ ਸਮਝਦਾ। ਮੈਂ ਨਹੀਂ ਆਪਦਾ ਸਮਝਦਾ, ਕਹਿਣਾ ਕੀ ਚਾਹੁੰਦਾ? ਤੈਨੂੰ ਪਤਾ ਮੈਂ ਸਿੱਧਾ ਸਾਧਾ ਬੰਦਾ, ਮੈਂ ਗੱਲ ਗੋਲ ਜੀ ਨਹੀਂ ਕਰਦਾ। ਤੂੰ ਰੀਤ ਨੂੰ ਪੈਸਿਆਂ ਬਾਰੇ ਕਿਹਾ ਨਾ ਵੀ ਇੰਨੇ ਪੈਸੇ ਲੈਣੇ, ਮੈਂ ਤਾਂ ਇੱਥੋਂ ਪੈਸੇ ਕਿੱਦੋਂ ਲੈਤੇ? ਪੈਸੇ? ਮੈਂ ਕਿਹੜੇ ਪੈਸਿਆਂ ਨੂੰ ਕਿਹਾ? ਅੱਛਾ ਉਹ ਤਾਂ ਮੈਂ ਮਜ਼ਾਕ ਕਰਦਾ ਸੀਗਾ। ਮਜ਼ਾਕ ਕਰਦਾ ਸੀ? ਹਾਂ, ਤੇਰਾ ਮਜ਼ਾਕ ਰਹਿ ਗਿਆ, ਇੱਥੇ ਤਾਂ ਅਟੈਕ ਹੋ ਜਾਂਦਾ। ਲੈ ਉਹ ਯਾਰ, ਹੁਣ ਭਰਜਾਈ ਨਾਲ ਥੋੜਾ ਮਜ਼ਾਕ ਵੀ ਨਹੀਂ ਕਰ ਸਕਦੇ? ਉਹ ਮਜ਼ਾਕ ਨਹੀਂ, ਤੂੰ ਦੱਸ ਦਿੰਦਾ ਵੀ ਮੈਂ ਮਜ਼ਾਕ ਕਰਦਾ ਬਾਅਦ 'ਚ। ਹੁਣ ਇਹ ਗੱਲ ਮਨ 'ਤੇ ਲਾ ਰਹੀ, ਸਾਡੇ ਘਰੇ ਕਲੇਸ਼ ਹੋ ਗਿਆ। ਬਸ ਇੰਨੀ ਕੁ ਗੱਲ 'ਤੇ ਕਲੇਸ਼ ਹੋ ਗਿਆ, ਅਸੀਂ ਡਰ ਗਿਆ, ਐਡੀ ਗੱਲ ਲੈ ਕੇ ਮੇਰੇ ਕੋਲ ਆ ਗਿਆ। ਉਹ ਚਰਨਿਆ ਸਾਰੀ ਉਮਰ ਪਈ ਹੈ, ਕਿਵੇਂ ਕੱਢੇਗਾ ਫਿਰ? ਤੂੰ ਨਹੀਂ ਗੱਲ ਸਮਝਦਾ, ਤੇਰੇ ਕੋਲ ਪੈਸਾ ਹੈਗਾ, ਤੈਨੂੰ ਗੱਲਾਂ ਦਾ ਨਹੀਂ ਪਤਾ। ਜਿਹੜਾ ਗਰੀਬ ਬੰਦਾ ਹੁੰਦਾ ਨਾ, ਇੰਨੇ ਪੈਸੇ ਕਦੇ ਵੀ ਨਹੀਂ ਦੇ ਸਕਦਾ, ਇਹ ਗੱਲ ਤਾਂ ਤੈਨੂੰ ਵੀ ਪਤਾ ਹੈਗਾ। ਤਾਂ ਕਰਕੇ ਹੈ ਵੀ ਤੂੰ ਇੰਨੇ ਪੈਸੇ ਕੀਤਾ ਕੀ ਹੈ। ਅੱਛਾ ਚੱਲ ਕੋਈ ਨਹੀਂ, ਕਹਿੰਦੀ ਕਹਿੰਦੇ ਸਰਦਾਰ ਜੀ ਤਾਂ ਮਜ਼ਾਕ ਕਰਨ ਦੀ ਆਦਤ ਹੈ। ਸ਼ੁਕਰ ਹੈ ਜੇ ਮਜ਼ਾਕ ਹੀ ਸੀ, ਜੇ ਕਿਤੇ ਗੱਲ ਸੱਚ ਹੁੰਦੀ ਨਾ, ਮੇਰਾ ਵੀ ਆਰਾਮ ਆਰਾਮ ਸੱਤ ਹੋ ਜਾਂਦਾ। ਉਹ ਵਾਹ, ਲੈ ਤੂੰ ਤਾਂ ਇਹੋ ਜਿਹੀਆਂ ਗੱਲਾਂ ਕਰਦਾ, ਉਹ ਆਪਣੇ ਕਿੰਨੇ ਚਿਰ ਦਾ ਵਾਹ ਹੈਗਾ ਹੈਂ, ਦਾਦੇ ਪੜਦਾਦੇ ਦੀਆਂ ਪੁਸਤਾਂ ਦਾ ਵਾਹ ਆਪਣਾ, ਤੂੰ ਕਿਉਂ ਡਰਦਾ? ਨਾਲੇ ਤਾਂ ਮੇਰੇ ਭਰੋਸਾ ਨਹੀਂ। ਉਹ ਭਰੋਸਾ ਕਰਕੇ ਤੁਰਿਆ ਫਿਰਦਾ ਗਾ, ਹੋਰ ਕਾਹਦਾ ਮਾਰਾ ਤੁਰਿਆ ਫਿਰਦਾ। ਇੱਕ ਭਰੋਸਾ ਹੀ ਹੁੰਦਾ ਗਾ, ਜਿੱਥੇ ਬੰਦਾ ਭਰੋਸਾ ਆਪਣਾ ਰੱਖਣਾ ਪੈਂਦਾ ਹੁੰਦਾ। ਭਰੋਸਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜਦੋਂ ਬੰਦੇ ਦਾ ਭਰੋਸਾ ਟੁੱਟਦਾ ਨਾ, ਉਦੋਂ ਬੰਦਾ ਫਿਰ ਇੱਕ ਤੁਰਿਆ ਦਾ ਫਿਰਦਾ ਰਹਿੰਦਾ ਹੁੰਦਾ, ਉਹਦੇ ਵਿੱਚ ਕੁਛ ਨਹੀਂ ਹੁੰਦਾ। ਇਸ ਕਰਕੇ ਇੱਕ ਭਰੋਸਾ ਤੇਰੇ 'ਤੇ ਮੈਨੂੰ। ਕੋਈ ਗੱਲ ਨਹੀਂ, ਭਰੋਸਾ ਰੱਖੀ, ਨਾਲੇ ਮੈਂ ਭਰੋਸਾ ਤੋੜਦਾ ਨਹੀਂ। ਚਲ ਠੀਕ ਹੈ, ਇਹ ਨਾ ਉੱਤੇ ਵੀ ਨਾ ਆਵੇ। ਹਾਂ ਕੋਈ ਨਹੀਂ, ਕਰ ਲਾ ਕੰਮ। ਚਲੋ ਠੀਕ ਹੈ ਜੀ, ਵਗ ਜਾ। ਕਿਉਂ ਲਾਤੀ ਨਾ ਅੱਗ? ਆਏ ਔਰਤਾਂ ਦਾ ਕੰਮ, ਪਰ ਕੋਈ ਗੱਲ ਨਹੀਂ, ਮੈਂ ਜਿਹੜਾ ਕੰਮ ਕਰਨਾ ਉਹ ਤਾਂ ਕਰਕੇ ਰਹੂੰਗਾ। ਚਰਨਿਆ ਤੂੰ ਵੀ ਯਾਦ ਰੱਖੀ ਮੈਨੂੰ, ਉਹ ਮੇਰੀ ਸੀ ਤੇ ਮੇਰੀ ਰਹੂ, ਤੈਨੂੰ ਤਾਂ ਇੱਕ ਬਸ ਮੋਹਰਾ ਬਣਾਇਆ ਸੀ।
ਰੀਤੋ ਆ ਗਏ? ਹਾਂ ਤੂੰ ਅੰਦਰ ਆ ਕੇ ਇੰਨੀ ਗਰਮੀ ਹੈ ਲੈ ਬਸ ਦਾ ਜਦੋਂ ਬੰਦਾ ਜਿਹੜੀ ਤੂੰ ਨਾ ਮਨ ਤੇ ਲਾ ਦਿੰਦੀ ਇੱਕ ਤਾਂ ਲੈ ਗੱਲ ਹੈ ਹੀ ਇਹ ਜੀ ਆ ਮਨ ਤੇ ਨਾ ਲੱਗੀ ਤਾਂ ਹੋਰ ਕੀ ਫਿਰ ਉਹਨੇ ਤਾਂ ਕਹਿਤਾ ਕਹਿਤਾ ਸੀ ਆ ਤੂੰ ਨੂੰ ਆ ਜਾ ਤਾਂ ਮੈਂ ਤਾਂ ਟੈਕ ਹੋ ਜਾਂਦਾ ਹੁਣ ਮੈਂ ਉਹਦੇ ਕੋਲ ਗਿਆ ਉਹ ਤਾਂ ਮੈਨੂੰ ਕਹਿੰਦਾ ਕਿ ਮੈਂ ਤਾਂ ਮਜ਼ਾਕ ਕਰਦਾ ਸੀਗਾ ਅਗਰ ਮੈਂ ਮਜ਼ਾਕ ਵੀ ਨਹੀਂ ਕਰ ਸਕਦਾ ਲੈ ਮਜ਼ਾਕ ਹਾਂ ਕਹਿੰਦਾ ਮੈਂ ਤਾਂ ਉਂਝਾ ਆ ਝੇੜ ਜੀ ਕਰਦਾ ਉਹਦੇ ਨਾਲ ਇੰਨਾ ਤਾਂ ਮੇਰਾ ਹੱਕ ਹੀ ਬਣਦਾ ਕਹਿੰਦਾ ਲੈ ਹੁਣ ਤਾਂ ਹੁਣ ਆ ਗੱਲ ਕਹੀ ਤੀ ਮੈਨੂੰ ਜਿਹੜੇ ਪੇਪਰ ਮੈਂ ਪੜ੍ਹੇ ਨੇ ਉਹ ਮੈਨੂੰ ਨਹੀਂ ਪਤਾ ਪਰ ਮੇਰੇ ਕੋਲ ਜਿਹੜੀ ਉਹਨੇ ਗੱਲ ਕਹੀ ਹੈ ਕਹਿੰਦਾ ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦਾ ਸੀਗਾ ਮੈਂ ਮਜ਼ਾਕ ਮਜ਼ਾਕ ਝੋਣ ਪੈਤਾ ਤੁਸੀਂ ਗੱਲ ਦਿਲ ਤੇ ਲਾ ਮੈਂ ਭਾਈ ਗਰੀਬ ਬੰਦੇ ਵਾਸਤੇ ਮਜ਼ਾਕ ਨਹੀਂ ਕਰਦਾ ਸਾਨੂੰ ਤਾਂ ਟਾਇਕ ਹੋ ਜਾਂਦਾ ਅੱਛੀ ਕਿਹੜਾ ਇੰਨੇ ਪੈਸੇ ਤੈਨੂੰ ਕਿੱਥੋਂ ਦੇ ਦਿੰਦੇ ਜੇ ਉਹ ਗੱਲ ਹੋ ਜਾਂਦੀ ਕਹਿੰਦਾ ਨਾ ਨਾ ਮੈਂ ਤਾਂ ਵੈਸੇ ਹੀ ਉਹਨੂੰ ਕਹਿਤਾ ਸੀ ਬੰਦਾ ਨੂੰ ਪੁੱਛਣ ਵਾਲਾ ਹੋਵੇ ਵੀ ਆਹ ਕਿਹੋ ਜਿਹਾ ਮਜ਼ਾਕ ਇਹੋ ਜਿਹੀ ਗੱਲਾਂ ਦਾ ਕੋਈ ਮਜ਼ਾਕ ਥੋੜੀ ਹੁੰਦਾ ਉਹਨੂੰ ਸਿੱਧਾ ਕਹਿ ਦਿਓ ਵੀ ਜੇ ਕੰਮ ਕਰਵਾਉਣਾ ਨਾ ਤਾਂ ਰੀਤ ਦੇ ਕੋਲ ਜਾਣ ਦੀ ਲੋੜ ਨਹੀਂ ਹੈਗੀ ਨਾ ਉਹ ਤੇਰਾ ਮਜ਼ਾਕ ਸਹੇ ਤੇ ਨਾ ਹੀ ਗੁੱਸਾ ਬਿਸ਼ਕੋ ਸਾਡਾ ਰਿਸ਼ਤੇਦਾਰ ਆ ਮੇਰਾ ਉਹਦਾ ਕੋਈ ਮਤਲਬ ਨਹੀਂ ਆਪਦਾ ਕੰਮ ਤੱਕ ਮਤਲਬ ਰੱਖਿਆ ਕਰੀ ਚਲ ਠੀਕ ਆ ਕੋਈ ਗੱਲ ਨਹੀਂ ਜੋ ਕੋਈ ਗੱਲ ਹੁੰਦੀ ਆ ਨਾ ਮੈਨੂੰ ਦੱਸੀ ਇਹੋ ਜਿਹੀ ਕੋਈ ਗੱਲ ਨਹੀਂ ਠੀਕ ਆ ਹੁਣ ਤੂੰ ਸਾਡੇ ਸਾਰੇ ਗੱਲ ਚਲੋ ਹੁਣ ਆਪਾਂ ਕੰਮ ਤੇ ਚੱਲੇ ਮੇਰਾ ਤਾਂ ਸੱਚੀ ਹੁਣ ਉਹ ਮਨ ਨਹੀਂ ਬਣਨਾ ਹੈਗਾ ਕਿੱਥੇ ਤਾਂ ਬੰਦਾ ਖੁਸ਼ੀ ਨਾਲ ਕੰਮ ਕਰਦਾ ਸੀ ਤੇ ਕਿੱਥੇ ਜਿਹੜਾ ਉਹਨੇ ਮੇਰੇ ਦਿਮਾਗ ਤੇ ਲੋਡ ਪਾਤਾ ਨਾ ਮੈਨੂੰ ਲੱਗਦਾ ਉਹ ਗੱਲ ਮੇਰੇ ਦਿਮਾਗ 'ਚੋਂ ਨਿਕਲ ਜੂਗੀ ਚਾਹੇ ਉਹਨੇ ਮਜ਼ਾਕ ਹੀ ਕੀਤਾ ਸੀ ਉਹ ਲੋਡ ਤਾਂ ਮੇਰੇ 'ਚ ਵੀ ਪੈ ਗਿਆ ਸੀਗਾ ਵੀ ਆ ਕੀ ਹੋ ਗਿਆ ਤੇ ਪਰ ਜਦੋਂ ਉਹਨੇ ਆਹ ਗੱਲ ਕਹੀ ਕਹਿੰਦਾ ਮੈਂ ਤਾਂ ਚੌੜ ਕਰਦਾ ਸੀਗਾ ਮਜ਼ਾਕ ਮਜ਼ਾਕ ਤੂੰ ਤਾਂ ਸਮਝ ਜਾਂਦਾ ਚਲੋ ਉਹ ਤਾਂ ਨਹੀਂ ਸਮਝੀ ਕਹਿੰਦਾ ਤੈਨੂੰ ਤਾਂ ਮੇਰਾ ਪਤਾ ਹੀ ਹੈ ਵੀ ਤੇਰੇ ਨੇ ਮੈਂ ਕਿਵੇਂ ਕਰੂੰ ਕਹਿੰਦਾ ਗਰੀਬ ਬੰਦੇ ਨਾਲ ਫਿਰ ਜਾ ਕੇ ਮਾੜਾ ਜਿਹਾ ਮੇਰੇ ਤਾਂ ਮਨ ਖੁੱਲਾ ਪੱਕਾ ਉਹਨੇ ਖੁਸ਼ੀ ਖੁਸ਼ੀ ਕਿਹਾ ਸੀਗਾ ਇਹ ਹਾਂ ਹਾਂ ਮਜ਼ਾਕ ਆ ਮੈਂ ਮੂੰਹ ਤੇ ਗੱਲ ਕਰਾਂ ਜਿਵੇਂ ਕਿ ਜਾ ਕੇ ਮੈਂ ਪੁੱਛ ਕੇ ਆਇਆ ਤਾਂ ਹੀ ਤਾਂ ਮੈਂ ਗਿਆ ਸੀ ਜਦੋਂ ਆਪਾਂ ਲੈਤੇ ਨਹੀਂ ਮੈਂ ਇੰਨੇ ਪੈਸੇ ਲੈ ਕੇ ਕਰਨੇ ਕੀ ਨਾਲੇ ਗਰੀਬ ਬੰਦੇ ਨੇ ਗੱਲ ਤਾਂ ਉਹੀ ਆ ਮੈਨੂੰ ਵੀ ਇਹੀ ਦੁੱਖ ਸੀਗਾ ਵੀ ਤੁਸੀਂ ਮੇਰੇ ਬਿਨਾਂ ਪੁੱਛੇ ਮੈਨੂੰ ਚੋਰੀ ਇੰਨੇ ਪੈਸੇ ਲੈ ਕੇ ਕੀਤਾ ਕੀ ਆ ਵੀ ਮੈਂ ਤੁਹਾਨੂੰ ਦੱਸਿਆ ਜਾਂਦਾ ਵੀ ਉੱਥੇ ਮੈਂ 5000 ਰੁਪਏ ਫੜਿਆ ਸੀ ਉਹਦਾ ਉਹਦਾ 5000 ਦਾ ਕਾਗਜ਼ ਬਣਨਾ ਸੀ 50000 ਰੁਪਏ ਆਪਾਂ ਤੋਂ ਲੈਣਾ ਸੀ ਉਹਦਾ ਕੁਛ ਨਹੀਂ ਦੇਣਾ ਸੀਗਾ ਸਿਰਫ ਇੱਕ 5000 ਰਹਿੰਦਾ ਸੀ ਉਹ ਵੀ ਉਹਦਾ ਹੁਣ ਪੂਰਾ ਹੋ ਗਿਆ ਠੀਕ ਹੈ ਪਹਿਲਾਂ ਮੈਨੂੰ ਪੈਸੇ ਉਹ ਦਿੰਦਾ ਹੁੰਦਾ ਸੀ ਉਹ ਪਹਿਲੀ ਵਾਰ ਸੈਨ ਕਰਾਈ ਉਹਨੂੰ ਕਹਿੰਦਾ ਵੀ ਇੱਥੇ ਸੈਨ ਕਰਦੇ ਕਈ ਵਾਰ ਪਤਾ ਪਤਾ ਨਹੀਂ ਲਾਇਆ ਵੀ ਕੋਈ ਲੱਜ ਨਹੀਂ ਕਰਾਉਣਾ ਕਰਦਾ ਮੈਨੂੰ ਵੀ ਤਰ੍ਹਾਂ ਜੀ ਤੁਮਾ ਦੇ ਉੱਤੇ ਲੈਸੇ ਵੀ ਪਹਿਲਾਂ ਨਾ ਸਾਰਾ ਹਿਸਾਬ ਨਿਬੜ ਗਿਆ ਸੀਗਾ ਉਹੀ 5000 ਤੇ ਮੈਂ ਤੁਹਾਨੂੰ ਸੈਨ ਕਰਾਈ ਸੀਗੀ ਮੇਰੇ ਤਾਂ ਦਿਮਾਗ 'ਚ ਜੋ ਤੂੰ ਆ ਕਰਦਾ ਸੀ ਮੈਂ ਤਾਂ ਹੋਰ ਟੈਸ਼ਨ ਬਣ ਗਈ ਮੈਂ ਆ ਕੀ ਹੋ ਗਏ ਚਲ ਕੋਈ ਗੱਲ ਨਹੀਂ ਸਾਰੀਆਂ ਗੱਲਾਂ ਸਾਡਾ ਘਰ ਦਾ ਕੰਮ ਨਿਬੜ ਗਿਆ ਸਾਰਾ ਆਪਣਾ ਘਰ ਦਾ ਤਾਂ ਹੋਇਆ ਪਿਆ ਜਾਣਾ ਅੰਦਰ ਹੁਣ ਚਲ ਜਾ ਆਇਆ ਹੁਣ ਕੋਈ ਗੱਲ ਨਹੀਂ ਚਲ ਸ਼ਾਮ ਦੀ ਰੋਟੀ ਬਣਾ ਆਇਆ ਹੁਣ ਚਲੋ ਫਿਰ ਚਲੋ ਆ ਚੱਲੀ ਇਹ ਵਾਏ ਕਰੋ ਜੀ ਬੰਦੇ ਦੀ ਕਾਹਦੀ ਜ਼ਿੰਦਗੀ ਕਿਉਂ ਕੀ ਬਣਿਆ ਫਿਰ ਤੇਰੇ ਮਨ ਦਾ ਮੇਰੇ ਮਨ ਦਾ ਕੀ ਬਣਨਾ ਤੈਨੂੰ ਕਿੰਨੀ ਵਾਰੀ ਕਿਹਾ ਵੀ ਨਾ ਮੈਨੂੰ ਤੰਗ ਕਰਨ ਆਇਆ ਕਰ ਇੱਥੇ ਕਿਉਂ ਆਪਦੀ ਕਿਸਮਤ ਨੂੰ ਠੋਕਰ ਮਾਰਦੀ ਹੈ ਕਿਉਂ ਗਰੀਬੀ 'ਚ ਕੱਟਣਾ ਚਾਹੁੰਦੀ ਆਹ ਜ਼ਿੰਦਗੀ ਨਾਲੇ ਪਤਾ ਗਰੀਬੀ ਵੱਡਿਆਂ ਵੱਡਿਆਂ ਦਾ ਲੱਕ ਤੋੜ ਦਿੰਦੀ ਹੈ ਇਸ ਘਰ ਦੀ ਰਾਣੀ ਬਣ ਜਾ ਇੱਕ ਗੱਲ ਹੋਰ ਜਿਹੜੇ ਪੈਸੇ ਕਿਹਾ ਨਾ ਸਾਰੇ ਮਾਫ ਕਰ ਦੇ ਲੋੜ ਨਹੀਂ ਮੈਨੂੰ ਇਹੋ ਜਿਹੇ ਪੈਸਿਆਂ ਦੀ ਤੈਨੂੰ ਮੈਂ ਬਹੁਤ ਵਾਰੀ ਕਹਿ ਚੁੱਕੀ ਹਾਂ ਕਿ ਮੇਰੇ ਨਾਲ ਨਾ ਬਕਵਾਸ ਕਰਿਆ ਕਰ ਮੈਨੂੰ ਤੇਰੀ ਆਈ ਸਮਝ ਨਹੀਂ ਆਉਂਦੀ ਤੂੰ ਇਹਨਾਂ ਬੇਸ਼ਰਮ ਬੰਦਾ ਕਿਉਂ ਆ ਬੇਸ਼ਰਮ ਨਾ
ਮੈਂ ਤੇਰੇ ਕਰਕੇ ਹਾਂ, ਨਹੀਂ ਮੈਂ ਕਿਸੇ ਤੋਂ ਓਏ ਨਹੀਂ ਕਹੂੰਦਾ। ਦੇਖ ਲੈ ਮਰਜ਼ੀ ਹੈ ਤੇਰੀ। ਤੂੰ ਸਮਝਦਾ ਕਿਉਂ ਨਹੀਂ ਹੈਗਾ? ਮੈਂ ਕਿਵੇਂ ਸਮਝਾਂ? ਬਸ ਮੈਂ ਤੈਨੂੰ ਪਸੰਦ ਕਰਦਾ ਤੇ ਤੂੰ ਮੇਰੀ ਹੋ ਜਾ, ਹੁਣ ਛੱਡ ਦੇ ਉਹਦਾ ਖਹਿੜਾ। ਇਹੋ ਜਿਹੇ ਕੰਮ ਤੇ ਨਾ ਲੱਖ ਲਾਣਾ ਤਾਂ ਮੈਂ ਨਹੀਂ ਆਉਂਦੀ ਤੇਰੇ ਕੰਮ ਤੇ। ਰੀਤ ਮੇਰੀ ਗੱਲ ਸੁਣ ਲੈ, ਤੁਹਾਡਾ ਤਾਂ ਸਾਰਾ ਟੱਬਰ ਭੱਜਿਆ ਫਿਰੂਗਾ। ਕੋਈ ਨਹੀਂ ਦੇਖ ਲਾਂਗੇ। ਕੋਈ ਗੱਲ ਨਹੀਂ, ਹੁਣ ਪਾਉਣਾ ਸਾਨੂੰ ਪੜ੍ਹਨਾ। ਮੈਨੂੰ ਤਾਂ ਐਂ ਸੀ ਗਈ ਤੈਨੂੰ ਅਕਲ ਹੋਊ ਮਾੜੀ ਮੋਟੀ, ਪਰ ਤੂੰ ਵੀ ਉਹਦੇ ਨਾਲ ਦੀ ਨਿਕਲੀ। ਰੀਤ ਭੁੱਲ ਜਾ, ਤੂੰ ਮੇਰੀ ਆ ਤਾਂ ਮੇਰੀ ਰਹੇਗੀ। ਮੇਰੀ ਗੱਲ ਸੁਣ ਰਵੀ, ਆਪਾਂ ਇੱਕ ਵਾਰੀ ਊਂ ਦਬਕਾਵਾਂਗੇ ਇਹਨਾਂ ਨੂੰ। ਉਹ ਯਾਰ ਤੈਨੂੰ ਪਤਾ ਹੈਗਾ ਕਰਮਜੀਤ ਮੇਰਾ ਯਾਰ, ਆਪਾਂ ਤੇਰੇ ਪੱਖ ਦੀ ਗੱਲ ਕਰਾਂਗੇ। ਐਂ ਕਿਵੇਂ ਨਹੀਂ ਦਿੰਦੇ ਪੈਸੇ? ਹਾਂ ਜਾਂ ਉਹਨਾਂ ਨੂੰ ਕੋਈ ਕੰਮ ਤੇ ਚੱਲੋ ਜਾਂ ਪੈਸੇ ਦਿਓ। ਹਾਂ ਚੱਲ ਫਿਰ ਆ ਜਾ। ਚਰਨੇ ਚਰਨੇ ਮੇਰਾ ਭਾਈ ਆ। ਓਏ ਅਸੀਂ ਐ ਭੁੱਲ ਵੀ ਗਏ ਸਾਡੀ ਆਵਾਜ਼ ਨੂੰ ਨਾ, ਹੁਣ ਇੱਥੇ ਕਰਨਾ ਹੋ ਕੀ ਗੱਲ? ਦੋ ਤਿੰਨ ਦਿਨ ਹੋ ਗਏ ਤੁਹਾਡੇ ਮੂੰਹ ਵੱਲ ਦੇਖਦੇ ਨੂੰ, ਕੰਮ ਤੇ ਕਿਉਂ ਨਹੀਂ ਆਏ? ਕੰਮ ਤੇ ਤੈਨੂੰ ਪਤਾ ਹੀ ਹੈ ਅਸੀਂ ਕੰਮ ਜ਼ਰੂਰ ਕਰਦੇ ਹਾਂ, ਆਦ ਕੋਈ ਇੱਜ਼ਤ ਨਹੀਂ ਹੋਣ ਜਾਂਦੀ। ਓਏ ਇੱਜ਼ਤ ਵਾਲੀ ਤੇ ਐਡੀ ਤਾਂ ਕੋਈ ਗੱਲ ਵੀ ਨਹੀਂ ਹੋਈ ਚਰਨੇ, ਆ ਐਵੇਂ ਦਿਲ ਤੇ ਲਾ ਕੇ ਬਹਿ ਗਿਆ। ਅਸੀਂ ਉੱਥੇ ਕੰਮ ਕਰਨ ਜਾਂਦੇ ਹਾਂ, ਇੱਜ਼ਤ ਲਾਹੌਣ ਨਹੀਂ ਜਾਂਦੇ। ਉਹ ਕੋਈ ਨਾ ਬਾਈ, ਜਿਹੜੀ ਗੱਲ ਹੈਗੀ ਯਾਰ ਬਹਿ ਕੇ ਕਰ ਲਓ, ਬੈਠ ਕਰ ਮੀਤ। ਉਹ ਬੈਠਣ ਨਹੀਂ, ਸਿੱਧੀ ਤਰ੍ਹਾਂ ਕੰਮ ਤੇ ਆ ਜਾਓ। ਕੰਮ ਤੇ ਤਾਂ ਨਹੀਂ ਮੈਂ ਆਉਂਦਾ, ਅੱਜ ਸੁਣ ਲੈ ਤੇ ਕੱਲ ਸੁਣ ਲੈ। ਕੰਮ ਤੇ ਤਾਂ ਤੁਹਾਡੇ ਵੱਡੇ ਵੱਡੇ ਵੀ ਆਉਣਗੇ। ਕੀ ਆਉਣਗੇ? ਫਿਰ ਤਾਂ ਹੁੰਦਾ ਗਾ ਜੇ ਮੈਂ ਤੁਹਾਡਾ ਕੁਛ ਦੇਣਾ ਹੋਵੇ। ਦੇਣਾ ਹੋਵੇ ਉਹ ਚਾਹਿਆ? ਤੂੰ ਤਾਂ ਬਾਲੀ ਭੋਲਾ। ਤੂੰ ਮੈਂ ਕਿਹੜਾ ਅੱਜ ਦਾ ਭੋਲਾਂਗਾ, ਮੈਂ ਤਾਂ ਪਹਿਲਾਂ ਦੀ ਭੋਲਾਂਗਾ। ਇੱਥੋਂ ਦੋ ਪੈਸੇ ਲੈਣੇ ਆ ਤੇਰੇ, ਦੇਣੇ ਨਹੀਂ। ਦੇਣੇ ਹੋਏ ਦੇ ਦੇ, ਨਹੀਂ ਦੇਣੇ ਹੋਏ ਨਾ ਦੇ, ਤੇਰੀ ਮਰਜ਼ੀ ਰਹਿ ਗਈ। ਆ ਦੇਖ ਲੈ ਆਪਣੀ ਲਿਖ ਲਿਖਾ ਹੋਈ ਹੋਈ ਹੈ। ਇਹਦੀ ਕੀ ਲੋੜ ਆ, ਪੜ੍ਹਨ ਦੀ ਕੀ ਲੋੜ ਆ? ਲਿਖਤ ਲਿਖਾ ਹੋਈ ਹੈ, ਤੂੰ ਮੈਨੂੰ 5000 ਰੁਪਏ ਦਿੱਤਾ ਸੀਗਾ, ਉਹ ਹੁਣ ਪੂਰਾ ਹੋ ਗਿਆ। ਤੇਰੇ ਵੇਲੇ ਵਾਧਾ ਹੀ ਆ, ਨਹੀਂ ਇਹਦਾ ਕੀ ਕੰਮ ਹੈ ਇਹਨੂੰ ਪਾੜਦੇ? ਐਂ ਕਿਵੇਂ ਪਾੜਦੇ? ਇਹ 'ਚ ਨਾ 10 ਲੱਖ ਰੁਪਇਆ ਲਿਖਿਆ ਹੋਇਆ, ਪਾੜਦੇ। ਮੈਂ ਤਾਂ ਉੱਥੋਂ ਕਿਹੜੇ ਫਿਰ 10 ਲੱਖ ਫੜ ਲਿਆ? ਨਾਲੇ ਤੈਨੂੰ ਪਤਾ ਮੈਨੂੰ ਟੈਕ ਦੀ ਸ਼ਿਕਾਇਤ ਆ, ਦੁਬਾਰੇ ਨਗਦ ਗਏ ਤੀ, ਮੈਨੂੰ ਟੈਕ ਹੋ ਜਾਂਦਾ। ਟੈਕ ਵਾਲੀ ਗੱਲ ਕਰਦਾ ਨਾ, ਉਦੋਂ ਤਾਂ ਟੈਕ ਹੋਇਆ ਨਹੀਂ ਤੈਨੂੰ, ਜਦੋਂ ਪਸ਼ੂ ਵਾਲੇ ਬਾੜੇ 'ਚ 5 ਲੱਖ ਰੁਪਇਆ ਫੜਿਆ ਸੀਗਾ। 5 5000 ਸੀ, ਤੂੰ ਦੱਬ ਦਿੱਤਾ ਮੈਨੂੰ। ਫਿਰ ਆ ਲਿਖ ਲਿਖਾ ਕਹਿੰਦਾ ਗਾ, ਬੰਦਿਆਂਗੂਨੇ ਦੇ ਪੈਸੇ ਮੋੜਦੇ, ਨਹੀਂ ਤੈਨੂੰ ਪਤਾ ਨਹੀਂ ਸਾਡੇ ਬਾਰੇ। ਉਹ ਸੱਜ ਤਾਂ ਬੋਲੇ ਨਾਲ ਛਾਣਨੇ ਵੀ ਬੋਲੇ, ਆ ਮਲੰਗ ਨੂੰ ਕਿੱਥੇ ਲਿਆਂਦਾ? ਓਏ ਮੜਾ ਨਾ ਜਵਾਨ ਸੰਭਾਲ ਕੇ ਬੋਲ, ਥਾਣੇ 'ਚ ਮੁਲਾਜ਼ਮ ਲੱਗਿਆ ਹੋਇਆ ਮੈਂ। ਬੰਦ ਹੁੰਦੀ ਹੁੰਦੀ ਵੀ ਨਾ ਪੱਟੇ ਵਾਲੀ ਮਸ਼ੀਨ 100 ਪਟਾ ਮਾਰ ਜਾਂਦੀ ਆ। ਉਹ ਫਿਰ ਥਾਣੇ 'ਚ ਹੀ ਮਾਰਦੀ ਹੋਣਾ, ਤੇ ਥਾਣੇ 'ਚ ਮੁਲਾਜ਼ਮ ਲੱਗਿਆ, ਇੱਥੇ ਘਰੇ ਥੋੜੇ ਆ। ਉਦੋਂ ਮੈਂ ਲੈਤੀ 5000 ਤੇ 5 ਹੀ ਕਹੂੰਗਾ, ਤੇ ਫਿਰ ਤੇਰੇ ਸਾਈਨ ਕਿਵੇਂ ਹੋ ਗਏ ਤੇ? ਹਾਂ ਸਾਈਨ ਮੈਂ 5000 ਤੇ ਤੇਰੇ ਨਾਲ ਪਿਆਰ ਨਾਲ ਗੱਲ ਕਰੀ ਜਾਂਦਾ, ਤੂੰ ਸਿਰੇ ਸਿਰ ਚੜੀ ਜਾਂਦਾ ਫਿਰ। ਅੱਜ ਇਹ ਸਿਵਲ 'ਚ ਸੀ ਤਾਂ ਨਾਲ ਆ ਗਿਆ ਮੇਰੇ। ਚਾਹੇ ਸਿਵਲ 'ਚ ਹੋਵੇ ਚਾਹੇ ਕੁਛ ਹੋਵੇ, ਤੂੰ ਇਹ ਗੱਲ ਕਹਿ ਵੀ 5000 ਤੇ ਸਾਈਨ ਨਹੀਂ ਕਰਾਏ। ਤੂੰ ਮੈਨੂੰ ਉਹਦੇ ਕੀ ਕਿਹਾ ਸੀ, ਮੇਰੀ ਇਕੱਲੀ ਇਕੱਲੀ ਗੱਲ ਯਾਦ ਆ, ਕਹਿੰਦਾ ਮੈਂ ਆਖਾ ਵਿਸ਼ਵਾਸ, ਵਿਸ਼ਵਾਸ ਕੋਈ ਚੀਜ਼ ਹੁੰਦੀ, ਆਹ ਗੱਲ ਹੋਈ ਸੀ ਕਿ ਨਹੀਂ ਹੋਈ ਸੀ? ਆਹ ਵੀ ਗੱਲ ਹੋਈ ਸੀ, ਮੈਂ ਲਿਖਤ ਲਿਖਾ ਤੇ ਵਿਸ਼ਵਾਸ ਕਰਦਾ, ਐਂ ਨਹੀਂ ਮੈਂ ਵਿਸ਼ਵਾਸ ਕਰਦਾ। ਕਹੀ ਆ ਮੈਂ ਕਿ ਰਾਹ ਲਿਖਿਆ ਹੋਇਆ, ਰਾਹ ਦੇ 10 ਲੱਖ ਰੁਪਇਆ ਇੱਥੇ ਤੈਨੂੰ ਗਿਆ ਸੀ ਨਾ, ਮੈਂ ਅਸੂਲਾਂ ਦਾ ਪੱਕਾ ਹਾਂ।
ਜੇ ਲਿਖ ਲਿਖਾ ਹੋਊਗਾ ਮੇਰੇ ਯਾਦ ਰਹਿ ਜੂ। ਆਹ ਦੇਖ ਲੈ ਹੁਣ। ਉਹ ਫਿਰ ਤਾਂ ਤੇਰੀ ਗਲਤੀ ਆ ਵੀ ਤੂੰ ਇੰਨੇ ਲਿਖ ਕੇ ਬਹਿ ਗਿਆ, ਮੈਂ ਤਾਂ ਤੁਸੀਂ 5,000 ਹੀ ਕਿਹਾ ਅੱਛਾ ਸੀ। ਉਹ ਅਸੀਂ ਇਹੋ ਜਿਹੇ ਬੰਦੇ ਆ। ਤੂੰ ਮੇਰੀ ਗੱਲ ਸੁਣ, 10 ਲੱਖ ਦਾ ਮੈਂ ਕੀ ਗੱਲ ਆ, ਮੇਰੇ ਘਰ ਤਾਂ ਗੁੜ ਚਾਹ ਨਹੀਂਗਾ, ਤੂੰ ਕਹਿੰਦਾ 10 ਲੱਖ ਫੜਿਆ ਸੀ, ਫਿਰ 10 ਲੱਖ ਮੈਂ ਖਾ ਗਿਆ। ਮੈਨੂੰ ਕੀ ਪਤਾ ਤੁਸੀਂ ਖਾ ਗਏ ਕਿ ਕਿੱਥੇ ਕਰਤਾ, ਪਰ ਤੂੰ ਆਹ ਇਲਜ਼ਾਮ ਮੇਰੇ ਤੇ ਗਲਤ ਲਾਉਣਾ ਕਿ ਮੈਂ ਇਹੋ ਜਿਹਾ ਬੰਦਾ ਦੇ ਕੇ 5,000 ਰੁਪਇਆ 5 ਲੱਖ ਲਿਖ ਲੂੰਗਾ। ਹੋਰ ਇਹਦੇ ਕਸਰ ਆ ਕੋਈ? ਉਹ ਕੋਈ ਗੱਲ ਨਹੀਂ, ਕਹਿੰਦੇ ਹੁੰਦੇ ਆ ਉਹਨੂੰ ਤਾਂ ਪਤਾ ਹੀ ਆ, ਕੋਈ ਗੱਲ ਨਹੀਂ ਜਿਵੇਂ ਤੂੰ ਚੱਲਦਾ ਨਾ ਚੱਲ, ਇੱਥੇ ਇੱਕ ਦਿਨ ਦੇਣੀਆਂ ਪੈਣੀਆਂ। ਓਏ ਉਹਨੂੰ ਤਾਂ ਬਾਅਦ ਤੋਂ ਪਤਾ ਹੈ, ਆ ਦੇਖਾ ਲਿਖ ਲਿਖਾ ਹੋਈ ਹੈ, ਹੁਣ ਚੰਗੀ ਤਰ੍ਹਾਂ ਇਹ ਮੋੜ ਦੇ, ਨਹੀਂ ਤਾਂ ਫਿਰ ਅੱਜ ਕੰਮ ਤੇ ਆ ਜਾਓ। ਕਰਮੀ ਕੰਮ ਕੁੰਮ ਤੇ ਤਾਂ ਨਹੀਂ ਆਉਂਦਾ ਮੈਂ। ਮੇਰੀ ਗੱਲ ਸੁਣ, ਅੱਜ ਤਾਂ ਮੈਂ ਛੁੱਟੀ ਤੇ ਆ, ਕੱਲ ਨੂੰ ਨੇ ਥਾਣੇ ਆਈ ਤੇਰੇ ਖਿਲਾਫ ਰਿਪੋਰਟ ਲਿਖਾ ਮੇਰੇ ਕੋਲੇ, ਇਹਨੂੰ ਮੈਂ ਛੱਡਦਾ ਪੜੇ ਥੱਲੇ, ਫੇਰ ਇਹਨੂੰ ਮੈਂ ਪੁਲਿਸ ਨੂੰ ਵੀ ਕਿਵੇਂ ਮੋੜ ਦੇ। ਹਲੇ ਹਿੱਟ ਕੇ ਕਿਹੜਾ ਪੈਸੇ ਮਿਲ ਜਾਣਗੇ, ਕੋਈ ਗੱਲ ਨਹੀਂ ਮੈਂ ਡਰਨਾ ਕੋਈ ਨਹੀਂ, ਨਾਲੇ ਚ ਨਹੀਂ ਜਦੋਂ 4 ਤਰੀਕਾਂ ਤੇ ਗਿਆ ਨਾ ਆਪੇ ਕਹੇਗਾ, ਮੈਂ ਤਾਂ ਕੰਮ ਤੇ ਆ ਜਾਣਾ। ਜੇ ਕੰਮ ਤੇ ਨਹੀਂ ਮੈਂ ਆਉਂਦਾ ਤੈਨੂੰ ਦੱਸ ਦਿਆਂ, ਆਉਣਾ ਤਾਂ ਤੈਨੂੰ ਪਊਗਾ ਨਾ, ਭੁੱਲ ਜਾ ਜੇ ਕੰਮ ਤੇ ਆਇਆ ਨਾ ਮੈਂ ਕੱਲ ਹੀ ਆਊਂਗਾ। ਉਹ ਤਰਤਾ ਪਿਓ ਵੀ ਆਊਗਾ ਕੰਮ ਤੇ, ਮੜਾ ਪਟੇ ਵਾਲੀ ਮਸ਼ੀਨ ਚਲਾਉਂਦੇ ਮੈਨੂੰ ਅੱਜ। ਉਹ ਨਾਲੇ ਜਿਹੜਾ ਬੰਦਾ ਬੇਕਸੂਰ ਹੁੰਦਾ ਨਾ ਉਹਦੇ ਤਾਂ ਪਟੇ ਵੀ ਨਹੀਂ ਲੱਗਦੇ ਹੁੰਦੇ, ਪਟੇ ਤੇ ਲੱਗਣਗੇ ਤਾਂ ਸੋਡੇ ਅੱਗੇ ਤੇ ਲਾਉਣੇ ਚਾਹੀਦੇ ਆ, ਜਿਹੜੇ 5,000 ਦਾ 10 ਲੱਖ ਬਣਾ ਲੈਂਦੇ ਕਿੱਥੇ ਭਰੇਗਾ। ਉਹ ਐ ਇਹ ਕਮਲਾ ਗਾ ਯਾਰ, ਉਹੀ ਗੱਲਾਂ ਮਾਰੀ ਜਾਂਦਾ ਸੈਣ, ਅਨਪੜ੍ਹ ਹੈਗਾ ਉਹ। ਕੋਈ ਅਨਪੜ੍ਹ ਆ ਤਾਂ ਹੀ ਤੈਨੂੰ ਕਹੀ ਜਾਂਦਾ ਵੀ ਸੈਣ ਜ਼ਰੂਰ ਕਰਨੇ ਆਉਂਦੇ, ਇੰਨਾ ਮੈਂ ਪੜ੍ਹਿਆ ਨਹੀਂ ਸੀਗਾ, ਮੈਂ ਤਾਂ ਇੱਕ ਵਿਸ਼ਵਾਸ ਤੇ ਸੈਣ ਕੀਤੇ ਸੀਗੇ, ਨਾਲੇ ਇਹਨੂੰ ਕਿਹੜਾ ਪਤਾ ਨਹੀਂਗਾ ਵੀ 5,000 ਹੀ ਦਿੱਤਾ ਸੀ, ਮੈਂ ਝੂਠ ਕਿਵੇਂ ਮਾਰ ਦੂੰਗਾ। ਕਰਮੀਤ ਤੂੰ ਤਾਂ ਨਹੀਂ ਝੂਠ ਬੋਲੀ ਜਾਂਦਾ ਕਿਤੇ? ਉਹ ਕਮਾਲ ਹੈ, ਤੂੰ ਮੇਰੇ ਤੇ ਸ਼ੱਕ ਕਰੀ ਜਾਂਦਾ। ਉਹ ਸ਼ੱਕ ਦੀ ਗੱਲ ਨਹੀਂ, ਉਹ ਜਿਹੜੇ ਹਿਸਾਬ ਤੇ ਬੋਲੀ ਜਾਂਦਾ ਮੈਨੂੰ ਲੱਗਦਾ ਖੁਦਾ ਚ ਕਾਲਾ। ਉਹ ਲੈ ਮੈਂ ਇਹਨੂੰ ਕਿਹਾ ਸੀ ਵੀ ਮੈਂ ਤਾਂ ਲਿਖ ਲਿਖਾ ਤੇ ਵਿਸ਼ਵਾਸ ਕਰਦਾ, ਅੱਜ ਬਾਂਦਾ ਕੀ ਹੈ, ਅੱਜ ਹੋਰ ਹੈ ਕੱਲ ਨੂੰ ਹੋਰ। ਚਲੋ ਤਾਂ ਕੋਈ ਨਾ, ਆਪਾਂ ਦੇਖਾਂਗੇ ਇਹਦੇ ਕਿਹੜਾ ਰਿਪੋਰਟ ਪਵਾ, ਫਿਰ ਇਹਦੇ ਨਾਲ ਕਰਦੇ ਹਾਂ ਹਿਸਾਬ ਕਿਤਾਬ। 10 ਵਜੇ ਤੂੰ ਥਾਣੇ ਜਾਣਾ ਕਿ ਦੇਣੇ ਆ ਪੈਸੇ? ਤੇ ਥਾਣੇ ਹੀ ਵਗ ਜੂ, ਹੁਣ ਨਾ ਮੈਂ ਕੰਮ ਤੇ ਜਾਵਾਂ ਤੇ ਨਾ ਮੈਂ ਪੈਸੇ ਦੇਵਾਂ, ਮੈਂ ਪੈਸੇ ਕਿੱਥੋਂ ਦੇ ਦੂੰ? ਚਲ ਕੋਈ ਨਾ, ਚਲ ਕਰ ਕੋਈ ਗੱਲ ਨਹੀਂ, ਵਾਧੂ ਇਹ ਵੀ ਕਢਾ ਕੋਈ ਲੈਣਾ, ਕੋਈ ਫਾਇਦਾ ਨਹੀਂ। ਨਾਲੇ ਤੈਨੂੰ ਕੰਮ ਤਾਂ ਉੱਥੇ ਕਰਨਾ ਪਊ। ਕੰਮ ਕਿਹਵਾ ਨੂੰ, ਹੁਣ ਤੂੰ ਮੈਨੂੰ ਧੱਕੇ ਨਾਲ ਕਰਾ ਲੇਗਾ, ਆ ਤਾਂ ਧੱਕਾ ਗਾ ਧੱਕੇ ਨਾਲ, ਮੈਂ ਹੁਣ ਕੰਮ ਨਹੀਂ ਕਰਦਾ। ਆ ਸਿਆਣਿਆਂ ਨੇ ਸੱਚ ਹੀ ਕਿਹਾ, ਤੁਹਾਡੇ ਵਰਗੇ ਗਰੀਬਾਂ ਦੀ ਗੱਲ ਤੇ ਕਰੇਲਿਆਂ ਦੀ ਵੱਲ ਇਹ ਸਿਰੇ ਨਹੀਂ ਚੜ੍ਹਦੀ ਹੁੰਦੀਆਂ। ਤੂੰ ਵੀ ਪਾਗਣੀ ਯਾਰ ਕਰਮਜੀਤ ਯਾਰ, ਇਹਨਾਂ ਨੂੰ ਕੀ 10 ਲੱਖ ਰੁਪਏ ਦੇਣ ਲੱਗਿਆ ਸੀਗਾ, ਕਿਤੇ ਹੋਰ ਕੰਮ ਕਿਤੇ ਲਾਉਂਦਾ। ਉਹ ਮੈਨੂੰ ਕੀ ਪਤਾ ਸੀ ਇਹ ਐਂ ਕਰ ਜਾਣਗੇ। ਚਲ ਕੋਈ ਨਹੀਂ, ਸਤਿ ਸ੍ਰੀ ਅਕਾਲ, ਮਿਲਦੇ ਹਾਂ ਫਿਰ ਥਾਣੇ 'ਚ। ਆ ਜੀ ਕੋਈ ਨਾ ਟਾਈਮ ਨਾਲ, ਚੰਗਾ ਕਰੂੰ ਤੇਰੀ ਤੇਲ ਨਾਲ ਮਾਲ। ਦੇਖੋ ਸਾਹਿਬ ਮੈਂ ਤੁਹਾਨੂੰ ਅਜੇ ਵੀ ਕਹਿਣਾ, ਮੈਂ ਉਹਦੇ ਨਾਲ ਕੋਈ ਵੀ 5,000 ਹੀ ਲੈਤਾ ਸੀ, ਚੱਲ ਕੋਈ ਗੱਲ ਨਹੀਂ, ਜੇ ਉਹ ਕਹਿੰਦਾ ਵਾ ਕੁਛ ਮਰਜ਼ੀ ਬਣਾ ਲਓ, ਅਨਪੜ੍ਹ ਤੇ ਸਾਈਨ ਕਰਾ ਲਏ, ਮੈਂ ਤਾਂ ਆ ਘਰ ਬਾਰ ਮੇਰੇ ਕੋਲ ਪਹਿਲਾਂ ਦਾ, ਆ ਪੀਪੀਆਂ ਹੀ ਦੇਖ ਲਾ, ਮੇਰੇ ਕੋਲ ਗੁੜ ਚਾਹ ਵੀ ਪੂਰਾ ਨਹੀਂ ਗਾ, ਵੀ 10 ਲੱਖ ਰੁਪਏ ਮੈਂ ਖਾ ਤਾਂ ਨਹੀਂ ਜਾਊਗਾ, ਇਹ ਵੀ ਇੱਕ ਸੋਚਣ ਵਾਲੀ ਗੱਲ ਆ, ਸੋਚ ਕੇ ਦੇਖ ਲਿਓ, ਜੇ ਤੁਹਾਨੂੰ ਫਿਰ ਵੀ ਲੱਗਿਆ ਕੋਈ ਗੱਲ ਨਹੀਂ, ਜਦੋਂ ਮਰਜ਼ੀ ਬੁਲਾ ਲਿਓ। ਚੱਲ ਕੋਈ ਨਾ, ਆਪਾਂ ਸਾਰੀ ਆਹ ਲਿਖਤ ਪੜ੍ਹਤ ਦੇਖਾਂਗੇ, ਫਿਰ ਤੇਰੇ ਨਾਲ ਕਰਦੇ ਹਾਂ ਗੱਲ, ਜੇ ਤੇਰੇ 'ਚ ਗਲਤੀ ਹੋਈ ਤੇ ਫਿਰ ਆਪਦੇ ਪੱਟਾਂ ਨੂੰ ਤੇਲ ਲਾ ਕੇ ਰੱਖੀ, ਤੇਰੇ ਘੋਟਾ ਇਹੋ ਜਿਹਾ ਫਿਰ ਤੇ ਯਾਦ ਹੀ ਰੱਖੇਗਾ। ਉਹ ਘੋਟਾ ਤਾਂ ਪਹਿਲੇ ਹੀ ਫੇਰੀ ਜਾਂਦਾ, ਉਹ ਸੋਨੂੰ ਫੇਰਨ ਦੀ ਕੋਈ ਲੋੜ, ਘੋਟੇ ਨਾਲ ਉਹ ਘੱਟ ਆ ਜਿਹੜੇ 5,000 ਦਾ 10 ਲੱਖ ਬਣਾ ਲਿਆ, ਉਹ ਵੀ ਏਡਾ ਵੱਡਾ ਗਰੀਬ ਨਾਲ ਧੱਕਾ, ਇਹ ਵੀ ਇੱਕ ਵਿਸ਼ਵਾਸ ਵਾਲੀ ਗੱਲ ਆ, ਮੈਂ ਪੜ੍ਹਿਆ ਕਿਉਂ ਨਹੀਂ, ਮੈਨੂੰ ਆਏ ਸੀ ਮੇਰੇ ਨੋਂ ਕਿਹੜਾ ਜ਼ਮੀਨ ਆ ਵੀ ਉਹ ਲਵਾ ਲੂ, ਉਹ ਮੈਨੂੰ ਕੀ ਪਤਾ ਗਾ ਵੀ 5,000 ਦਾ ਇਹ 10 ਲੱਖ ਲਿਖੀ ਜਾਂਦਾ, ਹੁਣ ਮੈਂ ਕਿਵੇਂ ਕਰੂੰਗਾ। ਆ ਜਾ ਰਵੀ ਆ ਜਾ, ਹੁਣ ਇਹਦੀਆਂ ਕੀ ਸੁਣਨੀਆਂ ਨੇ। ਤੂੰ ਦੇਖੀ ਤਾਂ ਹੁਣ ਇਹਨਾਂ ਨੂੰ ਮੈਂ ਬਾਣੀ ਪਾਉਂਦਾ, ਬਾਣੀ ਤਾਂ ਪਾ ਆਂਦੇ ਤੈਨੂੰ ਮੈਂ ਕਿਹਾ ਸੀ, ਮੈਨੂੰ ਵਰਦੀ ਪਾ ਲੈਂਦੇ ਮੇਰੇ ਸਾਲ ਨੂੰ, ਹੁਣ ਚੱਕ ਲੈਂਦਾ ਮੈਂ ਤਾਂ। ਚੱਲ ਕੋਈ ਨਾ, ਆ ਜਾਊ ਦਾ ਥੱਲੇ।
ਚਲੇ ਗਏ? ਉਹ ਤਾਂ ਚਲੇ ਗਏ ਰੀਤਾ, ਪਰ ਸਮਝ ਨਹੀਂ ਆਉਂਦੀ ਗੱਲ ਦੀ। ਹੁਣ ਤਾਂ ਮੇਥੋਂ 5,000 ਤੇ ਸਾਈਨ ਕਰਾਏ ਸੀ, ਹੁਣ ਉਹ 10 ਲੱਖ ਬਣਾਈ ਬੈਠਾ ਹੈਗਾ। ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਵੀ 10 ਲੱਖ ਲਿਖਿਆ ਬਹਿ ਗਿਆ। ਲੈ ਤੈਨੂੰ ਕਿਹਾ ਤਾਂ ਹੈਗਾ ਵੀ ਮਾੜਾ ਮੋਟਾ ਨਾ ਦੇਖ ਕੇ ਬੰਦੇ ਤੇ ਫੇਰ ਯਕੀਨ ਕਰੀਦਾ ਹੁੰਦਾ। ਉਹ ਨਹੀਂ ਤਾਂ ਹਰ ਇੱਕ ਨੂੰ ਆਪਦਾ ਬਣਾ ਲੈਂਦੇ ਹੋ। ਮੈਂ ਉਹਦੇ ਨੂੰ ਕਿਹਾ ਵੀ ਸੀਗਾ, ਮੈਂ ਕਿਹਾ ਚੱਲ ਭਾਈ ਕਹਿੰਦਾ ਸਾਈਨ ਕਰ ਦੇ, ਮੈਂ ਬਿਨਾਂ ਕਾਗਜ਼ਾਂ ਤੋਂ ਪੈਸੇ ਨਹੀਂ ਦਿੰਦਾ। ਮੈਂ ਕਿਹਾ ਭਾਈ ਕਰਾ ਲਾ, ਮੇਰੇ ਕੋਲ ਕਿਹੜਾ ਜ਼ਮੀਨ ਆ ਵੀ ਉਹ ਨਾ ਕਰਾ ਲਈਗਾ। ਮੈਂ ਨਹੀਂ ਸੀ ਇੱਥੇ, ਮੈਨੂੰ ਹੀ ਪੁੱਛ ਲੈਂਦੇ। ਮੈਨੂੰ ਆਇਆ ਸੀਗਾ, ਮੈਂ ਕਿਹਾ ਚੱਲ ਜਦੋਂ ਇਹਨੇ ਇੰਨਾ ਕੁਛ ਕੀਤਾ ਗਾ, ਵਿਸ਼ਵਾਸ ਸੀਗਾ ਮੈਨੂੰ, ਕੋਈ ਪਤਾ ਵੀ ਮਨ 'ਚ ਕੀ ਚੱਲੀ ਜਾਂਦਾ ਵੀ ਕੀ ਗੱਲਾਂ ਚੱਲੀ ਜਾਂਦੀਆਂ ਗੀ, ਕਿਉਂ ਇਹਨੇ 10 ਬਣਾ ਲਿਆ। ਇਹ ਤਾਂ ਇੱਕ ਗੱਲ ਹੀ ਕਹੀ ਜਾਂਦਾ, ਮੇਰੇ ਕੰਮ 'ਤੇ ਆਓ, ਕੰਮ 'ਤੇ ਆਓ। ਮੈਂ ਕਿਹਾ ਭਾਈ ਸਾਥੋਂ ਨਹੀਂ ਇੱਜ਼ਤ ਲਾਈ ਜਾਂਦੀ, ਕੀ ਹੋ ਗਿਆ ਸੀ, ਗਰੀਬ ਹਾਂ ਤਾਂ ਇੱਜ਼ਤ ਨਹੀਂ ਲਾਉਣੀ, ਕੰਮ 'ਤੇ ਤਾਂ ਆਪਾਂ ਜਾਂਦੇ, ਜਿਹੜਾ ਕੁਛ ਹੁੰਦਾ ਹੋ ਜਾਂਦੇ। ਮੈਂ ਵੀ ਤਾਂ ਹੀ ਨਹੀਂ ਵਿੱਚ ਆਈ ਹੈਗੀ ਵੀ ਐਵੇਂ ਕੁੱਤੇ ਨਾਲ ਕੀ ਕੁੱਤਾ ਬਣਨਾ ਆਪ। ਨਹੀਂ ਨਹੀਂ ਮੈਨੂੰ ਕੰਮ ਨਹੀਂ, ਮੈਨੂੰ ਵੀ ਇੱਜ਼ਤ ਪਿਆਰੀ ਆ। ਇਹਦਾ ਮਤਲਬ ਇਹ ਤਾਂ ਨਹੀਂਗਾ ਜੇ ਆਪਾਂ ਗਰੀਬ ਹਾਂ ਤਾਂ ਆਪਣੀ ਇਹ ਬਦਨਾਮੀ ਕਰੇ, ਆਪਾਂ ਕਦੇ ਨਹੀਂ ਸਹਿ ਸਕਦੇ। ਚੱਲ ਕੋਈ ਗੱਲ ਨਹੀਂ, ਜਿਹਨੇ 10 ਲੱਖ ਲਿਖ ਵੀ ਲਿਆ ਨਾ ਉਹ ਵੈਸੇ ਤੂੰ ਤਾਂ ਜਾਣਦੇ ਹੀ ਆ, ਆਪ ਹੀ ਦੇਖੂਗਾ। ਚੱਲ ਕੋਈ ਗੱਲ, ਆਪਣੇ ਤਾਂ ਜਿਹੜਾ ਕੁਛ ਹੋਣਾ ਹੋਣਾ। ਪਰ ਇੰਨੇ ਪੈਸੇ ਆਪਾਂ ਮੋੜਾਂਗੇ ਕਿੱਥੋਂ? ਚਲੋ ਤੁਸੀਂ ਐਂ ਮੰਨ ਕੇ ਚੱਲੋ ਵੀ ਜੇ ਉਹਨਾਂ ਨੇ ਆਪਣੇ 'ਤੇ ਕੇਸ ਕਰ ਵੀ ਦਿੱਤਾ, ਪਰ ਇੰਨੇ ਪੈਸੇ ਤੁਸੀਂ ਕਿੱਥੋਂ ਇੰਤਜ਼ਾਮ ਕਰੋਗੇ? ਉਹ ਕਹਿੰਦੇ ਹੁੰਦੇ ਆ ਇੰਨੀ ਤਾਂ ਆਪ ਤੋਂ ਠੀਕਰ ਵੀ ਨਹੀਂ ਇਕੱਠੀ ਹੋਣੀ, ਪੈਸੇ ਆਪਾਂ ਕਿੱਥੋਂ ਦੇ ਦੇਵਾਂਗੇ। ਪਰ ਕੋਈ ਗੱਲ ਨਹੀਂ, ਉਹ ਤਾਂ ਇੱਕੋ ਹੀ ਰੱਟ ਲਗਾਈ ਬੈਠਾ, ਮੇਰੇ ਕੰਮ 'ਤੇ ਆ ਜਾਓ, ਮੇਰੇ ਕੰਮ 'ਤੇ ਆ ਜਾਓ। ਫਿਰ ਆਪਾਂ ਕੰਮ 'ਤੇ ਵਗ ਜਾਵਾਂਗੇ? ਨਾ ਨਾ ਨਾ, ਕੰਮ 'ਤੇ ਨਹੀਂ ਜਾਂਦੇ ਆਪਾਂ, ਜੋ ਹੁੰਦਾ ਹੋ ਜਾਂਦੇ। ਬਾਕੀ ਸਿਰੇ ਰਹੀ ਗੱਲ ਆ, ਜੇ ਬਾਹਲਾ ਗਾਹਾਂ ਜਾਣ ਲੱਗੀ ਨਾ ਤਾਂ ਘਰ ਆ, ਘਰ ਹੀ ਦੇ ਦੇਵਾਂਗੇ, ਬਸ ਕੋਈ ਗੱਲ ਨਹੀਂ। ਹੁਣ ਢਿੱਡ ਭਰ ਲੈਂਦੇ, ਉਹ ਵੈਗਰ ਤਾਂ ਹੈਗਾ ਆਪਣੇ ਨਾਲ, ਘਰ ਨਹੀਂ ਆਪਾਂ ਵੇਚਦੇ ਹੈਗੇ ਉਹਨੂੰ। ਮੈਂ ਨਾ ਐਂ ਕਰਦੀ ਹਾਂ, ਮੈਨੂੰ 4 ਕਿੱਲੇ ਜ਼ਮੀਨ ਦੇ ਆਉਂਦੇ ਸੀਗੇ, ਲਵਾ ਤਾਂ ਮੈਂ ਮੇਰੀ ਭਾਬੀ ਦੇ ਨਾਮ ਦਿੱਤੇ, ਪਰ ਇੰਨੀ ਮਾੜੀ ਤਾਂ ਨਹੀਂ ਭਾਬੀ ਹੋ ਸਕਦੀ ਵੀ ਉਹ ਮੈਨੂੰ 10 ਲੱਖ ਵੀ ਨਾ ਦਊਗੀ। ਮੈਂ ਭਾਬੀ ਨੂੰ ਮਿਲ ਕੇ ਆਉਂਦੀ ਹਾਂ, ਇੱਕ ਵਾਰੀ ਗੱਲ ਕਰਕੇ ਦੇਖਦੀ ਹਾਂ, ਰੀਤ ਤਾਂ ਦੇ ਹੀ ਦੇਵੇ ਪੈਸੇ। ਨਹੀਂ ਨਹੀਂ ਰੀਤ ਰਹਿਣ ਦੇ, ਐਵੇਂ ਜੇ ਜਵਾਬ ਦਿੱਤਾ ਨਾ ਫਿਰ ਰਿਸ਼ਤੇਦਾਰੀ 'ਚ ਫਰਕ ਪੈ ਜਾਂਦਾ ਹੁੰਦਾ। ਕੋਈ ਨਾ ਦੇਖੀ ਜਾਊਗੀ, ਪੁੱਛ ਕੇ ਤਾਂ ਮੈਂ ਇੱਕ ਵਾਰੀ ਆਊਂਗੀ। ਜਦੋਂ ਬੰਦੇ ਦੇ ਛਾਤੀ ਨਹੀਂ ਰਹਿੰਦੀ ਘਰ 'ਤੇ, ਉਹਨੂੰ ਵੀ ਪਤਾ ਹੁੰਦਾ ਉਹਦੇ ਨਾਲ ਕੀ ਬਣਦੀ ਹੁੰਦੀ ਆ। ਦੇਖਦੀ ਹਾਂ ਮੈਂ ਇੱਕ ਵਾਰੀ ਗੱਲ ਕਰਕੇ, ਖੀਰ ਤਾਂ ਭਾਵੇਂ ਮੰਨ ਜੇ। ਚੱਲ ਤੂੰ ਜਾਂਦੀ ਆ ਨਾ, ਉਹਨੂੰ ਕਹਿ ਦੇ ਭਾਈ ਅਸੀਂ ਹੌਲੀ ਹੌਲੀ ਮੋੜ ਦੇਵਾਂਗੇ, ਹੋਰ ਕੀ ਹੈ। ਇਹ ਗੱਲ ਤਾਂ ਮੈਨੂੰ ਆਪ ਹੀ ਕਹਿ ਦੇਣੀ ਸੀ ਵੀ ਕੋਈ ਨਾ ਭਾਬੀ ਮਿਲਦੇ ਵਰਤਦੇ ਰਹੋ ਵੀ ਅਸੀਂ ਤੁਹਾਨੂੰ ਹੌਲੀ ਹੌਲੀ ਕਰਕੇ ਪੈਸੇ ਮੋੜ ਦਾਂਗੇ। ਚੱਲ ਤੂੰ ਐਂ ਕਰ, ਫਿਰ ਆ ਕੱਪੜੇ ਬਦਲ ਲਾ, ਕੱਪੜੇ ਬਦਲ ਕੇ ਜਾਏ। ਆਈ ਜਾਂਦੀ ਹਾਂ, ਕੀ ਮੈਨੂੰ ਕੱਪੜੇ ਬਦਲਣੇ ਚੰਗੇ ਲੱਗਦੇ ਨੇ, ਮੇਰਾ ਨਹੀਂ ਮਨ ਕਰਦਾ, ਮੈਂ ਜਾ ਕੇ ਹੀ ਆਉਂਦੀ ਹਾਂ ਪਹਿਲਾਂ। ਚੱਲ ਜਾਇਆ ਫਿਰ, ਹੋ ਕੇ ਤੁਸੀਂ ਜਾਣਾ ਨਾਲ? ਨਾ ਨਾ ਮੈਂ ਤਾਂ ਕੀ ਕਰਨਾ, ਤੂੰ ਜਾਇਆ, ਮੈਂ ਕਿਸੇ ਪਾਸੇ ਹੋਰ ਹੀਲਾ ਕਰਕੇ ਦੇਖਦਾ ਜੇ ਹੁੰਦਾ ਹੋਇਆ ਤਾਂ। ਚਲੋ ਠੀਕ ਹੈ ਫਿਰ, ਮੈਂ ਤਾਂ ਜਾਵਾਂ, ਟਾਈਮ ਨਾਲ ਆ ਜਾਊਂਗੀ। ਹਾਂ ਚੱਲ ਤੂੰ ਜਾਇਆ ਫਿਰ, ਮੈਂ ਪੈਸੇ ਚੱਕ ਲਿਆਵਾਂ ਕਿਰਾਏ ਵਾਸਤੇ। ਠੀਕ ਹੈ, ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿਤੇ ਵੀ ਆਹ ਵਿਵਸਥਾ ਵੀ ਖੜੀ ਹੋ ਜਾਊ, ਆਹ ਨਵੀਂ ਵਿਵਸਥਾ ਖੜੀ ਹੋ। ਇਹ ਆਏ ਸਾਰਾ ਕੁਛ ਮੇਰੇ ਨਾਲ ਕਾਹਤੋਂ ਆਏ ਹੁੰਦਾ, ਪਹਿਲਾਂ ਮੇਰਾ ਭਰਾ ਕਰ ਗਿਆ, ਆਹ ਦੁਬਾਰੇ ਆਹ ਨਵਾਂ ਕੰਮ ਹੋ ਗਿਆ। ਪਤਾ ਨਹੀਂ ਕੀ ਮੇਰੇ ਲਿਖਿਤਰਾਂ 'ਚ ਲਿਖਿਆ ਰੱਬ ਨੇ, ਐਡੀਆਂ ਐਡੀਆਂ ਲਿਖਿਤਰਾਂ, ਕੋਈ ਵੀ ਨਹੀਂ ਕੰਮ ਦੇ। ਜੋਤੀ ਕੰਮ ਦੇ ਹੱਥ ਲਾ ਲਿਆ ਕਰ ਪੁੱਤ ਮਾੜਾ ਮੋਟਾ। ਮੰਮੀ ਸਾਰੇ ਘਰ ਦਾ ਕੰਮ ਤਾਂ ਮੈਂ ਕਰਦੀ ਹਾਂ, ਤੁਸੀਂ ਤਾਂ ਬਸ ਬੋਲਣਾ ਨਹੀਂ। ਕੀ ਕਰਦੀ ਹਾਂ ਮੈਂ ਤਾਂ ਕਿਤੇ ਦੇਖਿਆ ਨਹੀਂ, ਪਹਾੜੋਂ ਪੱਥਰ ਲਿਆਈ,
ਮਾੜਾ ਮੋਟਾ ਕੱਪੜੇ ਕੁਪੜੇ ਸਿੱਖ ਲੈ, ਕੋਈ ਗਾਹਾਂ ਬਗਾਨੇ ਕਰ, ਜਾਣਾ ਕੱਲ ਨੂੰ। ਆ ਸੂਟ ਕਿਹਨੇ ਸਿਉਤਾ? ਇਹ ਸਮਾਇਆ ਬਾਹਰੋਂ, ਮੈਨੇ ਆਪ ਸਿਉਂਤਾ ਵਾਰੀ। ਆਹੋ ਗੱਲਾਂ ਮਰਵਾਲਾ ਜਿੰਨੇ ਫੱਟ। ਹਾਂ ਤੇ ਜਦੋਂ ਦੀ ਹਨਾ ਭੂਆ ਦਾ ਵਿਆਹ ਹੋਇਆ, ਇੱਕ ਵਾਰ ਨਹੀਂ ਆਈ ਹੈਗੀ ਹਨਾ। ਆਪਾਂ ਚੱਲ ਗਈ ਉਹਦੇ ਕੋਲ। ਬਾਲਾ ਹਿਜ ਮਾਰਦਾ ਕੀ ਕਰਵਾਉਣਾ ਤੈਂ ਉਹ ਤੋਂ? ਪਹਿਲਾਂ ਤੇਰਾ ਪਿਓ ਤੜਕੇ ਦੇ ਲੱਗਿਆ ਕਹਿਣ, ਕੁੜੀ ਦਾ ਜੀ ਕਰੀ ਜਾਂਦਾ ਮਿਲਣੂ, ਮੈਂ ਜੀ ਕਰਦਾ ਭੱਜ ਕੇ ਮਿਲਿਆ ਵਾਂ। ਵੀ ਦੱਸ ਬਾਹਾਂ ਆਕੜੀਆਂ ਪਈਆਂ ਛੋਟੇ ਪਿਓ ਤੇ ਦੀਆਂ। ਤੂੰ ਤਾਂ ਮੰਮੀ ਕਿਸੇ ਦਾ ਨਹੀਂ ਕਰਦੀ ਹੈਗੀ, ਤੂੰ ਤਾਂ ਕੱਲੇ ਕੱਲੀ ਰਹਿਣ ਗਿੱਜੀ ਹੋਈ ਹੈ, ਤੂੰ ਤਾਂ ਕੱਲੇ ਕੱਲੀ। ਮੈਨੂੰ ਤਾਂ ਨਾ ਕਿਸੇ ਦਾ ਹੇਜ ਆਉਂਦਾ ਨਹੀਂ ਹੈਗਾ, ਚੁੱਪ ਕਰਕੇ ਬਹਿ ਜਾ। ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ, ਉਹ ਤਾਂ ਪਹਿਲੇ ਕਹੀ ਜਾਂਦਾ ਸੀ ਮੈਂ ਕੁੜੀ ਕੋਲੇ ਜਾ ਕੇ ਆਉਣਾ, ਮੈਥੋਂ ਬੁਰਾ ਕੋਈ ਨਹੀਂ। ਸਹੀ ਗੱਲ ਹੈ ਮੰਮੀ, ਉੱਥੋਂ ਬੁਰਾ ਕੋਈ ਹੋ ਵੀ ਨਹੀਂ ਸਕਦਾ। ਭੂਆ ਆ ਗਈ ਮੰਮੀ। ਕਿਹੜੀ ਭੂਆ? ਉਧਰ ਦੇ ਤਾਂ ਸੀ ਜੀ ਭੂਆ ਆ ਗਈ। ਮੈਨੂੰ ਲੱਗਦਾ ਤਨ ਤਾਂ ਦਿਨੀ ਸੁਪਨੇ ਆਉਣ ਲੱਗ ਗਏ, ਲੋਕ ਤਾਂ ਰਾਤ ਨੂੰ ਲੈਂਦੇ ਆ, ਤੂੰ ਦਿਨੀ ਸੁਪਨੇ ਲੈਣੀ ਆ। ਉਹ ਦੇਖ ਤਾਂ ਲੈ ਭਾਈ, ਮੈਂ ਮਾਰਚੀ ਤਾਂ ਸੱਚੀ ਆਉਂਦੀ ਹੈ ਤੇਰੀ। ਤੂੰ ਤਾਂ ਮੱਚਦੀ ਆ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਜੱਤੀ? ਹਾਂ ਹਾਂ ਵਧੀਆ, ਆ ਜਾ ਬਹਿ ਦੂਰੇ ਆ ਜਾ। ਹਾਂ ਹਾਂ ਕੋਈ ਗੱਲ ਨਹੀਂ, ਇਧਰ ਹੋ ਬਹਿ ਜਾ। ਭਾਬੀ ਵਿਚਾਰੀ ਨੇ ਸਾਰਾ ਦਿਨ ਹੀ ਦਬਕੀ ਮਾਰਦੀ ਰਹੀ। ਹੋਰ ਠੀਕ ਹੈ? ਹਾਂ ਹਾਂ ਠੀਕ ਹੈ। ਜਾ ਪਾਣੀ ਦੀ ਕੁੱਟ ਲਿਆ ਦੇ। ਨਹੀਂ ਬਸ ਜੱਤੀ, ਪਾਣੀ ਨਹੀਂ ਪੀਣਾ ਹੈਗਾ। ਆ ਬਸ ਹੁਣੀ ਆਈ ਆ ਮੈਂ। ਕੁੱਟ ਲਿਆ ਨਾਲ? ਨਹੀਂ, ਉਹਨਾਂ ਨੂੰ ਕੰਮ ਵਾਲਾ ਸੀਗਾ ਤਾਂ ਕਰਕੇ ਨਹੀਂ ਆਈ। ਅੱਛਾ, ਅਸੀਂ ਵੀ ਹਣਾ ਸਾਡਾ ਵੀ ਜਾਣੀ ਸੀ, ਲੱਗਦਾ ਸੀ ਵੀ ਆਉਣਾ ਹੀ ਸੀਗਾ। ਹਾਂ ਤਾਂ ਹੀ ਤਾਂ ਤੁਸੀਂ ਬਾਲਾ ਫੋਨ ਕਰਦੇ ਹੋ। ਫੋਨ ਤਾਂ ਮੰਮੀ ਕੋਲੇ ਹੁੰਦਾ ਹੈ, ਬਸ ਰੱਬ ਦੀ ਆੜੀ ਆ ਗਈ, ਤੁਹਾਨੂੰ ਪਤਾ ਹੈ। ਚਲ ਕੋਈ ਗੱਲ ਨਹੀਂ, ਹੁਣ ਮੇਰੇ ਨਾਲ ਚੱਲ ਪੈ, ਫਿਰ ਜੇ ਜਾ ਦਈਏ। ਹਾਂ ਮੈਂ ਨਾਲ ਵਾਜ ਤੇ ਸਕੂਲ ਇਹਦਾ ਬਾਪ ਵਗ ਜਾ ਕਰੂਗਾ। ਨਹੀਂ ਨਹੀਂ ਭਾਬੀ, ਚਲ ਜਵਾਕ ਨੂੰ ਹੁੰਦਾ ਹੀ ਆ ਵੀ 2 ਦਿਨ ਮੈਂ ਜਾ ਆਵਾਂ। ਕੀ ਕਰਨਾ ਨੀ ਜਾ ਕੇ, ਘਰ ਦੇ ਕੰਮ ਮੈਥੋਂ ਨਹੀਂ ਇੰਨੇ ਹੁੰਦੇ। ਮੈਂ ਡੰਗਰਾਂ ਕੰਨੀ ਆਵਾਂ ਕਿ ਚੌਂਕਿਆਂ ਕੰਨੀ ਆਵਾਂ? ਕਿੱਧਰ ਵੀ ਨਹੀਂ ਹੁੰਦੇ ਤੁਸੀਂ ਤਾਂ, ਨਾ ਡੰਗਰਾਂ ਕੰਨੀ ਹੁੰਦੇ ਨਾ ਚੁੱਲੇ ਕੰਨੀ ਹੁੰਦੇ, ਬਸ ਗੱਲਾਂ ਵਾਲੇ। ਬਾਲਾ ਬੋਲ ਜਾ ਨਾ। ਨਹੀਂ ਨਹੀਂ ਕੋਈ ਗੱਲ ਨਹੀਂ, ਨਾ ਮੈਂ ਲੈ ਕੇ ਆਉਣੀ ਹੁੰਦੀ ਆ। ਲੱਗੇ ਬਕ ਬਕ ਜੇ ਕਰਨ, ਚੰਬਲ ਗਈ ਜਾਦੇ। ਕੋਈ ਨਾ ਭਾਬੀ, ਹਜੇ ਨਿਆਣੀ ਕਿਉਂ ਵਿਚਾਰੀ ਨੂੰ ਬੋਲਦੀ ਰਹਿੰਦੀ। ਅਜ ਉੱਤੇ ਬਣ ਬਦਣਗੇ, ਨਿਆਣੀ ਆ ਕੇ ਹਜੇ। ਉਹ ਕੱਦ ਹੀ ਲੰਬਾ ਚੱਲ ਗਿਆ ਦਾ, ਉਮਰ ਤਾਂ ਬਾਲੀ ਹੈ ਵੀ ਨਹੀਂ। ਤੂੰ ਦੱਸ ਤੇਰਾ ਕਿਵੇਂ ਆਉਣਾ ਹੋ ਗਿਆ ਅੱਜ? ਮੈਂ ਭਾਬੀ ਆ ਨਹੀਂ ਸਕਦੀ। ਨਹੀਂ ਆ ਸਕਦੀ ਹੈ, ਪਰ ਇੰਨੀ ਜਲਦੀ? ਮੈਂ ਤਾਂ ਨਾ ਇੱਕ ਕੰਮ ਆਈ ਸੀਗੀ, ਜੇ ਤੁਸੀਂ ਕਰੋਗੇ ਤਾਂ। ਕੀ ਕੰਮ ਆਈ ਹੈ ਭਾਈ, ਖੁੱਲ ਕੇ ਦੱਸ। ਉਹੀ ਬਾਜ਼ਾਰ ਤੇ ਆਈਆਂ ਪਾਈ ਜਾਂਦੀ ਹੈ। ਮੈਂ ਕਹਿੰਦੀ ਸੀ ਭਾਬੀ, ਮੈਂ ਆਪਦੀ ਸਾਰੀ ਜ਼ਮੀਨ ਤਾਂ ਤੁਹਾਨੂੰ ਹੀ ਦੇਤੀ ਨਾ, ਤੇ ਹੁਣ ਤਾਂ ਮੇਰੇ ਕੋਲ ਕੁਛ ਹੈ ਵੀ ਨਹੀਂਗਾ। ਜੇ ਤੁਸੀਂ ਮੈਨੂੰ 10 ਲੱਖ ਰੁਪਏ ਦੇ ਦਿੰਦੇ, ਮੈਂ ਮੋੜ ਦੂੰਗੀ ਛੇਤੀ। ਕੀ ਕਿਹਾ? ਕਿਹਾ ਤਾਂ ਉਹੀ ਆ ਵੀ 10 ਲੱਖ ਰੁਪਏ ਧਾਰਾ ਦੇ ਦਿੰਦੇ। 10 ਲੱਖ ਪਤਾ ਕਿੰਨਾ ਹੁੰਦਾ? ਕਹਿ ਤਾਂ ਦਿੱਤਾ ਤੈਂ 10 ਲੱਖ ਰੁਪਇਆ ਦੇ ਦਾ ਦੇ, 10 ਲੱਖ ਡੀਕਰੀ ਇਕੱਠੀ ਨਹੀਂ ਹੁੰਦੀ। ਭਾਬੀ ਇੱਕ ਕਿੱਲਾ ਜ਼ਮੀਨ ਦਾ ਗਹਿਣੇ ਕਰਦੇ, ਮੈਂ ਵੀ ਤਾਂ ਆਪਣੀ ਸਾਰੀ ਜ਼ਮੀਨ ਦਿੱਤੀ ਹੈ ਤੈਨੂੰ। ਜ਼ਮੀਨ ਅੱਜ ਦਾ ਕਹਿਤਾ, ਫੇਰ ਨਾ ਕਿਤੇ ਕਹਿ ਦੇ ਵੀ ਜ਼ਮੀਨ ਗਹਿਣੇ ਕਰਦੇ। ਉਹ ਮੇਰੇ ਵੀ ਮੁਟਿਆਰ ਧੀ ਬੈਠੀ ਹੈ, ਮੈਂ ਵੀ ਉਹਦਾ ਕਰਨਾ ਕੱਲ ਨੂੰ ਕਿਤੇ। ਹੁਣ ਤੂੰ ਵਿਆਹ ਤੇ ਵਰਤੀ ਆਦੇ ਘਰ ਬਾਰ ਦੀ ਹੈ, ਮੇਰੇ ਕੋਲ ਤਾਂ ਕੁਛ ਨਹੀਂ ਹੈਗਾ। ਤੇ ਰਹੀ ਗੱਲ ਤੇਰੇ ਭਾਈ ਕੋਲੇ, ਗੱਲ ਨਾ ਕਰਦੀ ਕੋਈ। ਭਾਬੀ ਮੇਰੀ ਗੱਲ ਤਾਂ ਮੰਨ ਲਾ, ਜੇ ਸਾਡੇ ਕੋਲ ਪੈਸਿਆਂ ਦਾ ਹੱਲ ਨਾ ਹੋਇਆ ਨਾ, ਸਾਡੇ ਕੋਲ ਉਹ ਗਰੀਬ ਜਿਹਾ ਘਰ ਵੀ ਨਹੀਂ ਰਹਿਣਾ। ਤੂੰ ਆਪ ਹੀ ਦੱਸ ਦੇ, ਇਹ ਪਹਿਲਾਂ ਕਿਹੜਾ ਹਵੇਲੀ ਸੀ ਤੁਹਾਡੇ ਕੋਲੇ ਵੀ ਜਿਹੜੇ ਤੁਹਾਨੂੰ ਕਹਿੰਦੀ ਉਹ ਘਰ ਨਹੀਂ ਰਹਿਣਾ ਸਾਡੇ ਕੋਲੇ? ਭਾਬੀ ਚਾਹੇ ਜਿਵੇਂ ਦਾ ਮਰਜ਼ੀ ਆ, ਘਰ ਤਾਂ ਹੈਗਾ ਨਾ,
ਸ਼ਾਮ ਨੂੰ ਆਪਦੇ ਘਰੇ ਤਾਂ ਬਹਿ ਜਾਂਦੇ ਆ ਜਾ ਕੇ। ਮੈਂ ਨਹੀਂ ਚਾਹੁੰਦੀ ਵੀ ਉਹ ਛੱਤ ਵੀ ਸਾਡੇ ਸਿਰ ਤੋਂ ਉੱਠ ਜੇ। ਪਹਿਲਾਂ ਖਰਚੇ ਸੋਚ ਸਮਝ ਕੇ ਕਰਨੇ ਸੀ, ਜੇ ਨਹੀਂ ਪਹੁੰਚਣੀ ਸੀ ਨਾ ਇੰਨੇ ਪੈਰ ਬਸਾਰਦਾ। ਭਾਬੀ ਖਰਚੇ ਕਿਹੜੇ, ਗਰੀਬਾਂ ਦੇ ਕਾਹਦੇ ਖਰਚੇ ਹੁੰਦੇ ਨੇ, ਕਦੇ ਰੋਟੀ ਖਾ ਲਈ ਤੇ ਕਦੇ ਨਾ ਖਾ ਕੇ ਹੀ ਸੌਂ ਗਈ। ਰੌਲਾ ਤਾਂ ਸਾਰਾ ਕਰਮਜੀਤ ਦਾ। ਕੀ ਰੌਲਾ ਮੇਰੇ ਭਾਈ ਦਾ, ਲੈ ਕੇ ਮੇਰੇ ਭਾਈ ਨੂੰ ਬਹਿ ਜਾਣੇ ਮੂਹਰੇ ਤੁਸੀਂ। ਕੀ ਕਹਿਤਾ ਹੁਣੇ ਉਹਨੇ ਤੁਹਾਨੂੰ, ਤੁਹਾਨੂੰ ਦੋ ਟਾਈਮ ਦੀ ਰੋਟੀ ਦੇ ਰਿਹਾ, ਵਧੀਆ ਕਾਰੋਬਾਰ ਚੱਲ ਰਿਹਾ ਉਹਦਾ, ਦੁੱਧ ਬਾਅਦ ਤੁਹਾਨੂੰ ਉਹ ਦੇ ਰਿਹਾ, ਹੋਰ ਤੁਸੀਂ ਕੀ ਭਾਲਦੇ ਹੋ। ਭਾਬੀ ਸਾਰੀ ਉਮਰ ਕੋਈ ਕਿਸੇ ਤੇ ਕਿਵੇਂ ਕੰਮ ਕਰ ਸਕਦਾ, ਉਹਨੇ ਪਤਾ ਸਾਈਨ ਕਰਵਾਏ ਹੋਏ ਨੇ ਵੀ ਅਸੀਂ ਉਹਦੇ 10 ਲੱਖ ਰੁਪਏ ਦੇਣਾ, ਜਦ ਕਿ ਅਸੀਂ ਉਹਦੇ 10 ਰੁਪਈਏ ਵੀ ਨਹੀਂ ਦੇਣੇ, ਅਸੀਂ ਤਾਂ ਪੈਸੇ ਲੈਣੇ ਆ, ਇੰਨੇ ਪੈਸੇ ਕਿੱਥੋਂ ਦਈਏ ਉਹਨੂੰ ਅਸੀਂ। ਜਦੋਂ ਲੈਤੇ ਹੋਣਗੇ ਅਗਲੇ ਨੇ, ਕਈਓ ਮੰਗ ਰਿਹਾ, ਉਹਦਾ ਕਿ ਸਿਰ ਭਾਇਆ ਵੀ ਉਈ ਕਹਿ ਦੂਗਾ। ਭਾਬੀ ਸੱਚੀ ਨਹੀਂ ਕੋਈ ਪੈਸਾ ਲਿਆ ਉਹਨੇ, ਜਦੋਂ ਪਹਿਲੀ ਵਾਰ ਪੁੱਛਣਗੇ ਉਹ ਤਾਂ ਕਹਿੰਦੇ ਮੇਰੀ ਇਹਨੂੰ ਮਜ਼ਾਕ ਕਰਦਾ ਸੀ, ਹੁਣ ਫੇਰ ਉਹੀ ਗੱਲ ਤੇ ਆ ਗਿਆ। ਗੱਲ ਸੁਣ ਲਾ, ਨਾ ਤਾਂ ਮੇਰੇ ਕੋਲ ਪੈਸੇ ਅੱਜ ਹੈ ਤੇ ਨਾ ਮੇਰੇ ਕੋਲ ਸਵੇਰੇ ਆ, ਮੇਰੇ ਕੋਲ ਕੋਈ ਪੈਸਾ ਨਹੀਂ, ਚੁੱਪ ਕਰਕੇ ਵਗ ਜਾ ਇੱਥੇ ਜਿਹੜੇ ਪੈਰੀ ਆਈ ਆ। ਚੱਲ ਭਾਬੀ 10 ਨਾ ਦੇ, ਜਿੰਨੇ ਬਣਦੇ ਉਨੇ ਕੀ ਦੇ ਦੇ, ਮੈਂ ਆਪਦੀ ਸਾਰੀ ਜ਼ਮੀਨ ਵੀ ਹੁਣ ਤੁਹਾਨੂੰ ਦੇਤੀ, ਹੁਣ ਦੱਸ ਮੈਂ ਕਿੱਧਰ ਜਾਵਾਂ। ਜ਼ਮੀਨ ਤਾਂ ਕਿਹੜਾ ਮੈਂ ਆਪ ਕਰਵਾਈ ਆ, ਉਹ ਤਾਂ ਭੱਜ ਕੇ ਹੱਸ ਕੇ ਸੈਨ ਕਰੇਦੀ। ਲੈ ਭਾਬੀ ਮੈਂ ਸਾਰੀ ਤੇਰੇ ਨਾਮ ਕਰਦੀ ਆ, ਜਿੱਥੇ ਮੈਂ ਚਾਹੂੰਗੀ ਮੇਰਾ ਵਿਆਹ ਉੱਥੇ ਕਰੀ, ਹੁਣ ਜਿੱਥੇ ਤੂੰ ਚਾਹੁੰਦੀ ਸੀ ਉੱਥੇ ਹੀ ਵਿਆਹ ਕਰਿਆ ਤੇਰਾ। ਕੁਛ ਨਹੀਂ ਹੋਇਆ, ਤੂੰ ਕੀ ਲੈਣਾ ਇਹਦੀਆਂ ਗੱਲਾਂ ਤੋਂ, ਤੈਨੂੰ ਚਾਹ ਕਿਆ, ਚਾਹ ਬਣਾ ਲਾ। ਮੈਂ ਕਿਹੜਾ ਕਿਹਾ ਸੀ ਭਾਬੀ ਵੀ ਮੈਨੂੰ ਇਹੋ ਜਿਹੇ ਬੰਦੇ ਦੇ ਵਿਆਹ ਦਿਓ ਵੀ ਜਿਹੜਾ ਸਾਰੀ ਉਮਰ ਗਰੀਬੀ ਨਾਲ ਘੁਲਦਾ ਰਹੇ ਤੇ ਨਾਲੇ ਸਾਡਾ ਕੋਈ ਮੇਲ ਨਾ ਹੋਵੇ, ਐ ਤਾਂ ਨਹੀਂ ਕਿਹਾ ਸੀ। ਤੇਰੇ ਤਾਂ ਭੈਣੇ ਕੁਛ ਨੱਕ ਥੱਲੇ ਨਹੀਂ ਆਉਂਦਾ, ਹੁਣ ਮੇਰੇ ਕੋਲੇ ਕੁਛ ਨਹੀਂ ਤੇ ਬਾਲੀ ਮੇਰਾ ਦਿਮਾਗ ਜਾਣਾ ਖਾ ਤੇ ਤਿੱਤਰ ਹੋ ਜਾ ਇਥੋਂ। ਲੈ ਮੰਮੀ ਤੁਸੀਂ ਐਵੇਂ ਕਦੋਂ ਭੁੱਲੀ ਜਾਂਦੇ ਭੂਆ ਨੂੰ, ਇਹ ਤੈਨੂੰ ਨਹੀਂ ਪਤਾ, ਚੁੱਪ ਕਰਕੇ ਖੜ ਜਾ, ਉਹੀ ਵੱਡਿਆਂ ਦੀਆਂ ਗੱਲਾਂ ਚ ਬੋਲੀ ਜਾਂਦੀ ਰਹਿੰਦੀ ਹੈ। ਚੱਲ ਚੰਗਾ ਭਾਬੀ, ਜੇ ਮੈਂ ਇੰਨੀ ਬੁਰੀ ਲੱਗਦੀ ਹਾਂ ਤਾਂ ਮੈਂ ਬਾਲ ਜਾਂਦੀ ਹਾਂ, ਪਰ ਯਾਦ ਰੱਖਿਓ ਐਵੇਂ ਕਿਵੇਂ ਜਾਓਗੇ ਤੁਸੀਂ, ਰਹੋ ਨਾ ਇੱਥੇ। ਕੋਈ ਨਾ ਜੱਤੀ, ਜਦੋਂ ਮੇਰਾ ਕੁਛ ਰਿਹਾ ਹੀ ਨਹੀਂ ਹੈਗਾ, ਕੀ ਫਾਇਦਾ ਰਹਿਣ ਦਾ, ਨਾਲੇ ਜਿਹੜੀ ਰੱਬ ਨੇ ਲਿਖਤੀ ਤਾਂ ਮੈਂ ਵਾਪਸ ਵੀ ਨਹੀਂ ਲਿਆ ਸਕਦੀ, ਆਪਦੇ ਹੱਥ ਮੈਂ ਆਪ ਹੀ ਵਢਾ ਲਈ। ਗੱਲਾਂ ਤਾਂ ਐਂ ਕਰਦੀ ਹੈਗੀ ਵੀ ਜਦੋਂ ਦੀ ਆਪਦਾ ਹਿੱਸਾ ਸੀ ਇੱਥੇ ਵੀ ਹੱਥ ਵਢਾ ਤੇ ਮੇਰੇ। ਪਰ ਮੰਮੀ ਕੀ ਪਰ ਲਾਈ ਹੈ, ਟਿੱਕ ਨਹੀਂ ਖੜਿਆ ਜਾਂਦਾ, ਕਿੰਨੇ ਵਾਰ ਕਹਿਤਾ, ਚੰਬਲੀਆ ਜਲੇ। ਚੱਲ ਭੈਣੇ ਤੂੰ ਵੀ ਹੋ ਖੜੀ, ਬੈਠੀ ਕੀ ਕਰਦੀ ਇੱਥੇ। ਚਲਾ ਦੇਖੋ ਤੁਸੀਂ ਐਂ ਧੱਕੇ ਕਦੋਂ ਮਾਰਦੇ ਉਹਨਾਂ ਨੂੰ, ਚੁੱਪ ਕਰਕੇ ਨਾ ਇੱਧਰ ਬਹਿ ਜਾ। ਚੱਲ ਚੱਲ ਨੀ, ਜੇ ਇੱਥੇ ਮੁੜ ਕੇ ਵੜ ਗਈ ਸੋਚ ਲਈ, ਮੈਂ ਖੜੀ ਆ ਇੱਥੇ, ਪਿੱਛੇ ਭੌਂ ਕੇ ਨਾ ਦੇਖ ਲਈ, ਤਿੱਤਰ ਹੋ ਜਾ ਇੱਥੋਂ। ਤੀਜੇ ਕਿ ਦਿਨ ਮੂੰਹ ਚੱਕ ਕੇ ਆ ਜਾ, ਦੇ ਦੇ ਪੈਸੇ ਇਹਨੂੰ। ਬਣਿਆ ਕੋਈ ਜੁਗਾੜ ਕੋ ਬਣੇ ਤੁਹਾਡੇ ਤੋਂ, ਹੋਇਆ ਕੋਈ ਹੱਲ? ਨਾ ਨਾ ਕੋਈ ਨੀ, ਸਾਹ ਪੈਂਦਾ ਥੋੜੇ ਘੰਟੇ ਦਾ ਬਣ ਜੂ, ਬਾਹਲਾ ਨੀ ਬਣਦਾ, 10 ਲੱਖ ਰੁਪਈਏ ਬਾਹਲਾ ਹੁੰਦਾ ਨਾ। ਇਹ ਤਾਂ ਹੈਗਾ, ਨਾਲੇ ਗਰੀਬ ਦਾ ਕਿੱਥੇ ਕੋਈ ਸਾਥ ਦਿੰਦਾ। ਮੈਂ ਤਾਂ ਆਪ ਥੱਕ ਟੁੱਟ ਕੇ ਆ ਗਈ, ਜਿਹੜਾ ਵਰਤਦੇ ਸੀ ਉਹ ਤੋਂ ਵੀ ਗਈ। ਮੈਂ ਤੈਨੂੰ ਕਿਹਾ ਸੀਗਾ ਮੈਂ ਰਹਿਣ ਦੇ, ਮੇਰੇ ਤੇ ਅੱਜ ਫਰਕ ਪੈ ਜਾਂਦਾ, ਦੇਖੀ ਜਾਓ ਜਿਹੜਾ ਕੁਛ ਹੋਊਗਾ, ਹੁਣ ਤਾਂ ਬੈਗਰੋਂ ਨਹੀਂ ਪਤਾ ਕੀ ਆਉਣਾ।
ਪਰ ਮੈਨੂੰ ਗੱਲ ਐਡੀ ਉਮੀਦ ਨਹੀਂ ਸੀਗੀ ਵੀ ਮੇਰੀ ਭਾਬੀ ਮੇਰੇ 4 ਕਿੱਲੇ ਲੈ ਕੇ ਵੀ ਮੈਨੂੰ 10 ਲੱਖ ਰੁਪਈਆ ਵੀ ਨਹੀਂ ਦੇ ਸਕਦੀ। 4 ਕਿੱਲੇ ਦੇਖ ਲਓ ਅੱਜ ਦੇ ਟਾਈਮ 'ਚ ਕਿੰਨੇ ਦੇ ਆ, ਨਾਲੇ ਰੋਡ 'ਤੇ ਜ਼ਮੀਨ ਲੱਗਦੀ ਆ। ਜਵਾਬ ਤੇ ਤੇਰੀ ਭਾਬੀ ਨੇ ਇਕੱਲਾ ਜਵਾਬ ਨਹੀਂ, ਭਾਬੀ ਨੇ ਤਾਂ ਅੱਜ ਧੱਕੇ ਮਾਰ ਕੇ ਮੈਨੂੰ ਘਰੋਂ ਵੀ ਬਾਹਰ ਕੱਢਤਾ। ਨਾ ਧੱਕੇ ਕਿਉਂ ਮਾਰੇ, ਨਾ ਤਾਂ ਤੂੰ ਜ਼ਮੀਨ ਲਵਾਈ ਉਹਦੇ ਨਾਲ। ਮੈਂ ਤਾਂ ਇਹ ਗੱਲ ਕਹਿਣਾ ਤੇਰੀ ਵੀ ਗਲਤੀ, ਤੂੰ ਸਾਰੀ ਜ਼ਮੀਨ ਕਿਉਂ ਲਈ, ਮਾੜੀ ਮੁੱਠੀ ਤਾਂ ਰੱਖਣੀ ਸੀ ਵੀ ਕੱਲ੍ਹ ਨੂੰ ਮੈਂ ਕੀ ਕਰੂੰਗੀ। ਇਹਦਾ ਤੂੰ ਗੱਲ ਸੋਚਣੀ ਸੀ ਵੀ ਮੇਰੀ ਜ਼ਿੰਦਗੀ ਬਹੁਤ ਲੰਬੀ ਆ। ਜੇ ਇੰਨੀ ਅਕਲ ਹੁੰਦੀ ਮੈਨੂੰ ਫਿਰ ਮੈਂ ਕਿਉਂ ਉਹਦੇ ਨਾਲ ਜ਼ਮੀਨ ਲਵਾਉਂਦੀ। ਚੱਲ ਮੰਨੀ ਗੱਲ ਵੀ 4 ਸੀ, ਤੈਨੂੰ ਉਹਨਾਂ ਨੇ ਪਾ ਲਿਆ ਪਲੋਸਾ 2 ਦੇ ਦਿੰਦੀ, 2 ਰੱਖ ਲੈਂਦੀ ਅਤੇ ਕਿੱਲਾ ਤਾਂ ਰੱਖਦੀ, ਤੂੰ ਕੁਛ ਵੀ ਨਹੀਂ ਰੱਖਿਆ। ਆਪਦੇ ਕਹਿੰਦੇ ਹੁੰਦੇ ਪੈਰ ਪਹਾੜਾ ਆਪ ਹੀ ਮਾਰ ਲਿਆ, ਆ ਜਿਵੇਂ ਸਹਿਣ ਕਰਕੇ ਮੈਂ ਮਾਰ ਲਿਆ ਆਪਦੇ। ਪਤਾ ਨਹੀਂ ਮੇਰੇ ਨਾਲ ਨਾਲ ਤੇਰੀ ਵੀ ਕਿਸਮਤ ਮਾੜੀ ਹੈ। ਚੱਲ ਕੋਈ ਗੱਲ ਨਹੀਂ। ਨਹੀਂ ਨਹੀਂ ਕਿਸਮਤ ਨੂੰ ਨਹੀਂ ਕਦੇ ਵੀ ਕੋਸੀਦਾ, ਬੰਦਾ ਨਾ ਬਸ ਮਿਹਨਤ ਕਰਨੀ ਨਾ ਛੱਡੇ, ਹੋ ਜੂ ਸੈੱਟ। ਉਹ ਮਿਹਨਤ ਹੀ ਦੇਖੀ ਕਰੀ ਜਾਂਦਾ ਹੈ। ਜੋ ਵੀ ਬਣੂਗਾ ਕਰਨਾ ਤਾਂ ਪਰਮਾਤਮਾ ਨੇ, ਇਨਸਾਨ ਤਾਂ ਕਿਸੇ ਲਈ ਕੁਛ ਵੀ ਨਹੀਂ ਕੋਈ ਕਰ ਸਕਦਾ। ਜੇ ਪਰਮਾਤਮਾ ਨੇ ਕਰਨਾ ਹੁਣ ਤੱਕ ਪਰਮਾਤਮਾ ਦਾ ਸਹਾਰਾ ਲਾ ਕੇ ਬੈਠਾ, ਇਸ ਤੋਂ ਬਾਅਦ ਵੀ ਉਸੇ ਦੇ ਸਹਾਰਾ, ਵੀ ਕੀ ਕਰਨਾ ਹੁਣ ਉਸੇ ਨੇ ਕਰਨਾ, ਹੁਣ ਟੈਨਸ਼ਨ ਲਈ ਤੋਂ ਕੀ ਬਣਦਾ। ਚੱਲ ਦੇਖੀ ਜੋ ਰੀਤ, ਹੁਣ ਤਾਂ ਜਿੰਨੀਆਂ ਮਰਜ਼ੀ ਗੱਲਾਂ ਸੋਚੀ ਚੱਲ, ਹੁਣ ਇਹ ਮਨ 'ਚ ਆਈ ਜਾਣਗੀਆਂ। ਹੁਣ ਤਾਂ ਸਾਰਾ ਥਾਣੇ ਨਹੀਂ ਆਏ ਤੁਸੀਂ? ਨਾ ਥਾਣੇ ਮੈਂ ਕੀ ਕਰਨਾ ਹੁਣ, ਮੈਨੂੰ ਸਮਝ ਨਹੀਂ ਗੱਲ। ਅਸੀਂ ਇੱਜ਼ਤਦਾਰ ਬੰਦੇ ਹਾਂ, ਅਸੀਂ ਥਾਣੇ 'ਚ ਗੇੜੇ ਖਾਣ ਵਾਲੇ। ਇਹਦਾ ਮਤਲਬ ਫਿਰ ਸਾਡੀ ਕੋਈ ਇੱਜ਼ਤ ਨਹੀਂ ਜਿਹੜੇ ਸਾਰਾ ਦਿਨ ਥਾਣੇ 'ਚ ਰਹਿੰਦੇ ਹਾਂ? ਜਿਵੇਂ ਮਰਜ਼ੀ ਸਮਝ ਲਾ, ਜੇ ਇੰਨੀ ਇੱਜ਼ਤ ਦੀ ਆ ਨਾ ਤਾਂ ਪੈਸੇ ਮੋੜ ਦੇ ਮੇਰੇ, ਨਹੀਂ ਸਿੱਧਾ ਕੰਮ 'ਤੇ ਆ ਜਾਓ। ਮੈਂ ਤੈਨੂੰ ਉਦੋਂ ਵੀ ਕਿਹਾ ਸੀ ਨਾ, ਅੱਜ ਵੀ ਇਹ ਗੱਲ ਕਹਿਣਾ ਵੀ ਕੰਮ 'ਤੇ ਨਾ ਮੈਂ ਅੱਜ ਆਵਾਂ ਨਾ ਕੱਲ੍ਹ ਆਵਾਂ, ਸਾਡੀ ਵੀ ਕੋਈ ਇੱਜ਼ਤ ਆ। ਉਦੋਂ ਵਧੀਆ ਰਹੇਗਾ, ਕੰਮ 'ਤੇ ਵਗ ਜਾ ਕਰ, ਤੈਨੂੰ ਨਾਲ 4 ਰੁਪਈਏ ਦਵਾ ਦਿਆ ਕਰੂੰ ਮੈਂ। ਕਿਉਂ ਉਹ ਹੋਈ ਜਾਂਦਾ ਐਵੀਂ? ਨਹੀਂ ਇੱਕ ਮੇਰੇ ਕੋਲ ਚੀਜ਼ ਹੈਗੀ ਆ, ਚੱਲ ਜਦੋਂ ਤੂੰ ਕਹੀ ਦਿੰਦਾ ਨਾ ਵੀ ਅਸੀਂ ਤੇਰੇ ਪੈਸੇ ਦੇਣੇ ਆ, ਆ ਘਰ ਆ ਅਤੇ ਘਰ ਰੱਖ ਲਾ। ਉਹ ਘਰੋਂ ਬੇਘਰ ਹੋ ਕੇ ਕਿੱਥੇ ਜਾਏਗਾ? ਕੋਈ ਜਿਹਦੇ ਕੋਲ ਨਹੀਂ ਹੁੰਦਾ ਉਹ ਵੀ ਟਾਈਮ ਪਾਸ ਕਰਦੇ ਹੀ ਆ, ਝੁੰਬੀਆਂ ਪਾ ਕੇ ਕਰ ਲੈਂਦਾ, ਜਿਵੇਂ ਸਾਡੇ ਤਕਦੀਰ 'ਚ ਲਿਖਿਆ ਹੋਇਆ ਉਹ ਅਸੀਂ ਭੋਗ ਲਾਂਗੇ। ਉਹ ਤਕਦੀਰ ਤਾਂ ਤੇਰੀ ਆਪ ਹੀ ਬਦਲ ਜੂਗੀ, ਤੂੰ ਕੰਮ 'ਤੇ ਵਗ ਜਾ ਕਰਨ ਵਾਲੇ ਇਹਨੂੰ ਭੇਜ ਦਿਆ ਕਰ, ਦੋਨੇ ਜਣੇ ਵਗ ਜਾ ਕਰੋ ਕੰਮ 'ਤੇ। ਅਸੀਂ ਇਹ ਆਪਦੀ ਕਿਸਮਤ ਨੂੰ ਨਾ ਆਪ ਹੀ ਠੋਕਰ ਮਾਰਦੇ ਆ ਇਹ ਲੋਕ। ਚੱਲ ਜਿਵੇਂ ਤੈਨੂੰ ਲੋਟ ਲੱਗਦਾ ਫਿਰ ਉਵੇਂ ਕਰ ਲਾ। ਹਾਂ ਠੀਕ ਹੈ, ਦੱਸ ਫਿਰ ਕਿੱਦੇ ਕਰਦੇ ਆ ਘਰ ਖਾਲੀ? ਕਿੱਦੇ ਕੀ ਕਰਨਾ, ਹੁਣੀ ਕਰ ਦਿੰਦੇ ਆ, ਮੇਰੀ ਬੇਬੇ ਆ ਮੈਂ ਉਹਨੂੰ ਉੱਧਰ ਦੀ ਉੱਧਰ ਲੈ ਜਾਊਂ। ਬਸ ਬਸ 4 ਜਿਹੜੇ ਮੰਜੇ ਹੈਗੇ ਆ ਉਹ ਚੱਕ ਕੇ ਡੰਡ ਫੋੜੀ ਡੰਡੀ ਰਗੜੋ, ਠੀਕ ਹੈ ਗਰਮੀਤ? ਹਾਂ ਠੀਕ ਹੈ। ਉਹ ਮੰਜੇ ਕੀ ਕਰਨੇ, ਮੇਰੇ ਕੋਲ ਕਿਹੜਾ ਥਾਂ ਰੱਖਣ ਨੂੰ, ਇਹ ਵੀ ਤੁਹਾਨੂੰ ਛੱਡੇ ਉਹ ਕਿਤੇ ਘਰ ਕੁਰਤ ਤੈਨੂੰ ਲੋਨ ਲੂਨ ਲਈ ਬੈਠਾ। ਉਹ ਕੋਈ ਨਹੀਂ ਰਵੀ, ਇਹੋ ਜਿਹੇ ਲੋਕ ਨਾ ਆਪਦੀ ਕਿਸਮਤ ਨੂੰ ਆਪ ਹੀ ਠੋਕਰ ਮਾਰ ਲੈਂਦੇ। ਚੱਲ ਕੋਈ ਨਹੀਂ, ਜੇ ਪੈਸੇ ਨਹੀਂ ਸਹੀ ਤਾਂ ਘਰ ਸਹੀ ਫਿਰ। ਕੋਈ ਗੱਲ ਨਹੀਂ, ਉਹ ਸਿਆਣਿਆਂ ਨੇ ਸੱਚ ਹੀ ਕਿਹਾ, ਠੱਗੀਆਂ ਮਾਰਦੇ ਨੂੰ ਕੋਈ ਨਹੀਂ ਦੇਖਦਾ, ਜਦੋਂ ਠੱਗੀਆਂ ਦਾ ਹਰਜਾਨਾ ਭਰਨਾ ਪੈਂਦਾ ਨਾ ਉਦੋਂ ਸਾਰੇ ਦੇਖਦੇ ਆ, ਤਾਂ ਹੀ ਸਿਆਣੇ ਕਹਿ ਦਿੰਦੇ ਆ ਹੱਕ ਦੀ ਖਾ ਲਏ, ਕੀ ਲੈਣਾ ਬੇਈਮਾਨੀਆਂ ਤੋਂ। ਓਏ ਕੁਛ ਸਾਨੂੰ ਨਾ ਸਿਖਾ, ਅਸੀਂ ਸਭ ਜਾਣਦੇ ਹਾਂ, ਨਾਲੇ ਇੱਕ ਵਾਰੀ ਹੋਰ ਸੋਚ ਲੈ, ਨਵਾਂ ਨਵਾਂ ਵਿਆਹ ਹੋਇਆ, ਇੰਨੀ ਸੋਹਣੀ ਨੂੰ ਲੈ ਕੇ ਨਿਕਲੇਗਾ ਕਿਤੇ? ਉਹ ਕੋਈ ਗੱਲ ਨਹੀਂ, ਉਹ ਮੇਰੀ ਤਕਦੀਰ ਹੈ, ਕੋਈ ਗੱਲ ਨਹੀਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਰੀ ਜਾਂਦਾ ਯਾਰ, ਤੈਨੂੰ ਜਰੀ ਫਿਕਰ ਨਹੀਂ ਯਾਰ, ਰਹੇਗਾ ਕਿੱਥੇ? ਉਹ ਕੋਈ ਗੱਲ ਉਹ ਤੇਰੇ ਚੰਗੇ ਲਈ ਕਹੀ ਜਾਂਦਾ ਗਾ, ਕੰਮ ਕਰ ਲਿਆ ਕਰ, ਨਾਲੇ 4 ਰੁਪਈਏ ਲੈ ਲਿਆ ਕਰੇ ਤੋਂ। ਇੱਜ਼ਤ ਤਾਂ ਤੇਰੀ ਲਾਹੀ ਨਹੀਂ ਸੀ, ਆ ਹੁਣ ਲਹੂਗੀ, ਜਦੋਂ ਲੈ ਕੇ ਫਿਰਿਆ ਨਾ ਸੜਕਾਂ 'ਚ ਇਹਨੂੰ, ਉਦੋਂ ਪਤਾ ਲੱਗੂ ਤੈਨੂੰ। ਇੱਥੇ ਵੀ ਤੂੰ ਗਲਤ ਆਂਗਾ, ਜਦੋਂ ਮੈਂ ਸੜਕਾਂ 'ਤੇ ਫਿਰੂ ਨਾ
ਅਗਲੇ ਨੂੰ ਪਤਾ ਇਹਨੇ ਇੱਜ਼ਤ ਦੀ ਖਾਤਰ ਨਾ ਘਰ ਛੱਡਤਾ, ਇਹ ਤੈਨੂੰ ਵਹਿਮ ਆ। ਚਲੋ ਉੱਠੋ ਹੁਣ ਕਿ ਧੱਕੇ ਮਾਰ ਕੇ ਕੱਢ ਗਏ। ਕੋਈ ਗੱਲ ਨਹੀਂ, ਚੱਲ ਰੀਤ ਇੱਧਰ ਆ, ਗੇਟ ਉਹ ਸਾਹਮਣੇ, ਚਲੋ ਦੇਖ ਲਾਂਗੇ। ਜੇ 4 ਦਿਨ ਨਾ ਨਾ ਮਿਲੀਆਂ ਬੁਰਕੀਆਂ ਭੱਜੇ ਆਉਣਗੇ, ਵੱਡੇ ਆ ਇੱਜ਼ਤ ਵਾਲੇ। ਆਪਾਂ ਕੋਈ ਗਲਤ ਤਾਂ ਨਹੀਂ ਕਰਤਾ ਯਾਰ? ਉਹ ਗਲਤ ਕੀ ਕਰਨਾ, ਮੇਰੇ ਹੱਕ ਦੇ ਪੈਸੇ ਨੇ। ਜੇ ਪੈਸੇ ਦਿੰਦੇ ਮੈਂ ਕਿਹੜਾ ਇਹਨਾਂ ਨੂੰ ਜਵਾਬ ਨਾ ਦਾ ਸੀ, ਇਹਨਾਂ ਦੇ ਸਿੱਧੀ ਮਤ ਨਾਲ ਕੰਮ ਤੇ ਆ ਜਾਂਦੇ। ਪਰ ਇਹਨਾਂ ਦੇ ਲੱਛਣ ਮਾੜੇ ਆ। ਉਹ ਲੈਣੇ ਤਾਂ ਹੈਗੇ ਤੂੰ ਪੈਸੇ ਪੱਕਾ? ਤੇ ਹੋਰ, ਉਹ ਤੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ। ਚੱਲ ਠੀਕ ਆ ਫਿਰ, ਬੈਠਦੇ ਆ 10-20 ਮਿੰਟ। ਆ ਜਾ। ਪਰ ਇਹਨਾਂ ਦਾ ਕਿੱਥੇ ਹੁੰਦਾ ਆਪਣਾ? ਹਾਂ ਫਿਰ ਇਹਨਾਂ ਕਰਾਂਗੇ ਇੱਥੇ ਕੜਕੂ ਗਲਾਸੀ। ਬਣਾਵਾ ਪੈਗ ਹੋਰ ਉਹ ਬਣਾ ਬਣਾ ਹੁਣ ਇੰਨੇ ਨਾਲ ਕੀ ਹੁੰਦਾ ਆਪਾਂ ਨੂੰ? ਮੈਨੂੰ ਐਂ ਤਾਂ ਦੱਸ ਦੇ ਹਾਂ, ਕਾਹਦੀ ਖੁਸ਼ੀ 'ਚ ਪਈ ਇੰਨਾ ਚ ਯਾਰ ਨੂੰ? ਫਿਰ ਉਹ ਦੱਸ ਦਾਂਗੇ ਤੈਨੂੰ, ਕਿਉਂ ਘਬਰਾਉਣਾ? ਦੱਸ ਭਰਾ, ਫੇਰ ਹੀ ਪੈਗਣ ਘਾਉਣਾ। ਉਹ ਦੱਸ ਦਿਆਂ ਤੈਨੂੰ ਕਿਉਂ ਪੈਗ ਡੋਲਦਾ? ਕੋਈ ਨੀ ਹਾਲਾ ਕਿਧਰੇ ਡੁੱਲਦਾ, ਮਤਲਬ ਇਹ ਅੰਦਰ ਹੀ ਡੁੱਲੂ ਜਿੰਨਾ ਡੁੱਲੂ। ਥੋੜ੍ਹੀ ਪਈ ਥੋੜ੍ਹੀ, ਬਸ ਬਸ ਬਸ। ਦੱਸ ਹੁਣ ਰਵੀ, ਇੰਨੇ ਹਿਸਾਬ ਚ ਕਰਿਆ ਉਹ ਬੰਦੇ? ਫਿਰ ਕਿਹੜੇ ਬੰਦੇ? ਅਯੋ ਉਹੀ ਚਰਨਾ। ਅੱਛਾ, ਉਹ ਘਰ ਨਹੀਂ ਛੱਡ ਕੇ ਗਏ ਸੀ ਆਪਾਂ ਨੂੰ? ਹਾਂ। ਉਹ ਵੇਚਤਾ ਕਿੰਨੇ ਦਾ? ਉਹ 12 ਲੱਖ ਦਾ। ਬੋਲਾ ਸਕੀਮੀ ਬੰਦਾ ਹੋਏ। ਤੇ ਹੁਣ ਫਿਰ ਇੱਕ ਗੱਲ ਦੱਸਾਂ ਤੈਨੂੰ, ਕਹਿੰਦੇ ਅੰਦਰ ਨਾ ਬੀਤੀ ਦਾ ਬੰਦਾ ਸੱਚ ਹੀ ਨਿਕਲਦੇ, ਪਰਦਾਈ ਗੱਲ ਹੀ ਹੋ ਗਈ। ਮੈਂ ਉਹਨੂੰ 5,000 ਰੁਪਇਆ ਦਿੱਤਾ ਸੀ। ਤੇ ਬਣਾ ਤਾ 10 ਲੱਖ, ਘਰੋਂ ਵੀ ਬੇਘਰ ਕਰਤੇ। ਫਿਰ ਮੈਨੂੰ ਕੀ ਫਾਇਦਾ ਹੋਇਆ ਇਸ ਗਰਮੀ ਚ? ਲੈ ਤੇਰੇ ਮੋਢੇ ਤੇ ਵੀ ਸਟਾਰ ਲਾ ਹੀ ਦੇਵਾਂਗੇ ਹੁਣ। ਹੈ ਕੱਲੇ ਸਟਾਰ ਆਉਣਾ, ਕੰਮ ਨਹੀਂ ਚੱਲਣਾ। ਅੱਛਾ, ਓਏ ਉਹੀ ਕਹਿਣਾ ਹੁਣ 12 ਲੱਖ ਦੱਸ ਮੈਂ ਕੀ ਕਰੂੰਗਾ? ਹੈ ਫਿਰ ਠੀਕ ਹੈ। ਹਾਂ ਫਿਰ ਤਾਂ ਇੱਕ ਅੱਧਾ ਮੁਰਗਾ ਕੋਈ ਇਹੋ ਜਿਹਾ ਹੋਰ ਪਾਣ। ਉਹਨਾਂ ਨੂੰ ਪਤਾ ਲੱਗ ਜੂ ਬਾਗ ਕਿਹੜੇ ਗੰਜਰ ਨਾਲ ਪਿਆ ਸੀ। ਮੋਟਾ ਜਿਹਾ ਪਾ ਦੇ ਹੁਣ ਲਾਸਟ ਪਾਲਾ ਪਾਲਾ, ਕੋਈ ਨੀ ਹੋਰ ਖੋਲ ਲਾਂਗੇ ਘੱਟ ਆਪਣੇ ਕੋਲ। ਪਾਣੀ ਪਾ ਦੇ ਮਾੜਾ ਜਿਹਾ, ਤੌਂਕਾ ਕੀ ਪਈ ਚੰਗਾ ਪਾਣੀ ਪੈਣਾ, ਮੂੰਹ 'ਚ ਹੀ ਬੜਾ ਆਇਆ ਪਿਆ ਪਹਿਲੇ। ਆ ਲਾਸਟ ਵਾਲਾ ਯਾਰ ਪਟਿਆਲਾ, ਇਹ ਕਿਹੜਾ ਖੜਕ ਦੇ ਆ? ਉਹ ਯਾਰ ਮੀਤ ਹਜਮ ਆ ਜਾਣਗੇ ਇਹ? ਕਿਉਂ? ਹੈਂ ਪਹਿਲੀ ਵਾਰ ਪੀਤੀ ਆ ਹਜਮ ਨੂੰ? ਉਹ ਇਹ ਨਹੀਂ ਕਹਿੰਦਾ ਸਾਲਾ, ਪੈਸੇ ਕਹਿਣਾ। ਹਜਮ ਆਉਣ ਦੀ ਕੀ ਗੱਲ ਕਰਦਾ,
ਇਹ ਜੇ ਵੀ ਚਰਨੇ ਵਰਗਿਆਂ ਦੀ ਨਾ ਧੌਣ ਮੈਂ ਐ ਮਰੋੜੀ ਐ। ਸਹਿਰਾ ਓਏ ਕੀ ਹੋਇਆ ਗਰਮੀ ਤਾਂ, ਓਏ ਉਹ ਪਾਣੀ, ਉਹ ਪਾਣੀ ਪੀ, ਉਹ ਗਰਮੀ ਤਾਂ ਡਾਕਟਰ ਕੋਲ ਲੈ ਚਲੋ। ਉੱਠ 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 ਕੀ ਹੋ ਗਿਆ ਤੈਨੂੰ ਰਵੀ? ਰਵੀ ਹੈਲੋ। ਹਾਂਜੀ ਹਾਂਜੀ ਹਾਂਜੀ, ਕਰਮਜੀਤ ਦੀ ਭੈਣ ਹੀ ਬੋਲਦੀ ਆ। ਕਿਵੇਂ ਵੀਰਾ ਦਾਖਲ ਹੈ? ਕੀ ਹੋਇਆ? ਦਰਦ? ਚੱਲ ਕੋਈ ਨੀ, ਅਸੀਂ ਆਉਣੇ ਆ। ਠੀਕ ਹੈ ਵੀਰੇ, ਚਾਹ ਪੀ ਜਾਵੇਗਾ? ਹਾਂ, ਕੀ ਗੱਲ ਹੋ ਗਈ? ਕਰਮਜੀਤ ਵੀਰੇ ਦੇ ਨਾ ਦਰਦ ਉੱਠ ਖੜਿਆ ਛਾਤੀ ਚ। ਛਾਤੀ? ਫੇਰ ਕੀ ਹੁੰਦਾ ਦਰਦ ਨਾਲ? ਗੋਲੀ ਲੈ ਆਊਗਾ ਜਾ ਕੇ। ਹਸਪਤਾਲ ਚ ਲੈ ਕੇ ਗਏ ਨੇ, ਕਹਿੰਦਾ ਗੋਲੀ ਲੈ ਆਊਗਾ ਜਾ ਕੇ। ਤੈਨੂੰ ਤਾਂ ਮਜ਼ਾਕ ਸੁਝਦੇ ਨੇਗੇ, ਮੇਰਾ ਭਰਾ ਗੁੰਮ ਹੋਇਆ ਪਿਆ ਗਾ, ਹਜੇ ਤੱਕ ਬੋਲਿਆ ਨੀ ਹੈਗਾ, ਉਹਦੇ ਦੋਸਤ ਨੇ ਫੋਨ ਕੀਤਾ ਹੈਗਾ, ਹੋਸ਼ ਨਹੀਂ ਆਇਆ ਉਹਨੂੰ। ਦੇਖ ਲੈ, ਰੱਬ ਦੇਖਦਾ, ਤਾਂ ਹੀ ਤੈਨੂੰ ਮੈਂ ਕਹਿਣਾ ਹੁੰਦਾ ਸੀ, ਕਹਿੰਦਾ ਠੱਗੀਆਂ ਮਾਰਦੇ ਨੇ ਤਾਂ ਕੋਈ ਦੇਖਦਾ ਨੀ, ਪਰ ਠੱਗੀਆਂ ਦਾ ਹਜ਼ਾਨਾ ਭਰਦੇ ਨਾ ਸਾਰੀ ਦੁਨੀਆ ਦੇਖਦੀ ਆ। ਕੀ ਇੱਥੇ ਭਾਸ਼ਣ ਦੇ ਜਾਵੇਂਗਾ ਹੁਣ ਤੁਰੇਂਗਾ ਵੀ? ਭਾਬੀ ਮੈਨੂੰ ਇਹ ਦੱਸਦੀ ਹੁੰਦੀ ਸੀ, ਉਹ ਹੁਣ ਰੋਜ਼ਾਨਾ ਭਰੀ ਜਾਂਦਾ ਨਾ ਸਾਰੀ ਦੁਨੀਆ ਦੇਖੂਗੀ। ਕਿਹੜੇ ਤੁਸੀਂ ਕੀਤਾ ਨਾ, ਉੱਥੇ ਸੂਈਆਂ ਹੀ ਚੁਬਣਗੀਆਂ, ਇੱਥੇ ਚੁਬਣਗੀਆਂ, ਇੱਥੇ ਐਂ ਚੁਬਾਊਗਾ ਹੁਣ ਰੱਬ। ਮੇਰੇ ਨਾਲ ਮਾਰੀ ਜਾ, ਜੇ ਨਾ ਜਾਣਾ ਦੱਸ ਦੇ, ਨਹੀਂ ਜਾਣਾ ਤਾਂ ਦੱਸ ਦੇ। ਉਹ ਜਾਊਂਗਾ, ਪਰ ਧਰ ਦੇ ਕੱਪ ਜਾ ਥੱਲੇ, ਉਹ ਪੀ ਲੈਣਾ ਦੋ ਘੁੱਟਾਂ ਹੁਣ ਬਣੀ ਆ ਚਾਹ। ਤੈਨੂੰ ਤਾਂ ਚਾਹ ਦੀ ਅੱਗ ਲੱਗੀ ਪਈ ਹੈਗੀ। ਹੁਣ ਜੋ ਪ੍ਰਮਾਤਮਾ ਲਿਖਿਆ ਉਹੀ ਹੋਊਗਾ, ਮੇਰੀ ਜਾਨ ਦੇ ਕਾਲੀ ਨਾਲ ਕੁਛ ਨਹੀਂ ਹੁੰਦਾ, ਉਹ ਕਿਹੜਾ ਠੀਕ ਹੋ ਜਾਊਗਾ, ਪਤਾ ਹੀ ਆ ਹੁਣ। ਰੱਬ ਦੇਖੀ ਚਾਹੁੰਦਾ ਹੀ ਆਏਗਾ, ਚਾਹੁੰਦਾ ਨਹੀਂ ਕਰਨੀ ਵੀ, ਕਹਿੰਦੇ ਕਰਨਾ ਵੀ ਇੱਥੇ ਤਾਂ ਭਰਨਾ ਵੀ ਇੱਥੇ ਆ, ਇੱਥੇ ਭਰਨਾ ਪਊਗਾ ਜਿਹੜੀਆਂ ਆਪਾਂ। ਤੂੰ ਨਾ ਬੋਲੀ ਜਾ, ਮੈਂ ਜਾਣੀ ਆਂ, ਜੇ ਆਉਣਾ ਹੋਇਆ ਮਗਰ ਆ ਜੀ। ਆ ਕਹਿੰਦਾ ਜੋ ਬੀਜਾਂਗੇ ਨਾ ਉਹੀ ਵੱਢਾਂਗੇ, ਚੱਲ ਆ ਕੱਪੜੇ ਕੁਪੜੇ ਲਿਆ। ਉਹ ਤਾਂ ਐਂ ਕਰਦੇ ਸੀ, ਐਂ ਕਰਦੇ ਬੈਲਪੁਣਾ ਕਰਦੇ ਸੀ, ਹੈਂ ਰੱਬ ਦੇਖਦਾ